ਤੇ ਫਿਰ ਮੈਂ ਬਾਜੀ ਉਹਨਾਂ ਨੇ ਮੇਰੇ ਲਈ ਚਲੋ ਡੋਂਕਰ ਲੱਭੇ ਤੇ ਟਰੱਕ ਦੇ ਵਿੱਚ ਲੁਕੋ ਕੇ ਉਹ ਯੂਰਪ ਲੈ ਗਏ ਕਿ ਕਹੇ ਜੇ ਤੁਹਾਨੂੰ ਪਿਸ਼ਾਬ ਆ ਗਿਆ ਤੁਸੀਂ ਰੋਕਣਾ ਆ ਉਹ ਆਵਾਜ਼ ਨਾ ਕਿਤੇ ਸੁਣ ਲੈਣ ਜਿਹੜੇ ਬਾਹਰ ਆਫੀਸਰ ਫਿਰਦੇ ਹੁੰਦੇ ਆ ਜਿਵੇਂ ਇੱਥੂ ਵਾਲੀਆਂ ਮਾਮਾਂ ਨੇ ਨਾ ਜੀ ਆਪਣੀਆਂ ਧੀਆਂ ਨੂੰ ਹਮੇਸ਼ਾ ਕਹਿਣਗੀਆਂ ਜਿਹੜੇ ਇੰਡੀਆ ਤੋਂ ਆਉਂਦੇ ਆ ਯੂਜ਼ ਕਰਕੇ ਛੱਡ ਦਿੰਦੇ ਆ ਇਹ ਪੀਆਰ ਦੇ ਲਾਲਚੀ ਆ ਇਹਨਾਂ ਨੂੰ ਪਿਆਰ ਨਹੀਂ ਇਹਨਾਂ ਨੂੰ ਪੀਆਰ ਚਾਹੀਦੀ ਆ ਅਸਲ ਦੇ ਵਿੱਚ ਬਾਜੀ ਮੇਰੇ ਜਿਹੜੇ ਗਾਫੇ ਸੀ ਨਾ ਉਹ ਮੈਨੂੰ ਕਹਿੰਦੇ ਸੀ ਕਿ ਨਾਤਾ ਜੀ ਆਪਣਾ ਤੂੰ ਪਾਸਪੋਰਟ ਨਾਲ ਤੇ ਮੈਂ ਕਿਹਾ ਭਾਜੀ ਕਿ ਜਿਹੜੇ ਕਮਰੇ 'ਚ ਮੈਨੂੰ ਰੱਖਿਆ ਮੈਂ ਇੱਥੇ ਮਰ ਜਣਾ ਅੱਛਾ ਸ਼ਰਤਾਂ ਕੀ ਹੁੰਦੀਆਂ ਭਾਜੀ ਜਾਣ ਦੀਆਂ ਸ਼ਰਤਾਂ ਇਹ ਹੁੰਦੀਆਂ ਕਿ ਤੁਸੀਂ ਜਦੋਂ ਇੱਧਰੋਂ ਜਾਂਦੇ ਆ ਪੈਸੇ ਵਗੈਰਾ ਇਹ ਲੈ ਲੈਂਦੇ ਆ ਨਾਲੇ ਹੂੰ ਸਾਨੂੰ ਦੱਸ ਦਿੰਦੇ ਆ ਕਿ ਤੁਹਾਡੇ ਕੋਲ ਇੰਗਲੈਂਡ ਦੀ ਕਰੰਸੀ ਨਹੀਂ ਹੋਣੀ ਚਾਹੀਦੀ ਕੋਈ ਜਿਹੜੀ ਹਫ਼ਤਾ ਤੱਕ ਪਹਿਲਾ ਲੋਰੀ ਗਈ ਸੀਗੀ ਉਹ ਚ 64 ਜਾਣੇ ਗਏ ਸੀ ਅੱਛਾ ਜੀ ਹੁਣ ਤੁਸੀਂ ਆਪ ਸੋਚ ਲਓ ਜੇ ਅਸੀਂ 64 ਜਾਣੇ ਜਾਂਦੇ ਤੇ ਸਾਹ ਦੀ ਪ੍ਰੋਬਲਮ ਹੋ ਜਾਂਦੀ ਕੋਈ ਮਰ ਵੀ ਸਕਦੇ ਸੇ ਪਹਿਲਾਂ ਪੁੱਠਾ ਕੰਮ ਹੁੰਦਾ ਸੀਗਾ ਜੀ ਲੋਕੀ ਅ ਫਰਾਂਸ ਤੋਂ ਯੂਕੇ ਆਉਂਦੇ ਹੁੰਦੇ ਸੀ ਹੁਣ ਇੱਥੇ ਰੈਸੈਸ਼ਨ ਚੱਲ ਪਿਆ ਹੁਣ ਲੋਕੀ ਇੱਥੋਂ ਜਾਂਦੇ ਆ ਯਾਰ ਬਿਲਕੁਲ ਤੇ ਬਸ ਇਹਨਾਂ ਕੋਲ ਮਸ਼ੀਨ ਹੁੰਦੀ ਇਹਨਾਂ ਨੇ ਅਗੂਠਾ ਰੰਗ ਦਿਖਵਾਇਆ ਆ ਤੇ ਅਰੈਸਟ ਕਰਕੇ ਮੈਨੂੰ ਸਮੈਦਿਕ ਲੈ ਗਏ ਤੇ ਇੱਥੇ ਘੱਟੋ ਘੱਟ ਦਿਹਾੜੀ 12 ਰੁਪਏ ਆ ਜੀ 12 ਪਾਉਂਡ ਘੱਟੋ ਘੱਟ ਜਿਵੇਂ ਇੰਡੀਆ 350 ਆ ਨਾ ਲਿਵਰਟੀ ਹੁਣ ਪਤਾ ਨਹੀਂ ਵੱਧ ਗਈ ਹੋਣੀ ਹੈ ਮੇਰੇ ਰਿਸ਼ਤੇਦਾਰਾਂ ਨੇ ਆਹ ਤੱਕ ਮੈਨੂੰ ਕਿਹਾ ਆ ਜਦੋਂ ਮੈਂ ਪਹਿਲੇ ਦਿਨ ਇੰਗਲੈਂਡ ਆਇਆ ਕਿ ਤੇਰੇ ਕੋ ਇੰਡੀਆ ਦੀ ਮਿੱਟੀ ਦੀ ਸਮੈਲ ਆਉਂਦੀ ਆ ਜਿਹੜਾ ਵੀ ਇਨਸਾਨ ਤੁਹਾਨੂੰ 에ਅਰਪੋਰਟ ਤੋਂ ਲੈ ਕੇ ਆਇਆ ਜਿਨੇ ਤੁਹਾਨੂੰ ਕੰਮ ਤੇ ਰੱਖਿਆ ਜਾਂ ਜਿਨੇ ਰਹਿਣ ਨੂੰ ਜਗ੍ਹਾ ਦਿੱਤੀ ਹੈ ਜਾਂ ਤੁਹਾਡੀ ਫਾਈਨੈਂਸ਼ੀਅਲੀ ਹੈਲਪ ਕੀਤੀ ਹੈ ਉਹ ਇਨਸਾਨ ਨੂੰ ਕਦੇ ਨਾ ਭੁੱਲ ਜਦੋਂ ਮੈਂ ਲੈਟਰ ਖੋਲਿਆ ਤੇ ਉਹ ਮੇਰੀ ਅਸਲ ਚਿੱਟਕਟ ਸੀ ਡਿਪੋਰਟ ਕਰਨਾ ਜਦੋਂ ਮੈਨੂੰ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੇ ਐਵਰੇਸ ਸਟੂਡੀਓ ਐਵਰੇਸ ਪੋਡਕਾਸਟ ਦੇ ਵਿੱਚ ਸਵਾਗਤ ਹੈ ਅੱਜ ਤੁਹਾਨੂੰ ਇੱਕ ਬਹੁਤ ਖਾਸ ਮਹਿਮਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਯੂਕੇ ਵਾਲੇ ਤਾਂ ਚਲੋ ਸਾਰੇ ਹੀ ਜਾਣਦੇ ਆ ਪਰ ਸਾਡੇ ਇੰਡੀਆ ਵਾਲੇ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਜੋ ਕਿ ਤੁਹਾਨੂੰ ਪਿਛਲੇ ਦਿਨੀ ਸੋਸ਼ਲ ਮੀਡੀਆ ਤੋਂ ਕਿਵੇਂ ਪੈਸਾ ਕਮਾਈਦਾ ਹੈ YouTube ਤੋਂ Facebook ਤੋਂ ਤੁਹਾਨੂੰ ਪੰਜਾਬੀ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਸਰਲ ਭਾਸ਼ਾ ਵਿੱਚ ਦੱਸਣਗੇ ਬਾਕੀ ਇੱਥੇ ਨਵੇਂ ਸਟੂਡੈਂਟ ਨੂੰ ਕੀ ਕੀ ਪ੍ਰੋਬਲਮ ਆਉਂਦੀਆਂ ਕੀ ਕੀ ਉਹਨਾਂ ਨਾਲ ਧੋਖੇ ਹੁੰਦੇ ਆ ਧੱਕੇ ਹੁੰਦੇ ਆ ਤੁਹਾਨੂੰ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਉਣਗੇ ਕਿਉਂਕਿ ਇਹ ਭਾਜੀ ਯੂਰਪ ਵੀ ਰਏ ਆ ਤੇ ਯੂਕੇ ਵੀ ਇਹਨਾਂ ਸਭ ਕੁਝ ਦੇਖਿਆ ਜ਼ੀਰੋ ਤੋਂ ਹੀਰੋ ਬਣਦੇ ਤੇ ਹੀਰੋ ਤੋਂ ਜ਼ੀਰੋ ਬਣਦੇ ਬਹੁਤ ਲੋਕ ਦੇਖਿਆ ਉਹਦੇ ਬਾਰੇ ਅੱਜ ਤੁਹਾਨੂੰ ਜਾਣਨਾ ਪਾਉਣਗੇ ਸਤਿ ਸ੍ਰੀ ਅਕਾਲ ਤਾਜ ਵੀਰੇ ਸਤਿ ਸ੍ਰੀ ਅਕਾਲ ਭਾਜੀ ਤੇ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਹੀ ਜਿੰਨੇ ਵੀ ਸਰੋਤੇ ਯੂਕੇ ਜਾ ਇੰਡੀਆ ਜਾਂ ਹੋਰ ਬਾਰਲੇ ਮੁਲਕਾਂ ਦੇ ਵਿੱਚ ਜਿੰਨੇ ਵੀ ਤੁਹਾਨੂੰ ਸਰੋਤੇ ਰੋਜ਼ ਸੁਣਦੇ ਆ ਦੇਖਦੇ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜੀ ਭਾਜੀ ਤੁਸੀਂ ਜਿਵੇਂ ਨੋਰਮਲ ਲਾਈਫ ਆ ਤੁਹਾਡੀ ਹਾਂਜੀ ਤੁਸੀਂ ਪਹਿਲਾਂ ਯੂਰਪਾਇ ਯੂਰਪ ਤੋਂ ਇੰਗਲੈਂਡ ਦੇ ਵਿੱਚ ਆਏ ਹੋ ਜੀ ਚਲੋ ਕੰਮ ਕਰਦੀ ਆਪਾਂ ਗੱਲ ਬਾਤੋ ਕਰ ਲਾਂਗੇ ਤੁਸੀਂ ਮਤਲਬ ਸੋਸ਼ਲ ਮੀਡੀਆ ਲੈ ਕਿਵੇਂ ਝਕਾ ਹੋਇਆ ਤੁਹਾਡਾ ਮੈਂ ਜਦੋਂ 2010 ਦੇ ਵਿੱਚ ਫੇਸਬੁੱਕ ਬਣਾਈ ਸੀਗੀ ਤੇ ਮੈਨੂੰ ਇਹਦਾ ਬਹੁਤ क्रेਜ਼ ਸੀਗਾ ਤੇ ਕਿਤੇ ਨਾ ਕਿਤੇ ਕਈ ਵਾਰ ਮੇਰੇ ਜਿਹੜੇ ਪੇਰੈਂਟਸ ਆ ਮਾਪੇ ਆ ਉਸ ਚੀਜ਼ ਦੇ ਅਗੇਂਸਟ ਸੀਗੇ ਕਿ ਮੈਂ ਸਾਰੀ ਦਿਹਾੜੀ ਜਿਹੜਾ ਸੋਸ਼ਲ ਮੀਡੀਆ ਨੂੰ ਯੂਜ਼ ਕਰਦਾ ਆ ਪਰ ਕਈ ਜਿਹੜੇ ਆ ਸੋਸ਼ਲ ਮੀਡੀਆ ਨੂੰ ਐਜ਼ ਏ ਐਂਟਰਟੇਨਮੈਂਟ ਯੂਜ਼ ਕਰਦੇ ਸੀਗੇ ਕਿ ਜਾਂ ਤਾਂ ਫਿਰ ਆਪਾਂ ਹੋਰ ਭਾਸ਼ਾ ਚ ਕਹਿ ਲਈਏ ਕਿ ਲੋਕਾਂ ਨੂੰ ਗਾਲਾਂ ਕੱਢਣੀਆਂ ਜਾਂ ਨਕਲੀ ਅਕਾਊਂਟ ਬਣਾ ਕੇ ਜਿਹੜਾ ਉਹਦਾ ਮਿਸਯੂਜ਼ ਕਰਨਾ ਪਰ ਮੇਰਾ ਹਮੇਸ਼ਾ ਕਿਤੇ ਨਾ ਕਿਤੇ ਇਹ ਰੁਝਾਨ ਰਿਹਾ ਕਿ ਮੈਂ ਜਿਹੜਾ ਸੋਸ਼ਲ ਮੀਡੀਆ ਦਾ ਇਸ ਤਰ੍ਹਾਂ ਸਹੀ ਟੰਗ ਨਾ ਕਰਾਂ ਕਿ ਇਹਨੂੰ ਇਨਕਮ ਆਫ ਸੋਰਸ ਬਣਾਵਾ ਕਿ ਜੇਤੋਂ ਮੈਨੂੰ ਐਂਟਰਟੇਨਮੈਂਟ ਵੀ ਮਿਲੇ ਤੇ ਮੈਂ ਇਹਤੋਂ ਪੈਸਾ ਵੀ ਕਮਾਵਾਂ ਅ ਤਾਜ ਭਾਜੀ ਜਿਵੇਂ ਕਿ ਆਪਾਂ ਦੇਖਦੇ ਆਂ ਖਾਸ ਕਰਕੇ ਇੰਡੀਆ ਦੇ ਵਿੱਚ ਸਾਡੇ ਹਰਿਆਣੇ ਦੇ ਜਿਹੜੇ ਯੂਟਿਊਬਰ ਆ ਜੀ ਉਹ ਮਤਲਬ ਟੌਪ ਤੇ ਨੇ ਜੀ ਜੀ ਬਿਲਕੁਲ ਸਾਡੇ ਵਾਲੇ ਵੀ ਹੈਗੇ ਆ ਮੁੰਡੇ ਗੁੱਸਾ ਨਾ ਕਰਨ ਪੰਜਾਬੀ ਵੀ ਪਰ ਉਹਨਾਂ ਨੂੰ ਸਾਰਾ ਇੰਡੀਆ ਜਾਣਦਾ ਜਿਵੇਂ ਲਾਲੋ ਐਲਵਿਸ਼ ਜਾਤਪਾ ਜੀ ਜਾਂ ਮੋਸਟ ਐਜੂਕੇਟਿਡ ਯੂਟਿਊਬਰ ਆ ਮੇਰੇ ਹਿਸਾਬ ਨਾਲ ਸਾਡਾ ਦਰੂਵ ਰਾਠੀ ਆ ਜੀ ਭਾਜੀ ਮਤਲਬ ਪੰਜਾਬ ਚ ਕਿਉਂ ਨਹੀਂ ਕੋਈ ਨਿਤ ਰਿਆ ਗੱਲ ਪਤਾ ਕੀ ਆ ਭਾਜੀ ਜੇ ਮੈਂ YouTube ਦੀ ਗੱਲ ਕਰਾਂ ਮੈਂ 2018 ਦੇ ਵਿੱਚ ਪਹਿਲੀ ਵਾਰ ਪੰਜਾਬ ਗਿਆ ਸੀਗਾ ਆਪਣੇ ਮਾਪੇ ਨੂੰ ਮਿਲਣ ਉਸ ਸਮੇ ਮੈਂ ਆਪਣੇ ਯਾਰ ਦੋਸਤਾਂ ਦੇ ਕਹਿਣ ਤੇ ਇੱਕ ਬਲੌਗ ਸ਼ੂਟ ਕੀਤਾ ਸੀਗਾ ਸਰਪ੍ਰਾਈਜ਼ ਵਿਜ਼ਿਟ ਉਹ ਅੱਜ ਵੀ ਮੇਰੇ YouTube ਚੈਨਲ ਤੇ ਹੈ ਉਸ ਸਮੇ ਮੈਂ ਕੁਛਕ ਪੈਸੇ ਲਾ ਕੇ ਨਾ YouTube ਤੇ ਉਹਨੂੰ ਪ੍ਰਮੋਟ ਕੀਤਾ ਸੀਗਾ ਹੂੰ ਮੈਂ YouTube ਨੂੰ ਥੋੜੇ ਜਿਹੇ ਪੈਸੇ ਦਿੱਤੇ ਆ ਉਸ ਸਮੇ ਇਹ ਸੀਗਾ ਕਿ ਜਿਹੜਾ YouTube ਹੈ ਇਹ ਕਿਤੇ ਨਾ ਕਿਤੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਪ੍ਰੋਮੋਟ ਕਰਦਾ ਸੀ ਜਦੋਂ ਆਪਾਂ ਕਿਸੇ ਵੀਡੀਓ ਨੂੰ ਅਪਲੋਡ ਕਰਦੇ ਹਾਂ ਉਹਤੇ ਪੈਸੇ ਲਾਉਣੇ ਆ ਤੇ YouTube ਉਸ ਸਮੇਂ ਉਸ ਚੀਜ਼ ਦੀ ਜਿਹੜੀ ਪੰਜਾਬੀ ਭਾਸ਼ਾ ਆ ਉਹਨੂੰ ਸਪੋਰਟ ਕਰਦਾ ਸੀ ਉਹ ਨਹੀਂ ਕਰਦਾ ਨਹੀਂ ਭਾਜੀ ਤੇ ਕਿਤੇ ਨਾ ਕਿਤੇ ਜਦੋਂ ਤੁਸੀਂ ਅਕਸਰ ਦੇਖਿਆ ਹੋਣਾ ਕਿ ਆਪਣੇ ਕਾਫੀ ਮੁੰਡੇ ਜਿਹੜੇ ਆ ਸਿਰਾਂ ਤੇ ਦਸਤਾਰਾਂ ਹੁੰਦੀਆਂ ਨੇ ਜਾਂ ਪਤਾ ਲੱਗ ਜਾਂਦਾ ਕਿ ਆਪਣੇ ਪੰਜਾਬੀ ਭੈਣ ਭਰਾ ਆ ਪਰ ਉਹ ਹਮੇਸ਼ਾ ਦੇਖਿਆ ਕਿ ਹਿੰਦੀ ਦੇ ਵਿੱਚ ਵੀਡੀਓ ਬਣਾਉਂਦੇ ਨੇ ਉਹ ਹਿੰਦੀ ਦੇ ਵਿੱਚ ਵੀਡੀਓ ਬਣਾਉਣ ਦਾ ਕਾਰਨ ਹੀ ਇਹ ਆ ਕਿ ਜਦੋਂ ਕਿਸੇ ਨੇ ਆਪਣਾ ਚੈਨਲ ਸਟਾਰਟ ਕਰਨਾ ਆ ਤੇ ਜੇ ਉਹ ਪੰਜਾਬੀ ਚ ਬਣਾਉਂਗਾ ਉਹਨੂੰ ਹੌਲੀ ਹੌਲੀ ਕਿਉਂਕਿ ਪੰਜਾਬੀ ਦੇਖੋ ਜਾਂ ਤਾਂ ਬੋਲੀ ਜਾਂਦੀ ਆ ਚੜ੍ਹਦੇ ਚ ਪੰਜਾਬ ਚ ਜਾਂ ਫਿਰ ਲਹਿੰਦੇ ਪੰਜਾਬ ਚ ਠੀਕ ਆ ਤੇ ਜਾਂ ਜਿੱਥੇ ਵੀ ਪੰਜਾਬੀ ਜਾਂ ਗੁਰੂ ਨਾਨਕ ਲਿਵਾਸ ਜਿਹੜੇ ਸਿੱਖ ਆ ਜਾਂ ਸਾਡੇ ਪੰਜਾਬੀ ਭੈਣ ਭਰਾ ਵਸਦੇ ਆ ਉੱਥੇ ਬੋਲੀ ਜਾਂਦੀ ਆ ਤੇ ਇਸ ਕਰਕੇ ਜਿਹੜਾ ਇਹ YouTube ਹੈ ਇਹ ਹੁਣ ਜਿਹੜਾ ਹਿੰਦੀ ਨੂੰ ਸਪੋਰਟ ਕਰ ਰਿਹਾ ਜਾਂ ਇਹ ਗੁਜਰਾਤੀ ਨੂੰ ਕਰ ਰਿਹਾ ਅੱਛਾ ਜੀ ਤੇ ਸਾਡੇ ਜਿਹੜੇ ਭੈਣ ਭਰਾਵਾਂ ਦਾ ਸਵਾਲ ਤੁਸੀਂ ਕੀਤਾ ਕਿ ਹਾਂ ਇਹ ਕਿਉਂ ਨਹੀਂ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਆਂਦੇ ਜਾਂ ਇਹ ਕਿਉਂ ਡਰਦੇ ਆ ਦੇਖੋ ਇਹ ਜਿਹੜਾ ਸੋਸ਼ਲ ਮੀਡੀਆ ਆ ਇੱਕ ਇਨਕਮ ਬਣਾਉਣ ਦਾ ਇੱਕ ਸੋਰਸ ਆ ਜੇ ਇਹਨੂੰ ਤੁਸੀਂ ਸਹੀ ਢੰਗ ਨਾਲ ਵਰਤਦੇ ਆ ਫੇਸਬੁੱਕ ਤੋਂ ਵੀ ਪੈਸੇ ਆਉਂਦੇ ਆ ਜੂਟਿਊਬ ਤੋਂ ਵੀ ਆਉਂਦੇ ਆ ਤੇ ਬਾਹਰਲੇ ਮੁਲਕਾਂ 'ਚ ਟਿਕਟੌਕ ਚੱਲਦੀ ਆ ਇਹ ਤੋਂ ਵੀ ਆਉਂਦੇ ਆ ਤੇ ਇੰਸਟਾਗ੍ਰਾਮ ਤੋਂ ਜਿਹੜੀਆਂ ਤੁਸੀਂ ਪ੍ਰੋਮੋਸ਼ਨਾਂ ਕਰਦੇ ਉਹਦੇ ਤੋਂ ਵੀ ਆਉਂਦੇ ਆ ਪਰ ਆਪਣੇ ਇੱਥੇ ਤੁਹਾਨੂੰ ਪਤਾ ਆ ਕੋਈ ਸਿਖਾਉਂਦਾ ਨਹੀਂ ਸਾਡੀ ਇੱਕ ਬਹੁ ਪੰਜਾਬੀਆਂ ਦੀ ਭੈੜ ਆ ਮਾਫ਼ ਕਰਨਾ ਸਾਡੀ ਇੱਕ ਭੈੜਾ ਜਦੋਂ ਸਾਨੂੰ ਕੁਝ ਪਤਾ ਲੱਗ ਜਾਂਦਾ ਨਾ ਕਿ ਕਿੱਦਾਂ ਪੈਸਾ ਕਿੱਥੋਂ ਸੋਸ਼ਲ ਮੀਡੀਆ ਤੋਂ ਆਉਂਦਾ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਨਾਲ ਦਿਆਂ ਨੂੰ ਵੀ ਦੱਸੀਏ ਕਿਉਂਕਿ ਮੈਂ ਜਿੱਦਾਂ ਪਹਿਲਾਂ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਇੱਕ ਯੂਟਿਊਬਰ ਆ ਮੈਂ ਉਹਦਾ ਨਾਂ ਨਹੀਂ ਲਾਉਂਗਾ ਨਾ ਹੀ ਉਹਦੇ ਚੈਨਲ ਦਾ ਨਾਂ ਲਾਉਂਗਾ ਮੈਂ 2019 ਦੇ ਵਿੱਚ ਸ਼ੁਰੂ ਕੀਤਾ ਸੀਗਾ ਆਪਣੇ ਚੈਨਲ ਤੇ ਸਿਖਾਣਾ ਕਿ ਕਿਵੇਂ YouTube ਦਾ ਚੈਨਲ ਬਣਾਉਣਾ ਹੈ ਕਿਵੇਂ ਉਹਨੂੰ AdSense ਦੇ ਨਾਲ ਜੋੜਨਾ ਹੈ ਕਿਵੇਂ Gmail account ਬਣਾਉਣਾ ਹੈ ਕਿਵੇਂ ਫੇਸਬੁੱਕ ਤੋਂ ਪੈਸੇ ਕਮਾਉਣੇ ਆ ਸੋ ਸਾਰਾ ਇਹ ਚੀਜ਼ਾਂ ਜਿਹੜੀਆਂ ਮੈਂ ਦੱਸਣਾ ਸ਼ੁਰੂ ਕੀਤੀਆਂ ਸਹੀਆਂ ਤੇ ਕਿਤੇ ਨਾ ਕਿਤੇ ਮੇਰਾ ਯਾਰ ਦੋਸਤ ਫਰਾਂਸ ਤੋਂ ਤੁਸੀਂ ਉਹਨੂੰ ਜਾਣਦੇ ਆ ਯਾਦਵਿੰਦਰ ਭਾਜੀ ਸੋ ਪੰਜਾਬੀ ਪੈਰਾਸ ਵਾਲੇ ਉਹਨਾਂ ਨੇ ਮੈਨੂੰ ਜਿਹੜਾ ਸੰਪਰਕ ਕੀਤਾ ਕਿਉਂਕਿ ਉਹ ਮੁੰਡੇ ਨੇ ਪੰਜਾਬ ਤੋਂ ਫਰਾਂਸ ਸੰਪਰਕ ਕੀਤਾ ਤੇ ਫਰਾਂਸ ਤੋਂ ਗਿਆ ਯੂਕੇ ਸੰਪਰਕ ਹੋਇਆ ਕਿ ਵੀਰ ਆ ਇੱਕ ਭਾ ਆਪਣਾ ਇੰਡੀਆ ਤੋਂ ਇਤਨਾ ਗੱਲ ਕਰਨਾ ਚਾਹੁੰਦਾ ਹੈ ਤੇ ਪਲੀਜ਼ ਤੇ ਤੂੰ ਇਹਦਾ ਨਾਲ ਗੱਲ ਕਰ ਲੈ ਜੇ ਜਦੋਂ ਮੈਂ ਉਸ ਵੀਰ ਨਾਲ ਗੱਲ ਕੀਤੀ ਇੰਡੀਆ ਵਾਲੇ ਨਾਲ ਤੁਸੀਂ ਹੈਰਾਨ ਹੋ ਜਾਓਗੇ ਉਨੇ ਮੈਨੂੰ ਸਾਫ਼ ਇੱਕੋ ਗੱਲ ਕਹੀ ਵੀਰੇ ਆ ਕੀ ਕਰਨ ਲੱਗ ਪਿਆ ਕਿਉਂ ਤੂੰ ਆਪਣੇ ਪੰਜਾਬੀਆਂ ਨੂੰ ਸਿਖਾਣ ਲੱਗ ਪਿਆ ਇੱਥੇ ਕੰਪੀਟੀਸ਼ਨ ਵੱਜ ਜਾਣਾ ਤੇ ਜੇ ਅਸੀਂ ਆਪ ਕਮਾਉਨੇ ਆ ਤੇ ਕਿਤੇ ਉਹ ਨਾ ਗੱਲ ਹੋਵੇ ਕਿ ਲੋਕ ਮੋਰੇ ਜ਼ਿਆਦਾ ਆ ਜਾਣ ਕੰਪੀਟੀਸ਼ਨ ਵੱਜ ਜੇ ਤੇ ਅਸੀਂ ਪਿੱਛੇ ਰਹਿ ਜਾਈਏ ਹੂੰ ਨਹੀਂ ਤਾਂ ਜੇ ਅਸੀਂ ਚਾਹੀਏ ਤੇ ਅਸੀਂ ਜਿੱਦਾਂ ਆਪਣੇ ਪਰਿਵਾਰ ਪੰਜਾਬ ਦੇ ਵਿੱਚ ਮਿਡਲ ਕਲਾਸ ਪਰਿਵਾਰ ਹੈ ਕਿਉਂਕਿ ਜਦੋਂ ਮੈਂ ਸੋਸ਼ਲ ਮੀਡੀਆ ਤੇ ਸਿਖਾਣਾ ਸ਼ੁਰੂ ਕੀਤਾ ਸੀ ਨਾ ਪਾਜੀ ਮੈਂ ਆਪਣੇ ਪੱਖ ਲਈ ਨਹੀਂ ਦੇਖਿਆ ਸੀ ਕਿਉਂਕਿ ਦੇਖੋ ਅਸੀਂ ਤਾਂ ਬਾਹਰ ਰਹਿੰਦੇ ਆ ਇੱਥੇ ਸੈਟਲ ਆ ਠੀਕ ਹੈ ਨਾ ਅਸੀਂ ਤਾਂ ਜੋਬ ਵੀ ਕਰੀਏ ਸਾਡਾ ਉੱਥੋਂ ਘਰ ਚੱਲਦਾ ਆ ਪਰ ਆਪਣੇ ਪੰਜਾਬ ਦੇ ਵਿੱਚ ਦੇਖੋ ਕਾਫੀ ਸਾਡੇ ਭੈਣ ਭਰਾਵਾਂ ਦੇ ਵਿੱਚ ਹੌਨਰ ਹੈ ਟੈਲੈਂਟ ਹੈ ਪਰ ਕਮੀ ਹੈ ਕਿ ਉਹਨਾਂ ਨੂੰ ਕੋਈ ਸਿਖਾਉਣ ਵਾਲੇ ਨਹੀਂ ਤੇ ਜਦੋਂ ਇਹ ਚੀਜ਼ ਨੂੰ ਮੈਸ ਖਾਣਾ ਸ਼ੁਰੂ ਕੀਤਾ ਸੀ ਮੈਂ ਇਹੀ ਚੀਜ਼ ਨੂੰ ਮੋਰੇ ਰੱਖਿਆ ਸੀਗਾ ਕਿ ਇਹਨਾਂ ਨੂੰ ਮੈਂ ਦੱਸਦਾਂ ਕਿ ਜੀਮਲ ਕਿਵੇਂ ਬਣਨਾ ਜੂਟਿਊਬ ਕਿਵੇਂ ਬਣਨਾ ਕਿਵੇਂ ਆਪਣੇ ਵੀਊ ਪੂਰੇ ਕਰਨੇ ਆ ਕਿਵੇਂ ਆਪਣੇ ਸਬਸਕ੍ਰਾਈਬਰ ਪੂਰੇ ਕਰਨੇ ਆ ਕਿਵੇਂ ਜਿਹੜਾ ਜੂਟਿਊਬ ਤੁਹਾਨੂੰ ਪੈਸਾ ਦਿੰਦਾ ਕਿੰਨੇ ਪਰਸੈਂਟ ਜਿਹੜਾ ਜੂਟਿਊਬ ਪੈਸਾ ਰੱਖਦਾ ਹੈ ਪੈਸਾ ਕਿੱਥੋਂ ਆਉਂਦਾ ਸੋ ਇਹੀ ਜਿਹੜੀਆਂ ਚੀਜ਼ਾਂ ਮੈਂ ਸਿਖਾਣੀਆਂ ਸ਼ੁਰੂ ਕੀਤੀਆਂ ਸੀਗੀਆਂ ਪਰ ਜਿਵੇਂ ਪਹਿਲਾਂ ਕਿਹਾ ਕੁਝ ਲੋਕਾਂ ਨੂੰ ਨਹੀਂ ਚੰਗਾ ਲੱਗਾ ਕਿ ਨਾ ਦੱਸਿਆ ਜਾਵੇ ਪਰ ਮੇਰਾ ਮਕਸਦ ਇਹ ਸੀ ਦੇਖੋ ਤੁਸੀਂ ਹੁਣ ਇੱਕ ਪਰਿਵਾਰ ਆ ਉਹਨਾਂ ਦਾ ਬੇਟਾ ਐ ਲੇਬਰ ਕਰਦਾ ਠੀਕ ਆ ਜੀ ਪਰ ਜੇ ਉਹਦੇ ਵਿੱਚ ਕੋਈ ਹੋਨਰ ਐ ਕੀ ਚਾਹੀਦਾ ਇੱਕ ਆਪਾਂ ਨੂੰ ਫੋਨ ਚਾਹੀਦਾ ਤੇ ਇੱਕ ਇੰਟਰਨੈਟ ਚਾਹੀਦਾ ਤੇ ਜੇ ਉਹ ਹੀ ਮੈਂ ਚੀਜ਼ ਸਿਖਾ ਦੂੰਗਾ ਮੰਨ ਲਓ ਸਾਡੀਆਂ ਭੈਣਾਂ ਆਆਂ ਉਹਨਾਂ ਨੂੰ ਬਿਊਟੀ ਪਾਰਲਰਾਂ ਦਾ ਕੁਕਿੰਗ ਦੀ ਵੀਡੀਓਜ਼ ਬਣਾਉਣੀਆਂ ਆਂਦੀਆਂ ਸਾਡੇ ਭਰਾ ਆ ਜਿਵੇਂ ਸ਼ੈਰੀਮਾਨ ਦੇਖੋ ਤੁਸੀਂ ਇੱਕ YouTube ਤੇ ਗਾਣਾ ਪਾਇਆ ਸੀ ਤੇ ਕਿੱਥੇ ਬੰਦਾ ਚਲਾ ਗਿਆ ਯਾਰਣ ਮੁੱਲੇ ਆਇਆ ਸੀ ਯਾਰਣ ਮੁੱਲੇ ਸੋ ਇਹੀ ਚੀਜ਼ ਮੈਂ ਮੱਦੇ ਨਜ਼ਰ ਰੱਖੀ ਸੀ ਕਿ ਇਹਨਾਂ ਦੇ ਕੋਲ ਫੋਨ ਹੋਵੇ ਤੇ ਇਹ YouTube ਜਿਹੜਾ ਆਪਣਾ ਜਾਂ Facebook ਚਲਾਉਣ ਤੇ ਉੱਥੇ ਜਿਹੜੀ ਆਪਣਾ ਇਨਕਮ ਅਰਨ ਕਰੇ ਤੇ ਆਪਣੇ ਪਰਿਵਾਰ ਦਾ ਟੱਬਰ ਪਾਲਣਾ ਬਸ ਇਹੀ ਮੇਰਾ ਮਕਸਦ ਸੀ ਸਾਡੇ ਜਰਿਆ ਨਹੀਂ ਗਿਆ ਨਹੀਂ 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 ਜੀ ਅਸੀਂ ਹਮੇਸ਼ਾ ਹੀ ਖਤਾ ਆਪਣਿਆ ਤੋਂ ਖੰਨੇ ਆ ਤੇ ਪਾਜੀ ਤੁਸੀਂ ਦੱਸ ਸਕਦੇ ਹੋ ਵੀ YouTube ਸਾਨੂੰ ਕਿੰਨੇ ਪੈਸੇ ਦਿੰਦੀ ਹੈ ਮਤਲਬ ਐਡ ਤੋਂ ਮਿਲਦੇ ਆ ਜਾਂ ਵੀਡੀਓ ਤੋਂ ਵਿਊਆਂ ਤੋਂ ਮਿਲਦੇ ਆ ਹਾਂਜੀ ਜਾਂ ਕੰਟਰੀ ਦੇ ਹਿਸਾਬ ਨਾਲ ਮਿਲਦੇ ਆ ਮਤਲਬ 1 ਲੱਖ ਤੇ ਕਿੰਨੇ ਫਿਰ 2 ਦੇ ਕਿੰਨੇ ਜੇ ਮੈਂ ਤੁਹਾਨੂੰ ਇਹਦਾ ਨੋਰਮਲ ਆਈਡੀਆਂ ਦੱਸਾਂ ਜੇ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਭਾਰਤ ਜਾਂ ਪਾਕਿਸਤਾਨ ਵਰਗੇ ਮੁਲਕ 'ਚ ਰਹਿੰਦੇ ਆ ਏਸ਼ੀਆ ਦੇ ਵਿੱਚ ਤੇ ਤੁਹਾਡੀਆਂ ਵੀਡੀਓਜ਼ ਜਿੱਦਾਂ ਯੂਰਪ ਜਾਂ ਖਾਸ ਕਰਕੇ ਅਮਰੀਕਾ ਦੇ ਵਿੱਚ ਦੇਖੀਆਂ ਜਾਂਦੀਆਂ ਆ ਤੇ ਉਹਦੇ ਜਿਹੜੇ ਪੈਸੇ ਆ ਥੋੜੇ ਜਿ ਸਾਨੂੰ ਬਾਕੀ ਕੰਟਰੀਆਂ ਨਾਲੋਂ ਜ਼ਿਆਦਾ ਮਿਲਦੇ ਆ ਫੋਰ ਐਗਜ਼ਾਮਪਲ ਤੁਸੀਂ ਵੀ ਇੰਡੀਆ ਦੇ ਵਿੱਚ ਰਹਿੰਦੇ ਮੈਂ ਵੀ ਇੰਡੀਆ 'ਚ ਰਹਿੰਦਾ ਮੈਂ ਉੱਥੇ ਵੀਡੀਓ ਬਣਾਉਣਾ ਤੁਸੀਂ ਮੇਰੀ ਵੀਡੀਓਜ਼ ਨੂੰ ਵਾਚ ਕਰਦੇ ਆ ਠੀਕ ਹੈ ਨਾ ਪਰ ਜਦੋਂ ਤੁਸੀਂ ਇੰਡੀਆ ਦੇ ਵਿੱਚ ਰਹਿ ਕੇ ਮੇਰੀ ਵੀਡੀਓਜ਼ ਨੂੰ ਵਾਚ ਕਰਨਾ ਮੈਨੂੰ ਥੋੜੇ ਜਿ ਪੈਸੇ ਘੱਟ ਮਿਲਨੇ ਆ ਤੇ ਜੇ ਉਹੀ ਤੁਸੀਂ ਯੂ ایس اے 'ਚ ਰਹਿੰਦੇ ਆ ਉੱਥੋਂ ਮੇਰੀ ਵੀਡੀਓ ਦੇਖਦੇ ਆ ਤੇ ਮੈਨੂੰ ਉਹਦੇ ਪੈਸੇ ਥੋੜੇ ਜ਼ਿਆਦਾ ਮਿਲਣੇ ਆ ਤੇ ਜਿਹੜਾ ਇਹ ਜੂ ਟਿਊਬ ਆ ਤੁਸੀਂ ਦੇਖਿਆ ਹੋਣਾ ਬਚਪਨ ਦੇ ਵਿੱਚ ਅਸੀਂ ਟੀਵੀ ਚੈਨਲਾਂ ਤੇ ਜਦੋਂ ਵੀ ਦੇਖਦੇ ਸੀ ਕੋਈ ਨਾ ਕੋਈ ਮੋਰੇ ਐਡ ਆਉਂਦੀ ਸੀ ਪਰ ਅੱਜ ਜਿਹੜਾ ਇਹ ਸਿਸਟਮ ਹੈ ਜਾਂ ਕਹਿੰਦੇ ਆ ਇਹ ਚੇਂਜ ਹੋ ਗਿਆ ਆ ਤਰੱਕੀ ਜੰਨੀ ਹੋ ਗਈ ਆ ਅੱਜ ਕੱਲ ਐਡਵਰਟਾਈਜ਼ਰ ਫੋਰ ਐਗਜ਼ਾਮਪਲ ਤੁਹਾਡੀ ਕੋ ਕੰਪਨੀ ਆ ਤੁਸੀਂ ਜੂ ਟਿਊਬ ਤੇ ਜਾ ਕੇ ਆਪਣਾ ਸਾਰਾ ਸਬਮਿਟ ਕਰਕੇ ਜੂ ਟਿਊਬ ਨੇ ਤੁਹਾਡੇ ਕੋਲੋਂ ਪੈਸਾ ਲੈਣਾ ਠੀਕ ਹੈ ਜੀ ਫਾਰ ਇਗਜ਼ਾਮਪਲ ਤੁਹਾਡੇ ਕੋਲ 100 ਰੁਪਇਆ ਲੈ ਲਿਆ ਤੇ ਤੁਸੀਂ ਕਿਹਾ ਜੀ ਦੇਖੋ ਆ ਮੇਰੀ ਗੱਡੀਆਂ ਦੀ ਕੰਪਨੀ ਆ ਮੇਰੀ ਤੁਸੀਂ ਐਡ ਲਾਓ ਕਿਸੇ ਦੀ ਵੀ ਵੀਡੀਓ ਤੇ ਲਾਓ ਠੀਕ ਹੈ ਨਾ ਤੁਹਾਡੇ ਤੋਂ 100 ਲੈ ਲਿਆ 55 ਜਿਉ ਟਿਊਬ ਨੇ ਉਹਨਾਂ ਨੂੰ ਦੇ ਦੇ ਲਈ ਜਿਨ੍ਹਾਂ ਦੇ ਅਕਾਊਂਟ ਦੇ ਉੱਪਰ ਐਡਾਂ ਆ ਰਹੀਆਂ ਆ ਤੇ ਜਿਹੜੇ 45 ਆ ਉਹਦੇ ਚ ਉਹ ਜਿਉ ਟਿਊਬਰ ਰੱਖ ਲੈਣੇ ਸੋ ਇਸ ਤਰ੍ਹਾਂ ਜਿਹੜਾ ਸਭ ਕੁਝ ਚੱਲਦਾ ਆ ਪੱਲੇ ਹੋਣੀ ਦਿੰਦੇ ਹਾਂਜੀ ਪੱਲੇ ਹੋਣੀ ਦੇਣਾ ਪੱਲਿਓ ਨਹੀਂ ਜੀ ਦੇਖੋ ਕੋਈ ਵੀ ਕੰਪਨੀ ਆਪਣੇ ਆਪ ਨੂੰ ਘਾਟਾ ਤਾਂ ਨਹੀਂ ਪਾਊਗੀ ਹਣਾ ਨਹੀਂ ਉਧਰ ਲੱਖ ਵਿਊ ਦਾ ਕਿੰਨੇ ਕੁ ਮਿਲ ਜਾਂਦੇ ਆ ਲੱਖ ਵਿਊ ਦਾ ਮੈਂ ਕੁਝ ਆਈਡੀਆ ਕਹਿ ਨਹੀਂ ਸਕਦਾ ਇਹ ਡਿਪੈਂਡ ਕਰਦਾ ਕਿ ਤੁਹਾਡੀ ਵੀਡੀਓ ਕਿੱਥੋਂ ਦੇਖੀ ਜਾਂਦੀ ਆ ਓਕੇ ਓਕੇ ਜੇ ਬਾਹਰਲੀ ਫੋਰਨ ਕੰਟਰੀਆਂ ਤੋਂ ਦੇਖੀ ਜਾਊਗੀ ਤੇ ਉਹਦੇ ਨਾਲ ਥੋੜੇ ਪੈਸੇ ਜ਼ਿਆਦਾ ਮਿਲਦੇ ਆ ਨਹੀਂ ਮਤਲਬ 6 ਤੋਂ 10 ਜਾਂ 10 ਤੋਂ 20 ਲੱਖ ਦੇ ਇਹ ਇਹਦੇ ਬਾਰੇ ਮੈਂ ਇੰਨਾ ਨਹੀਂ ਦੱਸ ਸਕਦਾ ਠੀਕ ਹੈ ਮਤਲਬ ਵਿਊ ਐ ਡਿਪੈਂਡ ਦੇ ਹਿਸਾਬ ਨਾਲ ਡਿਪੈਂਡ ਕਰਦਾ ਆ ਕਿਉਂਕਿ ਦੇਖੋ ਵੀਡੀਓ ਹੁਣ ਤੁਸੀਂ 10 ਮਿੰਟ ਦੀ ਪਾਰਟ ਹੈ ਹਮਮ ਉਹਨੇ ਡਿਪੈਂਡ ਕਰਦਾ ਨਾ ਕਿੰਨੇ ਲੋਕਾਂ ਨੇ ਕਿੰਨੀ ਲੈਂਥ ਤੱਕ ਉਹਨੂੰ ਵਾਚ ਕੀਤਾ ਆ ਅੱਛਾ ਜੀ ਅਲੱਗ-ਅਲੱਗ ਜੇ ਹੁਣ ਫੋਰ ਐਗਜ਼ਾਮਪਲ ਤੁਸੀਂ ਵੀਡੀਓ ਬਣਾਈ ਆ 10 ਮਿੰਟ ਦੀ ਤੇ ਲੋਕਾਂ ਨੂੰ ਬੋਰਿੰਗ ਲੱਗੀ ਉਹਨਾਂ ਨੇ ਪਹਿਲਾਂ ਹੀ ਸਕਿਪ ਕਰ ਦਈ ਹਮਮ ਠੀਕ ਹੈ ਨਾ ਜਿ ਜਿੰਨਾ ਉਹ ਵੀਡੀਓ ਨੂੰ ਦੇਖੂਗੇ ਕਈ ਵਾਰ ਤੁਸੀਂ ਦੇਖਿਆ ਹੋਣਾ ਵੱਡੀ ਲੈਂਥ ਦੀ ਵੀਡੀਓ ਦੇ ਵਿੱਚ ਉਹਨਾਂ ਨੇ ਛੋਟੇ-ਛੋਟੇ ਪੀਲੇ ਕਲਰ ਦੇ ਉਹ ਟੈਬ ਜੇ ਲਾਏ ਹੁੰਦੇ ਆ ਉੱਥੇ ਉਹ ਆਪ ਚੂਜ਼ ਕੀਤਾ ਹੁੰਦਾ ਜਦੋਂ 10 ਮਿੰਟ ਦੀ ਵੀਡੀਓ ਹੁੰਦੀ ਆ ਅੱਛਾ ਜੀ ਤੁਸੀਂ ਵੀ ਆਪਣਾ ਪੋਡਕਾਸਟ ਹੈ ਜੀ ਘੰਟੇ ਸਭਾ ਘੰਟੇ ਦਾ ਹੁੰਦਾ ਜੀ ਤੇ ਇਤੇ ਵੀ ਮਗਰਬਾ ਪੀਲੇ ਪੀਲੇ ਆਪ ਐਡ ਕਰਨੇ ਆ ਸੀ ਹਾਂ ਤੁਸੀਂ ਕਰ ਸਕਦੇ ਬਿਲਕੁਲ ਬਿਲਕੁਲ ਜੇ 10 ਮਿੰਟ ਤੱਕ ਤੁਹਾਡੀ ਵੀਡੀਓ ਹੈਗੀ ਆ ਤੇ ਛੋਟੀ ਆ ਫਿਰ YouTube ਨੇ ਆਪਣੇ ਹਿਸਾਬ ਨਾਲ ਕਰ ਦਿੰਗੇ ਹੁਣ ਸਾਨੂੰ ਵੀ ਬਹੁਤ ਸਾਰੇ ਚੈਨਲਾਂ ਨੇ ਅਪਰੋਚ ਕੀਤਾ ਜਦੋਂ ਅਸੀਂ ਗੱਲ ਕੀਤੀ ਨਾ ਵੀ ਅਸੀਂ ਸ਼ੁਰੂ ਕਰਨਾ ਪੋਡਕਾਸਟ ਜੀ ਕਹਿੰਦੇ ਸਾਡੇ ਵਾਲਾ ਲੈ ਲੋ ਚੈਨਲ ਜੀ ਮੈਂ ਕਹਾਂ ਨਹੀਂ ਯਾਰ ਬਗਾਨਾ ਇਹ ਨਹੀਂ ਮੰਗਵਾ ਕੇ ਇਹਦਾ ਰੂਪ ਗਵਾਇਆ ਮੈਂ ਕਹਾਂ ਨਹੀਂ ਆਪਣਾ ਹੀ ਸ਼ੁਰੂ ਕਰਾਂਗੇ ਨਹੀਂ 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 ਤੇ ਹੁਣ ਸਗੋਂ ਇੰਨੇ ਵਧੀਆ ਕੰਟੈਂਟ ਪੰਜਾਬ ਬਾਰੇ ਵੀ ਬੋਲੀਦਾ ਆਪਣੇ ਦੇਸ਼ ਬਾਰੇ ਵੀ ਬੋਲੀਦਾ ਹਨ ਸਟੂਡੈਂਟਾਂ ਦੇ ਹੱਕਾਂ ਬਾਰੇ ਆਮ ਇਨਸਾਨ ਦੇ ਹੱਕਾਂ ਬਾਰੇ ਬੋਲੀਦਾ ਪਰ ਸਮਾਂ ਦੇਖਦਾ ਉਹਨਾਂ ਸਾਡੇ ਸਬਸਕ੍ਰਾਈਬਰ ਬਹੁਤ ਘੱਟ ਆ ਹਾਲੇ ਜੀ ਦੇ ਹਿਸਾਬ ਨਾਲ ਕੰਟੈਂਟ ਚ ਵੀ ਕੋਈ ਕਮੀ ਨਹੀਂ ਗਈ ਜੀ ਪਤਾ ਨਹੀਂ ਹੁਣ YouTube ਨਹੀਂ ਅੱਗੇ ਕਰਦੇ ਭਾਈ ਕਰਨਗੇ ਜਾਂ ਫੇ ਸਾਡੇ ਲੋਕਾਂ ਨੂੰ ਸੱਚ ਨਹੀਂ ਸੁਣਿਆ ਜਾਂਦਾ ਇਹ ਵੀ ਹੋ ਸਕਦਾ ਤੇ ਮੈਨੂੰ ਬਹੁਤ ਜਣੇ ਆਈਡੀਆ ਦਿੰਦੇ ਆ ਫਲਾਣੇ ਲੀਡਰ ਖਿਲਾਫ ਬੋਲਦੇ ਜੀ ਫਲਾਣੇ ਧਰਮ ਖਿਲਾਫ ਬੋਲ ਲਾ ਜੀ ਵੀ ਚੱਲ ਜੂਗਾ ਉਹ ਚਾਰ ਦਿਨ ਦਾ ਫੇਮ ਨਹੀਂ ਨਹੀਂ ਨਫਰਤ ਨਹੀਂ ਫਲਾਉਣੀ ਨਹੀਂ ਨਹੀਂ ਮੈਂ ਪਿਆਰ ਵੰਡਣਾ ਬਿਲਕੁਲ ਮੈਂ ਕੋਈ ਗੱਲ ਨਹੀਂ ਮਲਾਈ ਮਲਾਈ ਠੀਕ ਹੈ ਸਾਡੇ ਕੋਲ ਹੈ ਦੁੱਧ ਦੁੱਧ ਹੋਰ ਰੱਖ ਲੈੰਦੋ ਬਸ ਸਹੀ ਹੈ ਭਾਜੀ ਤੁਸੀਂ ਜਿੱਦਾਂ ਯੂਰਪ ਵੀ ਰਹੇ ਹੋ ਇੱਥੇ ਵੀ ਰਹੇ ਹੋ ਹਾਂਜੀ ਮੜਾਏ ਆਪਣੇ ਸਫਰ ਬਾਰੇ ਦੱਸੂਗੇ ਮੈਂ ਭਾਜੀ ਪਹਿਲਾ ਯੂਕੇ ਆਇਆ ਸੀਗਾ ਮੈਂ ਇੱਥੇ ਸਟੱਡੀ ਵੀਜ਼ੇ ਤੇ ਆਇਆ ਸੀਗਾ 2011 ਦੇ ਵਿੱਚ ਮ ਆਇਆ ਸੀਗਾ ਤੇ ਬੜੀਆਂ ਉਮੀਦਾਂ ਲੈ ਕੇ ਆਇਆ ਸੀਗਾ ਪਰ ਇੱਥੇ ਆ ਕੇ ਕੁਝ ਜਿਹੜਾ ਕਹਿੰਦੇ ਜਿਹੜਾ ਆਪਾਂ ਪੰਜਾਬ ਤੋਂ ਸੁਪਨਾ ਲੈ ਕੇ ਆਉਨੇ ਆ ਕਿ ਅਸੀਂ ਬਲੈਤ ਚੱਲੇ ਆ ਤੇ ਉੱਥੇ ਜਾ ਕੇ ਅਸੀਂ ਪਤਾ ਨਹੀਂ ਕੁਰਸੀਆਂ ਤੇ ਬਹਿਣਾ ਆ ਉਹ ਤੁਹਾਨੂੰ ਪਤਾ ਫਿਰ ਇੱਥੇ ਆ ਕੇ ਜਿਹੜਾ ਟੋਟਲੀ ਡਿਫਰੈਂਟ ਹੁੰਦਾ ਆ ਮੈਂ ਵੀ 2011 ਦੇ ਵਿੱਚ ਇੱਥੇ ਸਟੂਡੈਂਟ ਆਇਆ ਸੀ ਇੱਥੇ ਬਰਮਿੰਗਮ ਦੇ ਵਿੱਚ ਪੜ੍ਹਦਾ ਸੀ ਤੇ ਵੀਜ਼ਾ ਮੇਰਾ ਫਿਰ ਕਹਿੰਦੇ ਆ ਡੇਢਕ ਸਾਲ ਦਾ ਵੀਜ਼ਾ ਸੀਗਾ ਐਕਸਪਾਇਰ ਹੋ ਗਿਆ ਚਲੋ ਘਰਾਂ ਦੇ ਵੀ ਹਾਲਾਤ ਆਪਾਂ ਨੂੰ ਪਤਾ ਹੀ ਆਪਾਂ ਕਿਹੜੇ ਚੌਂਦੀਆਂ ਛਤਾਂ ਚੋਂ ਆਏ ਸੀਗੇ ਤੇ ਉਹ ਫਿਰ ਵੀਜ਼ਾ ਜਦੋਂ ਮੇਰਾ ਐਕਸਪਾਇਰ ਹੋ ਗਿਆ ਤੇ ਚਲੋ ਮੈਨੂੰ ਇਹਦੇ 'ਚ ਕੋਈ ਕਹਿੰਦੇ ਹੁੰਦੇ ਆ ਕੋਈ ਸ਼ਰਮ ਨਹੀਂ ਹੈਗੀ ਨਾ ਹੀ ਮੈਨੂੰ ਇਹ ਆ ਕਿ ਕਹਿੰਦੇ ਆਪਣਾ ਢਿੱਡ ਚੱਕੀ ਜਾਂ ਤਮਾਸ਼ਾ ਦੁਨੀਆ ਦੇਖਦੀ ਆ ਪਰ ਮੇਰਾ ਇੱਕ ਹਿਸਾਬ ਆ ਕਿ ਜੇ ਆਪਾਂ ਕਿਸੇ ਨੂੰ ਦੱਸਾਂਗੇ ਨਾ ਇਹ ਗੱਲ ਕਿ ਕੀ ਪਤਾ ਯਾਰ ਕੋਈ ਬੰਦਾ ਡੀਮੋਟੀਵੇਟ ਹੋਇਆ ਹੋਵੇ ਜ਼ਿੰਦਗੀ ਤੋਂ ਹੈ ਨਾ ਬਾਹਰ ਆਇਆ ਹੋਵੇ ਮੇਰੇ ਵਾਂਗੂ ਤੇ ਉਹ ਇਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਉ ਇਸ ਸ਼ੋਅ ਨੂੰ ਦੇਖ ਕੇ ਕਾਪਾ ਤਾਂ ਮੋਟੀਵੇਟ ਹੋ ਜਵੇ ਜੀ ਜੀ ਹਨਾ ਮੈਂ ਵੀ ਇੱਥੇ ਇੰਗਲੈਂਡ ਆਇਆ ਜਦੋਂ ਮੇਰਾ ਡੇਢ ਸਾਲ ਦਾ ਵੀਜ਼ਾ ਸੀ ਅੱਜ ਕੱਲ ਤਾਂ 20 ਘੰਟੇ ਇਜਾਜ਼ਤ ਤਾਂ ਮੇਨ ਤਾਂ 10 ਘੰਟੇ ਇਜਾਜ਼ਤ ਸੀਗੀ ਤੇ ਮੈਂ ਬਰਮਿੰਗਮ ਟਾਊਨ ਦੇ ਵਿੱਚ ਪੜਦਾ ਸੀਗਾ ਤੇ ਇੱਥੇ ਸੋਹੋ ਰੋਡ ਤੇ ਮੈਂ ਕੰਮ ਕਰਦਾ ਸੀਗਾ ਤੇ ਗੱਲ ਇਦਾਂ ਹੋਈ ਕਿ ਮੈਂ ਇੱਕ ਦਿਨ ਬਿਲਡਰ ਆਪਣੇ ਭਾਜੀ ਇੱਥੇ ਪੈਸਟਪਰੋਮੇ ਰਹਿੰਦੇ ਆ ਉਹਦੇ ਨਾਲ ਉਹਨਾਂ ਦੇ ਨਾਲ ਉਹਨਾਂ ਦੀ ਗੱਡੀ 'ਚ ਮੈਂ ਟੈਲਾਂ ਲੈਣ ਜਾਂਦਾ ਸੀਗਾ ਤਾਂ ਕੰਵਰੀ ਕਿਸਮਤ ਹੀ ਮਹਾਰਾਜ ਨੇ ਇਸ ਤਰ੍ਹਾਂ ਲਿਖੀ ਸੀ ਕਿ ਮੈਂ ਫੜ ਹੋਣਾ ਸੀ ਤੇ ਬਸ ਪਿੱਛੇ ਤੁਹਾਨੂੰ ਯਾਦ ਹੋਣਾ 2012 ਦੇ ਵਿੱਚ ਬੋਰਿਸ ਜੌਨਸਨ ਜਦੋਂ ਇੱਥੇ ਪ੍ਰਾਈਮ ਮਿਨਿਸਟਰ ਬਣਿਆ ਗਿਆ ਉਦੋਂ 올림픽 ਜਾਂ ਕੁਝ ਖੇਡਾਂ ਹੋਈਆਂ ਸੀ ਲੰਡਨ ਦੇ ਵਿੱਚ ਉਦੋਂ ਥੋੜੀ ਜਿਹੀ ਸਖਤਾਈ ਬਹੁਤ ਕਰ ਦਿੱਤੀ ਹੋਣੀ ਤੁਹਾਨੂੰ ਯਾਦ ਹੋਣਾ ਸਾਊਥ ਹਾਲ 'ਚ ਛਾਪਾ ਪਿਆ ਸੀ ਜਦੋਂ ਬੋਰਿਸ ਜੌਨਸਨ ਬਣਿਆ ਆ ਆਪ ਜਾਂਦਾ ਹੁੰਦਾ ਸੀ ਇਹ ਬਿਲਕੁਲ ਤੇ ਉਸ ਸਮੇਂ ਇਹਨਾਂ ਨੇ ਜਿਹੜੇ ਪਕੜੋ ਪਕੜੀ ਬਹੁਤ ਕਰ ਦਿੱਤੀ ਬਸ ਉਹਦੇ 'ਚ ਮੈਡਿਕ ਆ ਗਿਆ ਬਸ ਸੈਤਨਪਤਾ ਮੈਂ ਪੰਜਾਬ ਤੋਂ ਆਇਆ ਸੀਗਾ ਤੇ ਫਿੰਗਰ ਸਾਡੇ ਇਹਨਾਂ ਕੋਲ ਪਹਿਲੇ ਹੁੰਦੇ ਸੀਗੇ ਜਿਹੜੇ ਸਟੱਡੀ ਵੀਜ਼ਿਆਂ ਤੇ ਵੀ ਆਉਂਦੀ ਆ ਤੇ ਬਸ ਇਹਨਾਂ ਕੋਲ ਮਸ਼ੀਨ ਹੁੰਦੀ ਇਹਨਾਂ ਨੇ ਅਗੂਠਾ ਰਖਵਾਇਆ ਤੇ ਅਰੈਸਟ ਕਰਕੇ ਮੈਨੂੰ ਸਮੈਦਗ ਲੈ ਗਏ ਉਤੋਂ ਫਿਰ ਤਾਨੂੰ ਪਤਾ ਜਿਹੜੇ ਗੈਰੀ ਸੰਧੂ ਇੱਕ ਸਿੰਗਰ ਜਿਹੜੇ ਆਪਣੇ ਪੰਜਾਬ ਤੋਂ ਰੁੜਕਿਆ ਕਲਾ ਤੋਂ ਸੋ ਉਹਨਾਂ ਦੀ ਵੀ ਤੁਸੀਂ ਇੱਕ ਇੰਟਰਵਿਊ ਦੇਖੀ ਹੋਣੀ ਉਹਨਾਂ ਨੂੰ 3 ਦਿਨ ਰੱਖਿਆ ਸੀ ਸੈਲ ਦੇ ਵਿੱਚ ਡਿਟੈਂਸ਼ਨ ਸੈਂਟਰ ਨਹੀਂ ਸੈਲ ਜਿਹੜੀ ਇੱਕ ਪੁਲਿਸ ਸਟੇਸ਼ਨ ਚ ਪਹਿਲਾਂ ਹੁੰਦੀ ਹੈ ਅੱਛਾ ਅੱਛਾ ਹਾਂ ਜਿਵੇਂ ਹਵਾਲਾ ਛੋਟਾ ਜਿਹਾ ਕਮਰਾ ਹਾਂਜੀ ਹਾਂਜੀ ਮੈਨੂੰ ਉੱਥੇ ਰੱਖਿਆ ਤੇ ਮੈਂ ਗੈਰੀ ਸੰਧੂ ਭਾਜੀ ਦੀ ਵੀ ਇੱਕ ਵਾਰ ਵੀਡੀਓ ਦੇਖੀ ਸੀਗੀ ਇੰਟਰਵਿਊ ਦੇਖੀ ਸੀਗੀ ਕਿ ਉਹ 3 ਦਿਨ ਪਤਾ ਨਹੀਂ ਕਿੱਦਾਂ ਰਹੇ ਮੈਨੂੰ ਨਹੀਂ ਪਤਾ ਮੈਂ ਤਾਂ ਸਿਰਫ ਤੇ ਡੇਢ ਦੋ ਕੁ ਦਿਨ ਰਿਹਾ ਸੀਗਾ ਨਾ ਤੁਹਾਨੂੰ ਪਤਾ ਲੱਗਦਾ के बाहर चांदण ना पता लगदा ਹਨੇਰਾ ਆ ਛੋਟਾ ਜਿਹਾ ਬਹੁਤ ਛੋਟਾ ਜਿਹਾ ਕਮਰਾ ਆ ਨਾਵਾ ਵੀ ਨਾ ਲਾਈਟ ਆ ਵੀ ਮੈਂ ਵੀ ਨਹੀਂ ਆਇਆ ਜੀ ਜੀ ਬਿਲਕੁਲ ਸਾਰੇ ਕਿਤੇ ਨਾ ਕਿਤੇ ਜਿਹੜੇ ਇੰਗਲੈਂਡ ਚ ਭਰਾ ਸਾਡੇ ਪੱਕੇ ਹੋਏ ਸਾਰੇ ਘੇੜੇ ਲਾ ਕੇ ਸਾਰੇ ਘੇੜੇ ਲਾ ਕੇ ਆਏ ਬਈ ਬਸ ਉਥੋਂ ਫਿਰ ਮੈਂ ਆਪਣਾ ਪਾਸਪੋਰਟ ਮਗਾ ਕੇ ਦੇ ਦਿੱਤਾ ਕਿਉਂਕਿ ਤੁਹਾਨੂੰ ਪਤਾ ਆ ਚਲੋ ਹਰੇਕ ਦੀ ਜੌਬ ਹੁੰਦੀ ਆਪਾਂ ਇਦਾਂ ਵੀ ਨਹੀਂ ਕਹਿ ਸਕਦੇ ਯਾਰ ਸਾਡੇ ਪੰਜਾਬੀ ਇਮੀਗ੍ਰੇਸ਼ਨਾਂ ਚ ਤੇ ਸਾਡੇ ਲਈ ਫੇਵਰ ਨਹੀਂ ਕਰਦੇ ਅੰਕਲ ਜੀ ਸਿਗਿਆ ਸਾਡੇ ਥਾਂ ਨਕੋਦਰ ਤੋਂ ਸਿਆਣਾ ਹੀ ਸੀਗਾ ਇਮੀਗ੍ਰੇਸ਼ਨ ਚ ਮੈਂ ਨਾਂ ਨਹੀਂ ਉਹਨਾਂ ਦਾ ਲੈਣਾ ਉਹਨਾਂ ਨੇ ਪਤਿਆ ਆ ਕੇ ਮੇਰੇ ਕੋਲ ਪਾਸਪੋਰਟ ਮੰਗਾ ਲਿਆ ਤੇ ਉਹੀ ਗੱਲ ਜਿੱਦਾਂ ਬਾਈ ਗੈਰੀ ਸੰਧੂ ਤੇ ਕਹਿੰਦੇ ਉਹ ਠੱਪਾ ਲੱਗ ਗਿਆ ਸੀ ਪਾਸਪੋਰਟ ਤੇ 10 ਸਾਲ ਦਾ ਜਾਂ ਕੋਸ਼ ਸਾਲਾਂ ਦਾ ਉਸ ਹਿਸਾਬ ਨਾਲ ਮੈਨੂੰ ਕਿ ਕੋਈ ਨਾ ਕਾਕਾ ਤੂੰ ਇੰਡੀਆ ਚੱਲ ਜਾ ਤੇ ਤੇਰੇ ਮੈਂ ਤੇਰੇ ਇਨਾਂ ਤਨ ਨੂੰ ਪ੍ਰੋਮਿਸ ਕਰਦਾ ਮੈਂ ਤੇਰੇ ਤੇ ਠੱਪਾ ਨਹੀਂ ਲਾਉਂਗਾ ਤੇ ਤੂੰ ਇੰਡੀਆ ਜਾ ਤੇ ਵਾਪਸ ਮੁੜਿਆ ਤੇ ਮੈਂ ਵੀ ਸੋਚਿਆ ਕਿ ਲੈ ਯਾਰ ਆ ਤਾਂ ਵਧੀਆ ਗੱਲ ਫੜ ਹੋ ਗਿਆ ਕੋਈ ਗੱਲ ਨਹੀਂ ਜਦੋਂ ਅੰਕਲ ਜੀ ਕਹਿੰਦੇ ਨਾਲੇ ਆਪਣੇ ਪੰਜਾਬੀ ਆ ਤੇ ਤੂੰ ਇੰਡੀਆ ਚਲ ਜਾ ਨਾਲੇ ਆਪਣੇ ਘਰ ਦੇ ਨਾਲ ਮਿਲਿਆਉਂਗਾ ਫੇਰ ਮੈਂ ਵੀਜ਼ਾ ਅਪਲਾਈ ਕਰ ਲਵਾਂਗਾ ਫੇਰ ਇੱਥੇ ਆ ਜੂਗਾ ਪਰ ਮੈਨੂੰ ਕੀ ਪਤਾ ਸੀ ਕਹਿੰਦੇ ਹੁੰਦੇ ਉਹ ਇੱਕ ਜਰੀਆ ਇਹਨਾਂ ਦਾ ਹੁੰਦਾ ਇਹਨਾਂ ਦੀ ਜੌਬ ਹੁੰਦੀ ਆ ਕਿ ਕਿਸ ਤਰ੍ਹਾਂ ਬੰਦੇ ਕੋਲ ਜਿਹੜਾ ਉਹਦਾ ਆਈਡੀ ਪ੍ਰੂਫ ਮੰਗਾਇਆ ਜਾਵੇ ਤੇ ਉਸ ਤੋਂ ਬਾਅਦ ਇਹਨਾਂ ਨੇ ਫੇਰ ਮੈਨੂੰ ਵੋਟ ਕਰਤਾ ਪਾਸਪੋਰਟ ਆਇਆ ਜਦੋਂ ਪਾਜੀ ਮੈਂ ਪਾਸਪੋਰਟ ਦੇ ਦਿੱਤਾ ਅਸਲ ਦੇ ਵਿੱਚ ਪਾਜੀ ਮੇਰੇ ਜਿਹੜੇ ਗਾਫੇ ਸੀ ਨਾ ਸੋ ਗਾਫੇ ਦਾ ਮਤਲਬ ਜਿਹੜੇ ਭਾਸ਼ਾ ਦੇ ਇੰਡੀਆ ਤੋਂ ਦੇਖੂਗੇ ਜਾਂ ਹੋਰ ਕਿਸੇ ਦੇਸ਼ ਤੋਂ ਗਾਫੇ ਦਾ ਮਤਲਬ ਬੌਸ ਜਿਹਦੇ ਲਈ ਤੁਸੀਂ ਕੰਮ ਕਰਦੇ ਆ ਤੇ ਉਹ ਮੈਨੂੰ ਕਹਿੰਦੇ ਸੀ ਕਿ ਨਾਤਾ ਜੀ ਆਪਣਾ ਤੂੰ ਪਾਸਪੋਰਟ ਨਾਲ ਤੇ ਮੈਂ ਕਿਹਾ ਭਾਜੀ ਕਿ ਜਿਹੜੇ ਕਮਰੇ 'ਚ ਮੈਨੂੰ ਰੱਖਿਆ ਮੈਂ ਇੱਥੇ ਮਰ ਜਣਾ ਤਨ ਵੀ ਪਤਾ ਉਹ ਕਮਰਾ ਇੰਨਾ ਛੋਟਾ ਹੈ ਨਾ ਉਹ ਚ ਹਵਾ ਨਹੀਂ ਆਉਂਦੀ ਆ ਕੱਲ ਤੁਸੀਂ ਫੋਨ ਤੇ ਕੀਤੀ ਉਹਨਾਂ ਨਾਲ ਹਾਂਜੀ ਹਾਂਜੀ ਕਿਉਂਕਿ ਉਹ ਛੋਟਾ ਜਿਹਾ ਫੋਨ ਦੇ ਦਿੰਦੇ ਆ ਨਾ ਜਦੋਂ ਫੜ ਹੁੰਦਾ ਪਹਿਲੀ ਗੱਲ ਤੁਹਾਡੇ ਕੋਲ ਜੋ ਜੇਬਾਂ ਚ ਹੈ ਕੱਢ ਲੈਂਦੇ ਆ ਜਦੋਂ ਤੁਸੀਂ ਕੜਾ ਪਾਇਆ ਬੈਂਟ ਲਾਈਓ ਸਾਰਾ ਕੁਛ ਨਾ ਕਿ ਇਹਨਾਂ ਨੂੰ ਇਹ ਹੁੰਦਾ ਕੁਛ ਆਪਾਂ ਗਲਤ ਨਾ ਕਰ ਲਈਏ ਸੈਲ ਦੇ ਵਿੱਚ ਜਾ ਕੇ ਤੇ ਮੈਂ ਫੋਨ ਕਰਕੇ ਹੀ ਪਾਸਪੋਰਟ ਮੰਗਾਇਆ ਸੀ ਇੱਥੇ ਆਪਣੇ ਸਮੈਦਗੀ ਰੈਡ ਕਾਉ ਪਬ ਦੇ ਲੱਗ ਗਈ ਆ ਉਹ ਪੁਲਿਸ ਸਟੇਸ਼ਨ ਪ੍ਰਾਣਾ ਤੇ ਉੱਥੋਂ ਫਿਰ ਜਦੋਂ ਪਾਸਪੋਰਟ ਦੇਤਾ ਫਿਰ ਤੁਹਾਨੂੰ ਪਤਾ ਈਜ਼ੀ ਹੋ ਜਾਂਦਾ ਇਹਨਾਂ ਦੇ ਲਈ ਇੰਡੀਆ ਡਿਪੋਰਟ ਫਿਰ ਇਹ ਮੈਨੂੰ ਲਿੰਕਨ ਸ਼ੈਰ ਲੈ ਕੇ ਗਏ ਤੇ ਉੱਥੇ ਫਿਰ ਮੈਨੂੰ ਉਹ ਜਿਹੜਾ ਡਿਟੈਂਸ਼ਨਲ ਸੈਂਟਰ ਹੁੰਦਾ ਉੱਥੇ ਰੱਖਿਆ ਤੇ ਮੈਨੂੰ ਅੱਜ ਵੀ ਯਾਦ ਆ 2012 ਸਤੰਬਰ ਦੀ ਗੱਲ ਹੈ ਤੇ ਉਹ ਜੇਲ ਦਾ ਜਿਹੜਾ ਦਰਵਾਜ਼ਾ ਹੁੰਦਾ ਉਹਦੇ ਥੱਲੇ ਲੈਟਰ ਆਇਆ ਸੀ ਤੇ ਜਦੋਂ ਮੈਂ ਲੈਟਰ ਖੋਲ੍ਹਿਆ ਤੇ ਉਹ ਮੇਰੀ ਅਸਲ ਚਿੱਟੇ ਖਿੱਟ ਸੀ ਡਿਪੋਰਟ ਕਰਨਾਂ ਜਦੋਂ ਮੈਨੂੰ ਸੀਗਾ ਤੇ ਫਿਰ ਮੈਂ ਆਪਣੇ ਗਾਫੇ ਨੂੰ ਹੀ ਜਿਨ੍ਹਾਂ ਨਾਲ ਮੈਂ ਕੰਮ ਕਰਦਾ ਸੀ ਬਾਜੀ ਉਹਨਾਂ ਨੂੰ ਮੈਂ ਦੱਸਿਆ ਮੈਂ ਕਿ ਬਾਜੀ ਆਪਣਾ ਸਾਥ ਇੰਨਾ ਹੀ ਸੀ ਤੇ ਚਲੋ ਮੈਂ ਚੱਲਾਂ ਪਰ ਉਹਨਾਂ ਨੂੰ ਨਾ ਜਿਨ੍ਹਾਂ ਨਾਲ ਮੈਂ ਕੰਮ ਕਰਦਾ ਸੀ ਦੇਖੋ ਇੱਥੇ ਬਹੁਤ ਤੁਸੀਂ ਗਾਫਿਆਂ ਦਾ ਕੰਮ ਕੀਤਾ ਹੋਣਾ ਬਹੁਤ ਬਿਲਡਰਾਂ ਦਾ ਵੀ ਕੀਤਾ ਹੋਣਾ ਸ਼ਾਪਾਂ ਤੇ ਵੀ ਕੀਤਾ ਹੋਣਾ ਤੁਹਾਨੂੰ ਚੰਗੇ ਇਨਸਾਨ ਵੀ ਮਿਲੇ ਹੋਣੇ ਮਾੜੇ ਵੀ ਮਿਲੇ ਜੀ 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 ਜੇ ਮੈਂ ਕੰਮ ਮੈਂ ਇੰਗਲੈਂਡ ਦੇ ਵਿੱਚ ਹੈਗਾ ਆ ਜਾਂ ਮੈਂ ਇੱਥੇ ਸਾਰਾ ਕੁਝ ਹੈਗਾ ਕਿਤੇ ਨਾ ਕਿਤੇ ਮੈਂ ਆਪਣੇ ਗਾਫੇ ਨੂੰ ਹਮੇਸ਼ਾ ਉਹਦਾ ਜਿਹੜਾ ਕਹਿੰਦਾ ਹੁੰਦਾ ਇੱਕ ਇੱਕ ਸਹਾਰਾ ਦਿੰਦਾ ਹੁੰਦਾ ਆ ਕਿ ਕਾਮਯਾਬੀ ਦਾ ਕਿਰਜ ਜੇ ਮੈਂ ਇਸ ਮੁਲਕ 'ਚ ਹੈਗਾ ਆ ਤੇ ਇਸ ਬੰਦੇ ਕਰਕੇ ਆ ਚਲੋ ਉਹਨਾਂ ਨੇ ਫਿਰ ਮੈਨੂੰ ਫੋਨ ਤੇ ਕਿਹਾ ਕਿ ਤਾਜੀ ਤੂੰ ਇੰਡੀਆ ਨਹੀਂ ਜਾਣਾ ਮੈਂ ਕਹਾਂ ਨਹੀਂ ਭਾਜੀ ਫਿਰ ਮੇਰੀ ਤਾਂ ਹੁਣ ਟਿਕਟ ਆ ਗਈ ਆ ਤੇ ਕਹਿੰਦੇ ਨਹੀਂ ਨਹੀਂ ਤੂੰ ਇੰਡੀਆ ਨਹੀਂ ਜਾਣਾ ਜੋ ਮਰਜੀ ਆ ਤੂੰ ਕਿਸੇ ਤਰ੍ਹਾਂ ਵੀ ਇਥੋਂ ਅੰਦਰੋਂ ਨਿਕਲ ਜਾ ਤੇ ਚਲੋ ਮੈਂ ਉਹਨਾਂ ਦੀ ਗੱਲ ਮੰਨੀ ਤੇ ਉੱਥੇ ਅੰਦਰ ਰਿਸੈਪਸ਼ਨ ਹੁੰਦੀਆਂ ਜੇਲ੍ਹਾਂ ਦੇ ਵਿੱਚ ਤੇ ਰਿਸੈਪਸ਼ਨ ਤੇ ਜਾ ਕੇ ਕਿਹਾ ਮੈਂ ਕਹਾਂ ਮੈਂ ਇੰਡੀਆ ਨਹੀਂ ਜਾਣਾ ਬਈ ਤੇ ਕਹਿੰਦੇ ਕਿਉਂ ਨਹੀਂ ਜਾਣਾ ਬਈ ਮੇਰਾ ਉੱਥੇ ਕਿਸੇ ਨਾਲ ਲੜਾਈ ਝਗੜਾ ਆਇਆ ਤੇ ਮੈਂ ਨਹੀਂ ਜਾਣਾ ਚਾਹੁੰਦਾ ਤੇ ਤੁਹਾਨੂੰ ਪਤਾ ਸਾਰੇ ਝੂਠੇ ਬੋਲਦੇ ਹੁੰਦੇ ਆ ਤੇ ਜਦੋਂ ਉਹਨਾਂ ਨੇ ਦੇਖਿਆ ਬਈ ਕਹਿੰਦੇ ਪੇ ਤੂੰ ਪਹਿਲਾਂ ਤਾਂ ਆਪ ਆਪ ਪਾਸਪੋਰਟ ਦਿੱਤਾ ਸੀ ਉੱਥੇ ਸਮੈਟਿਕ ਜਦੋਂ ਫੜ ਹੋਇਆ ਮੈਂ ਕਹ ਬਈ ਮੈਂ ਡਰਦੇ ਨਾ ਫੜਾਤਾ ਸੀ ਹੁਣ ਮੈਂ ਕੀ ਕਰਦਾ ਹੈਨਾ ਤੇ ਫਿਰ ਉਹਨਾਂ ਨੇ ਕੀ ਕੀਤਾ ਮੈਨੂੰ ਵਕੀਲ ਦਿੱਤਾ ਤੇ ਮੈਨੂੰ ਜੇਲ੍ਹ ਦੇ ਵਿੱਚ ਹੀ ਕਈ ਮੇਰੇ ਭਰਾ ਜਿੱਦਾਂ Hindu ਭਰਾ ਆਪਣੇ Gujarati Muslim ਭਰਾ ਆਪਣੇ ਇੰਡੀਆ ਤੋਂ ਉਹਨਾਂ ਨੇ ਮੈਨੂੰ ਅਡਵਾਈਸ ਦਿੱਤੀ ਕਿ ਜੇ ਵਕੀਲ ਕਰਨਾ ਨਾ ਜਿਹੜੇ ਅੰਦਰ ਫ੍ਰੀ ਹੁੰਦੇ ਆ ਸੌਲੀਸੀਟਰ ਤੂੰ ਉਹ ਪਾਕਿਸਤਾਨੀ ਬੰਦਾ ਕਰੀ ਪਤਾ ਨਹੀਂ ਕਿਉਂ ਕਿਹਾ ਪਰ ਜਿਹੜਾ ਉਹਨਾਂ ਨੇ ਰੀਜ਼ਨ ਦਿੱਤਾ ਸੀ ਕਿ ਇਨਾਂ ਨੂੰ ਮਿਲਣਾ ਬੇਸ਼ੱਕ ਗਵਰਨਮੈਂਟ ਵੱਲੋਂ ਹੀ ਆ ਜੋ ਵੀ ਤੁਹਾਡੇ ਲਈ ਇਹਨਾਂ ਨੇ ਕਰਨਾ ਆ ਪਰ ਕਿਤੇ ਨਾ ਕਿਤੇ ਇਹ ਫਿਰ ਵੀ ਕੋਸ਼ਿਸ਼ ਕਰਦੇ ਤੁਹਾਨੂੰ ਕਢਵਾ ਦਈਏ ਆਪਣੇ ਬੰਦੇ ਨਹੀਂ ਕਰਦੇ ਸਿਕਨ ਆ ਸੌਰੀ ਅਸੀਂ ਰੇਸਿਸਟ ਨਹੀਂ ਹੈਗੇ ਨਾ ਹੀ ਇਹ ਆ ਕਿ ਆਪਾਂ ਕਿਸੇ ਕੌਮ ਨੂੰ ਨਫ਼ਰਤ ਕਰਦੇ ਆ ਪਰ ਇਹ ਕਿਤੇ ਨਾ ਕਿਤੇ ਪਰਦੇਸਾਂ ਦੇ ਵਿੱਚ ਇੱਕ ਸੱਚ ਹੈ ਕਿ ਸਾਡੇ ਬੰਦੇ ਸਾਡੀਆਂ ਲੱਤਾਂ ਖਿੱਚਦੇ ਆ ਉਹ ਚਾਹੇ ਕਿਸੇ ਫਿਰਕੂ ਚ ਹੋਵੇ ਕਿਸੇ ਵੀ ਡਿਪਾਰਟਮੈਂਟ ਚ ਹੋਣਾ ਫਾਇਦਾ ਨਹੀਂ ਕਰਦੇ ਨਹੀਂ ਫਿਰ ਚਲੋ ਉਹਨਾਂ ਨੇ ਫੈਕਸ ਮਾਰ ਦਿੱਤੀ ਤੇ ਮੈਨੂੰ ਵੀ ਆਪਣੇ ਪਾਕਿਸਤਾਨੀ ਜਿਹੜੇ ਸੌਲਿਸੀਟਰ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਫੈਕਸ ਕਰ ਦੋ ਤੇ ਹੌਲੀ ਹੌਲੀ ਜਿਹੜਾ ਟਾਈਮ ਆਂਦਾ ਗਿਆ ਤੇ ਧੜਕਣ ਜਿਹੜੀ ਆ ਚਲਦੀ ਰਹੀ ਕਿ ਇਹਨਾਂ ਨੇ ਮੈਨੂੰ ਡਿਪੋਰਟ ਕਰ ਦੇਣਾ ਆ ਤੇ ਹਜੇ ਤੱਕ ਤਾਂ ਕੋਈ ਸੁਣਵਾਈ ਆਈ ਨਹੀਂ ਕਿਸੇ ਤਰ੍ਹਾਂ ਦੀ ਕਿ ਮੇਰੇ ਨਾਲ ਅਸਾਂ ਚ ਇਹਨਾਂ ਨੇ ਕਰਨਾ ਕੀ ਆ ਮੈਨੂੰ ਪਿੱਛੇ ਭੇਜਣਾ ਜਾਂ ਮੈਨੂੰ ਛੱਡਣਾ ਆ ਅੱਛਾ ਜੀ ਤੇ ਫਿਰ ਜਦੋਂ ਅੱਜ ਵੀ ਯਾਦ ਆ 14 ਸਤੰਬਰ 2022 ਸੌਰੀ 2012 ਤੇ ਉਦੋਂ ਇਹਨਾਂ ਨੇ ਮੈਨੂੰ ਹੀਥਰੋ ਲੈ ਕੇ ਹੂੰ ਤੇ 15 ਨੂੰ ਚਾੜਨਾ ਸੀ ਅਗਲੇ ਦਿਨ ਤੇ ਜਦੋਂ ਹੀਥਰੋ ਲੈ ਕੇ ਗਏ ਤੁਹਾਨੂੰ ਪਤਾ ਇਹ ਛੋਟਾ ਜਿਹਾ ਆਪਾਂ ਨੂੰ ਫੋਨ ਦੇ ਦਿੱਤਾ ਕਿਹਦੇ ਸੰਚ ਭਾਜੀ ਇਹ 2012 ਦੀ ਗੱਲ ਅੱਛੇ 12 ਚ ਠੀਕ ਬਿਲਕੁਲ ਬਿਲਕੁਲ 11 ਚ ਮੈਂ ਇੰਗਲੈਂਡ ਆਇਆ ਸੀ ਤੇ ਜਦੋਂ ਉਹ ਫੋਨ ਜਿਹੜਾ ਮੈਨੂੰ ਇਹਨਾਂ ਨੇ ਦਿੱਤਾ ਆ ਛੋਟਾ ਜਿਹਾ ਕਿਉਂਕਿ ਤੁਹਾਨੂੰ ਪਤਾ ਜਿਹੜੇ ਕੈਮਰੇ ਵਾਲੇ ਹੁੰਦੇ ਫੋਨ ਰੱਖ ਲੈਂਦੇ ਆ ਕਿ ਚਲੋ ਕੋਈ ਫੋਟੋ ਨਾ ਲੀਕੇਜ ਹੋ ਜਾਵੇ ਖਿੱਚ ਕੇ ਇੰਟਰਨੈਟ ਤੇ ਇਸ ਕਰਕੇ ਛੋਟੇ ਜਿਹੇ ਦੇ ਦਿੰਦੇ ਫੋਨ ਉਹ ਫੋਨ ਵੀ ਲੈ ਲਿਆ ਕਿ ਕਿਤੇ ਉਹਨਾਂ ਨੂੰ ਪਤਾ ਸੀ ਕੱਲ ਨੂੰ ਇਹਨੂੰ ਚਾੜ ਤੇ ਹੋਰ ਨਾ ਕਿਤੇ ਇਹ ਕਿਸੇ ਨੂੰ ਸਾਧ ਲਵੇ ਬੇਲ ਕਰਾ ਲਵੇ ਹਨਾ ਜਾਂ ਕੋਈ ਕੋਈ ਜਰੀਆ ਲੱਭ ਲਵੇ ਤੇ ਇਹਨਾਂ ਨੇ ਫਿਰ ਜੇ ਮੈਨੂੰ ਫੋਨ ਵੀ ਨਹੀਂ ਦਿੱਤਾ ਮੈਂ ਬੜਾ ਪਟਿਆ ਤੇ ਕਰਦੇ ਕਰਾਂਦਿਆਂ ਨੂੰ ਇਹਨਾਂ ਨੇ ਮੈਨੂੰ ਮਤਲਬ ਆਪਣਾ ਫੋਨ ਦਿੱਤਾ ਨਹੀਂ ਤੇ ਦੂਜੇ ਦਿਨ ਮੈਨੂੰ ਚਾੜਨਾ ਸੀ ਤੇ ਮੈਂ ਵੀ ਅੰਦਰੋਂ ਕਹਿੰਦੇ ਕੁੰਡੀਆਂ ਲਾ ਲਈਆਂ ਉਦੋਂ ਸੋਚਿਆ ਇਦਾਂ ਹੀ ਕਿ ਲੈ ਕੋਈ ਨਾ ਜੇ ਆਣਗੇ ਤਾਂ ਹੁਣ ਇਹ ਕੁੰਡੀਆਂ ਪਟ ਕੇ ਹੀ ਆਣਗੇ ਜੇ ਸਵੇਰ ਨੂੰ ਮੈਨੂੰ ਚਾੜੂਗੇ ਤੇ ਸਵੇਰੇ 10:00 ਕ ਮੈਨੂੰ 11:00 ਵਜੇ ਚਾਹਣਾ ਸੀ ਪਾਜੀ ਮੈਂ ਕੁਦਰਤੀ 12:00 1:00 ਵਜੇ ਉੱਠਿਆ ਤੇ ਮੈਂ ਵੀ ਹਰਾਨ ਹੋ ਗਿਆ ਯਾਰ 12:00 1:00 ਬੱਜ ਗਏ ਆ ਤੇ ਇਹਨਾਂ ਨੇ ਮੈਨੂੰ ਚਾੜ੍ਹਿਆ ਘਾਤਾ ਹੀ ਨਹੀਂ ਹਜੇ ਤੇ ਚਲੋ ਕੁਛ ਨਹੀਂ ਬੋਲਿਆ ਤੇ ਨਾ ਮੈਂ ਪੁੱਛਿਆ ਕਿੱਛਿਆ ਇਹਨਾਂ ਨੇ ਫੇਰ ਮੈਨੂੰ ਪਾਜੀ ਚੱਕਿਆ ਤੁਹਾਨੂੰ ਪਤਾ ਰਿਲਾਇਸ ਕੰਪਨੀ ਦੀਆਂ ਗੱਡੀਆਂ ਹੁੰਦੀਆਂ ਸੀ ਉਦੋਂ ਜਿਨ੍ਹਾਂ ਦੇ ਵਿੱਚ ਇਹ ਟਰਾਂਸਫਰ ਕਰਦੇ ਸੀ ਕੈਦੀਆਂ ਨੂੰ ਤੇ ਉਹ ਬੈਨਾਂ ਜਿਹੜੀਆਂ ਗੱਡੀਆਂ ਸੀ ਉਹਦੇ ਵਿੱਚ ਫੇਰ ਬਟਾ ਲਿਆ ਨਾਲੇ ਮੇਰਾ ਸੂਟਕੇਸ ਕੋਸ਼ਕ ਆਪਣੇ ਭਰਾ ਪਾਕਿਸਤਾਨ ਦੇ ਸੀ ਕੋਸ਼ਕ ਇੰਡੀਆ ਦੇ ਸੀ ਫੇਰ ਮ ਉੱਥੋਂ ਜਦੋਂ ਹੀਥਰੋ ਤੋਂ ਗੱਡੀ 2-3 ਘੰਟੇ ਦੀ ਬਾਅਦ ਤੇ ਗਈ ਨਾ ਸਾਊਥ ਹੈਮਪਟਨ ਉੱਥੋਂ ਵੀ ਅੰਦਰ ਇੱਕ ਗੋਰਾ ਆਦਾ ਆ ਤੇ ਮੇਰਾ ਨਾਮ ਲੈਂਦਾ ਹੂ ਇਜ਼ ਮਿਸਟਰ ਗਿਲ ਕਹਿੰਦਾ ਮਿਸਟਰ ਗਿਲ ਕੋਲ ਮੈਂ ਹੱਥ ਖੜਾ ਕਰ ਦਿੰਦਾ ਤੇ ਮੈਨੂੰ ਕਹਿ ਦਿੰਦਾ ਕਿ ਆ ਜਾ ਅੰਦਰ ਨੂੰ ਤੈਨੂੰ ਅਸੀ ਰੀਲੀਜ਼ ਕਰਨ ਲੱਗੇ ਆ ਮਤਲਬ ਤੇ ਛੱਡਣ ਲੱਗੇ ਆ ਤੇ ਮੈਂ ਪਾਜੀ ਬੜਾ ਖੁਸ਼ ਹੋਇਆ ਚਲੋ ਉਹਨਾਂ ਨੇ ਮੇਰਾ ਮੈਡੀਕਲ ਕੀਤਾ ਹਾਈਟ ਨਾਪੀ ਪਾਸਪੋਰਟ ਪਾਜੀ ਮੇਰਾ ਰੱਖ ਲਿਆ ਮੈਂ ਮੰਗਿਆ ਕਹਿੰਦੇ ਇਹ ਤਾਂ ਤੁਹਾਨੂੰ ਹੁਣ ਮਿਲਣਾ ਨਹੀਂ ਇੱਕ ਪੀਪਰ ਜੇ ਦੇ ਤਾਂ ਉਹਦੇ ਉੱਪਰ ਮੇਰੀ ਫੋਟੋ ਲਾਤੀ ਅਸਾਈਲਮ ਲਾਤੀ ਨਹੀਂ ਅਸਾਈਲਮ ਹਾਂ ਤੁਸੀਂ ਇਦਾਂ ਕਹਿ ਸਕਦੇ ਕਿ ਮੈਂ ਇਹੀ ਕਿਹਾ ਸੀ ਨਾ ਤੇ ਉਹਨਾਂ ਨੇ ਫਿਰ ਭਾਜੀ ਮੈਨੂੰ ਉਹ ਇੱਕ ਪੀਪਰ ਦੇ ਤਾਂ ਉੱਪਰ ਫੋਟੋ ਲਾਤੀ ਕਿ ਤੂੰ ਸੈਨਾ ਦੇ ਜਾਣਾ ਸੋਲੀ ਹਲ ਹੂੰ ਤੇ ਜਿਹੜਾ ਤੂੰ ਆਪਣੇ ਸੋਲੀ ਹਲ ਸੈਨਾ ਤੇ ਜਾਇਆ ਕਰਨਾ ਆ ਪਰ ਤੰਨੂੰ ਅਸੀਂ ਪਾਸਪੋਰਟ ਨਹੀਂ ਦੇਣਾ ਇਹੀ ਤਰ੍ਹਾਂ ਪੀਪਰ ਸਾਰਾ ਕੋਸ਼ਾ ਤੂੰ ਕੰਮ ਵੀ ਨਹੀਂ ਕਰ ਸਕਦਾ ਅੱਛਾ ਤੇ ਫਿਰ ਮੈਂ ਭਾਜੀ ਜਦੋਂ ਉੱਥੋਂ ਨਿਕਲਿਆ ਪਰ ਐਨੇ ਇਮਾਨਦਾਰ ਗੋਰੇ ਕੱਲੀ-ਕੱਲੀ ਪੈਂਜੀ ਜਿਹੜੀ ਮੇਰੀ ਜੇਹ ਚ ਉਸ ਤੋਂ ਮੈਂ ਫੜੇ ਫੜਨ ਲੱਗੇ ਮੇਰੇ ਇਹਨਾਂ ਨੇ ਪੈਸੇ ਜੋ ਵੀ ਮੇਰੇ ਕੋਲ ਸੀਗਾ ਨਾ ਕੱਲਾ-ਕੱਲਾ ਇਹਨਾਂ ਨੇ ਮੋੜਿਆ ਮੈਨੂੰ ਇੱਥੇ ਤੱਕ ਟਿਕਟ ਵੀ ਆਪਣੇ ਪੱਲੇ ਲਈ ਪਹਿਲਾਂ ਟੈਕਸੀ ਫਿਰ ਉਹ ਥੋੜਾ ਛੇਪਾ ਜਾਂ ਚੱਲਦਾ ਆ ਉੱਥੇ ਤੱਕ ਦੀ ਫਿਰ ਗਾਹਾਂ ਟ੍ਰੇਨ ਦੀ ਵੀ ਤੇ ਜਦੋਂ ਮੈਂ ਉੱਥੋਂ ਨਿਕਲਿਆ 6 ਵਜੇ ਦੀ ਗੱਲ ਆ ਸ਼ਾਮ ਦੀ ਤੇ ਮੈਂ ਆਪਣੇ ਮਾਲਕ ਨੂੰ ਜਿਹਦੇ ਨਾਲ ਮੈਂ ਕੰਮ ਕਰਦਾ ਸੀ ਫੜਿਆ ਗਿਆ ਸੀ ਉਹਨੂੰ ਫੋਨ ਲਾਇਆ ਤੇ ਉਹ ਵੀ ਹੈਰਾਨ ਹੋ ਗਿਆ ਕਿ ਯਾਰ ਇੰਨੀ ਛੇਤੀ ਇੰਡੀਆ ਪਹੁੰਚ ਗਿਆ ਸੀ ਹੈ ਕਿ ਅੱਜ ਤੈਨੂੰ ਚਾੜਨਾ ਸੀ ਮੈਂ ਕਹਾ ਗਾਫਾ ਕਿ ਮੈਂ ਬਈ ਕਹਿੰਦਾ ਤੂੰ ਕਿੱਥੋਂ ਬੋਲਦਾ ਹੈ ਨੰਬਰ ਵੀ ਇੰਗਲੈਂਡ ਦਾ ਮੈਂ ਕਹਾ ਮੈਂ ਬਚ ਗਿਆ ਕਿ ਮੈਨੂੰ ਚਾੜਿਆ ਨਹੀਂ ਤੇ ਉਹ ਇੰਨਾ ਖੁਸ਼ ਹੋਇਆ ਤੇ ਉਹ ਕਹਿੰਦਾ ਕਿੱਥੇ ਆ ਤੂੰ ਮੈਨੂੰ ਹੁਣੇ 10 ਮੈਂ ਤੈਨੂੰ ਲੈਣ ਆਣਾ ਮੈਂ ਕਹਾ ਮੈਂ ਬਹੁਤ ਦੂਰ ਆਇਆ ਆ ਮੈਨੂੰ ਇੱਥੇ ਪਹੁੰਚ ਤੱਕ ਪਹੁੰਚਦੇ ਨੂੰ 5-6 ਘੰਟੇ ਲਾ ਜਾਣੇ ਬਰਮਿੰਗਮ ਟ੍ਰੇਨ ਦੇ ਵਿੱਚ ਤੇ ਫਿਰ ਭਾਜੀ ਤੁਹਾਨੂੰ ਪਤਾ ਸੀ ਪੜਨ ਆਏ ਸੀਗੇ ਫਿੰਗਰ ਇਹਨਾਂ ਦੇ ਕੋਲ ਸੀ ਜਿੱਦਣ ਮੇਰੇ ਪਹਿਲੇ ਸੈਨਸ ਸੀ ਨਾ ਮੈਂ ਉਸ ਦਿਨ ਭਾਜੀ ਇਸ ਮੁਲਕ ਨੂੰ ਛੱਡ ਕੇ ਚਲਾ ਗਿਆ ਸੀ ਕਿਉਂ अच्छा क्योंकि मैं यार मैं, मैं फ्रांस चला गया सी हम मेरे ਜਿਹਨਾਂ ਭਾਜੀ ਹੋਣਾ ਨਾ ਕੰਮ ਕਰਦਾ ਸੀ ਇਹਨਾਂ ਨੂੰ ਮੈਂ ਕਹਿਤਾ ਮੈਂ ਕਿ ਭਾਜੀ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੁਣ ਕਿਉਂਕਿ ਜਦੋਂ ਮੈਂ ਫੜੇ ਹੋ ਗਿਆ ਹਮ ਅੱਜੋ ਚਲੋ ਮੈਂ ਠੀਕ ਆ ਛੁੱਟ ਗਿਆ ਆ ਕੱਲ ਨੂੰ ਕਿਤੇ ਸੈਨਾ ਦੇ ਗਿਆ ਇਹਨਾਂ ਨੇ ਮੈਨੂੰ ਰੱਖ ਲੜਾ ਪਾਸਪੋਰਟ ਇਹਨਾਂ ਕੋ ਹੈਗਾ ਹੀ ਹੈ ਬਿਲਕੁਲ ਭਾਜੀ ਹਮ ਤੇ ਫਿਰ ਮੈਂ ਭਾਜੀ ਉਹਨਾਂ ਨੇ ਮੇਰੇ ਲਈ ਚਲੋ ਡੋਂਕਰ ਲੱਭੇ ਤੇ ਟਰੱਕ ਦੇ ਵਿੱਚ ਲੁਕੋ ਕੇ ਉਹ ਯੂਰਪ ਲੈ ਗਈ ਉਹ ਦੱਸੋ ਟਰੱਕ ਵਾਲਾ ਥੋੜਾ ਸਫਰ ਡਿਟੇਲ ਚ ਜਿਹੜੇ ਚਾਹਵਾਨ ਨੇ ਨਾ ਕਹਿੰਦੇ ਹੁੰਦੇ ਪੁਰਤਗਾਲ ਫਾਇਲ ਲੋਕ ਕਰਾ ਲਓ ਜੀ ਹੁਣ ਤਾਂ ਖੈਰ ਬੰਦ ਹੋ ਗਈ ਉਹ ਹਾਂਜੀ ਹਾਲੇ ਕੰਮ ਚੱਲੀ ਜਾਣਾ ਕੋਈ ਕਹਿੰਦੇ ਸਪੇਨ ਚਲ ਜਾਓ ਕੋਈ ਕਹਿੰਦਾ ਫਰਾਂਸ ਚਲ ਜਾਓ ਡੋਂਕੀ ਲਾ ਕੇ ਯੂਕੇ ਤੋਂ ਹਾਂਜੀ ਯੂਰਪ ਪਹਿਲਾ ਪੁੱਠਾ ਕੰਮ ਹੁੰਦਾ ਸੀਗਾ ਜੀ ਲੋਕੀ ਉਹ ਫਰਾਂਸ ਤੋਂ ਯੂਕੇ ਆਉਂਦੇ ਹੁੰਦੇ ਸੀ ਹੁਣ ਇੱਥੇ ਰੈਸੈਸ਼ਨ ਚੱਲ ਪਿਆ ਹੁਣ ਲੋਕੀ ਇੱਥੋਂ ਜਾਂਦੇ ਆ ਯਾਰ ਬਿਲਕੁਲ ਬਿਲਕੁਲ ਜਿਹਦੇ ਨਾਲ ਕੋਈ ਬਿਪਤਾ ਬਣ ਜਾਂਦੀ ਹੈ ਨਾ ਚਲੋ ਮੈਂ ਤਾਂ ਫੜਿਆ ਗਿਆ ਸੀ ਮੇਰਾ ਤਾਂ ਜਾਣਾ ਇਹ ਰੀਜ਼ਨ ਸੀਗਾ ਜੀ 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 ਪਰ ਮੇਰੇ ਨਾਲ ਜਦੋਂ ਅਸੀਂ ਲੋਰੀ ਦੇ ਵਿੱਚ ਗਏ ਆ ਨਾ ਟਰੱਕ ਦੇ ਵਿੱਚ ਲੁੱਕ ਕੇ ਉਹਦੇ ਵਿੱਚ ਕਾਫੀ ਆਪਣੇ ਉਹ ਚਾਰ ਪਾਕਿਸਤਾਨ ਤੋਂ ਸੀ ਪੰਜਾਬੀ ਤਿੰਨ ਪਠਾਨ ਸੀ ਲੋਰੀ ਚ ਕੀ ਸੀ ਕਿ ਸਮਾਨ ਕਾਦਾ ਸੀ ਇਹ ਭਾਜੀ ਜਦੋਂ ਨਾ ਤੁਸੀਂ ਇਥੋਂ ਪਹਿਲਾਂ ਅਸੀਂ ਤਾਂ ਗਏ ਆ ਸੋਹੋ ਰੋਡ ਤੇ ਠੰਡੀ ਕੋਚ ਅਸੀਂ ਗਏ ਆ ਲੰਡਨ ਉਤਰੇ ਚਲੋ ਪਾਕਿਸਤਾਨੀ ਭਰਾ ਸੀਗੇ ਜਿਨ੍ਹਾਂ ਨੇ ਸਾਡਾ ਚਲੋ ਸੇਵਾ ਪਾਣੀ ਕੀਤੀ ਸਾਨੂੰ ਖਵਾਇਆ ਪਿਆ ਤੇ ਕੁਝ ਕੁ ਗੱਲਾਂ ਸਮਝਾਈਆਂ ਤੇ ਜਿਹੜੇ ਗਾਹ ਡਰਾਈਵਰ ਰੱਖੇ ਸੀ ਜਿਹੜੇ ਉੱਥੇ ਛੱਡ ਕੇ ਆਂਦੇ ਸੀ ਡੋਬਰ ਉਹ ਜਿੱਦਾਂ ਯੂਰੋਪੀਅਨ ਗੋਰੇ ਰੱਖ ਲਓ ਜਿੱਦਾਂ ਰូមੇਨੀਅਨ ਪਾਲਿਸ਼ ਗੱਡੀ ਦੇ ਵਿੱਚ ਹੋਵੜ ਲੈਂਦੀ ਆ ਤੇ ਟਰੱਕ ਜਿਹੜੇ ਆ ਲੋਰੀਆਂ ਇਹ ਜਿਹੜੇ ਨੇਰੇ ਦੇ ਵਿੱਚ ਝਾੜੀਆਂ ਦੇ ਵਿੱਚ ਖੜੀਆਂ ਹੁੰਦੀਆਂ ਆ ਤੇ ਡ라이ਵਰ ਆ ਥੋੜਾ ਜਿਹਾ ਜਿਹੜਾ ਪਰਦਾ ਜਿਹਾ ਪਿਛੇ ਜਿਹੜਾ ਲੋਰੀ ਦੇ ਪਿਛੇ ਬਾਡੀ ਹੁੰਦੀ ਉਹਦੀ ਖੋਲਦਾ ਆ ਸਪੇਸ ਬਣਾਈ ਹੁੰਦੀ ਆ ਤੇ ਉੱਥੋਂ ਬਾਜੀ 7 ਵਜੇ ਸਾਨੂੰ ਬਾੜ ਦਿੱਤਾ ਆ ਤੇ ਜਦੋਂ ਅਸੀਂ ਅੰਦਰ ਗਏ ਆ ਥੋੜੀ ਜੀ ਸਪੇਸ ਸੀਗੀ ਬਹੁਤ ਥੋੜੀ ਜੀ ਤੇ ਬਾਕੀ ਸਮਾਨ ਨਾ ਬਾਜੀ ਭਰਿਆ ਹੋਇਆ ਸੀਗਾ ਤੇ ਖੜਕੇ ਗਏ ਕਿ ਬਹਿ ਕੇ ਬਾਜੀ ਬਹਿ ਕੇ ਲਟ ਕੇ ਜਿੱਦਾਂ ਜਿੱਦਾਂ ਸੂਤ ਲੱਗ ਗਿਆ ਅੱਛਾ ਜੀ ਬਸ ਹਾਂ ਇਦਾਂ ਕੋਈ ਇਹ ਨਹੀਂ ਸੀਗਾ ਤੁਹਾਡੇ ਲਈ ਸਪੈਸ਼ਲ ਕੁਝ ਬਣਾਇਆ ਸੀਗਾ ਪਰ ਜਦੋਂ ਮੈਂ ਗਿਆ ਆ ਉਦੋਂ ਅਸੀਂ 8 ਜਾਣੇ ਸੀਗੇ ਪਰ ਉਹ ਤੋਂ ਪਹਿਲਾਂ ਜਿਹੜੀ ਹਫ਼ਤਾਕ ਪਹਿਲਾ ਲੋਰੀ ਗਈ ਸੀਗੀ ਉਹ ਜੋ 64 ਜਾਣੇ ਗਏ ਸੀ ਅੱਛਾ ਜੀ ਹੁਣ ਤੁਸੀਂ ਆਪ ਸੋਚ ਲਓ ਜੇ ਅਸੀਂ 64 ਜਾਣੇ ਜਾਂਦੇ ਹੂੰ ਤੇ ਸਾਹ ਦੀ ਪ੍ਰੋਬਲਮ ਹੋ ਜਾਂਦੀ ਕੋਈ ਮਰ ਵੀ ਸਕਦੇ ਸੀਗੇ ਅੱਛਾ ਸ਼ਰਤਾਂ ਕੀ ਹੁੰਦੀਆਂ ਭੱਜ ਜਾਣ ਦੀਆਂ ਸ਼ਰਤਾਂ ਇਹ ਹੁੰਦੀਆਂ ਕਿ ਤੁਸੀਂ ਜਦੋਂ ਇੱਧਰੋਂ ਜਾਂਦੇ ਆ ਪੈਸੇ ਵਗੈਰਾ ਇਹ ਲੈ ਲੈਂਦੇ ਆ ਨਾਲੇ ਹੂੰ ਸਾਨੂੰ ਦੱਸ ਦਿੰਦੇ ਆ ਕਿ ਤੁਹਾਡੇ ਕੋਲ ਇੰਗਲੈਂਡ ਦੀ ਕਰੰਸੀ ਨਹੀਂ ਹੋਣੀ ਚਾਹੀਦੀ ਕੋਲ ਠੀਕ ਹੈ ਜੀ ਕੋਈ ਜਦੋਂ ਤੁਸੀਂ ਫਰਾਂਸ ਉਤਰਨਾ ਜਿੱਥੇ ਵੀ ਇਹਨਾਂ ਦੇ ਡਰਾਈਵਰ ਨੇ ਸਾਨੂੰ ਲਾਣਾ ਝਾੜੀਆਂ ਜੰਗਲਾਂ 'ਚ ਲਾਉਂਦੇ ਆ ਹੂੰ ਤੇ ਜੇ ਤੁਸੀਂ ਉੱਥੇ ਮੰਨ ਲਓ ਪੁਲਿਸ ਦਾ ਹੂਟਰ ਵੱਜ ਗਿਆ ਜੇ ਤੁਹਾਡੇ ਕੋਲ ਇੰਗਲੈਂਡ ਦੀ ਕਰੰਸੀ ਨਿਕਲ ਆਈ ਪਤਾ ਲੱਗ ਜਾਣਾ ਕਿ ਤੁਸੀਂ ਯੂਕੇ ਤੋਂ ਆਏ ਆ ਸੋ ਐਦਾਂ ਦਾ ਕੋਈ ਵੀ ਆਈਡੀ ਪ੍ਰੂਫ ਤੁਹਾਡੇ ਕੋਲ ਇੰਗਲੈਂਡ ਦੇ ਨਾਲ ਰਿਲੇਟਡ ਨਹੀਂ ਹੋਣਾ ਚਾਹੀਦਾ ਤੇ ਜਦੋਂ ਫਿਰ ਇਹਨਾਂ ਸਾਨੂੰ ਲੋਰੀ 'ਚ ਬਾੜਿਆ 7 ਵਜੇ ਸੀ ਸ਼ਾਮ ਨੂੰ ਭਾਜੀ ਬਾੜੇ ਆ ਤੇ ਸਵੇਰੇ 2 ਵਜੇ ਲੋਰੀ ਤੁਰ ਪਈ ਆ ਤੇ ਉਹ بڑے ਸ਼ਿਪ ਦੇ ਵਿੱਚ ਭਾਜੀ ਲੋੜੀ ਬੜਦੀ ਆ ਸਾਨੂੰ ਅੰਦਰ ਸਾਰਾ ਕੁਝ ਸੁਣਦਾ ਆਉਂਦਾ ਆ ਤੇ ਸਾਨੂੰ ਇੰਨਾ ਦੱਸਿਆ ਉਹ ਸਮੁੰਦਰੀ ਜਹਾਜ਼ ਪਹਿਲਾਂ ਪਹਿਲਾਂ ਸਰਕੇ ਸੜਕੇ ਗਈ ਸਮੁੰਦਰ ਚ ਕੰਟੇਨਰ ਚੱਕ ਕੇ ਕ੍ਰੇਨ ਰੱਖਦੀ ਏ ਸ਼ਿਪ ਚ ਹਾਂਜੀ ਹੂੰ ਤੇ ਸਾਨੂੰ ਪਤਾ ਲੱਗਦਾ ਅਸੀਂ ਪਿੱਛੇ ਅਨਾਊਂਸਮੈਂਟ ਹੁੰਦੀਆਂ ਸੀ ਤੇ ਅਸੀਂ ਸਾਨੂੰ ਇਹ ਦੱਸਿਆ ਸੀ ਕਿ ਜੇ ਤੁਹਾਨੂੰ ਪਿਛਾ ਆਵਾਜ਼ ਆ ਤੁਸੀਂ ਰੋਕਣਾ ਆ ਇਹਨਾਂ ਹੋਵੇ ਤੁਸੀਂ ਕਿਤੇ ਲਫਾਫੇ ਦੇ ਵਿੱਚ ਜਾਂ ਤੁਹਾਨੂੰ ਪਤਾ ਮਜਬੂਰੀ ਹੁੰਦੀ ਭਾਜੀ ਹੈ ਨਾ ਉਹ ਆਵਾਜ਼ ਨਾ ਕਿਤੇ ਸੁਣ ਲੈਣਾ ਜਿਹੜੇ ਬਾਹਰ ਆਫੀਸਰ ਫਿਰਦੇ ਹੁੰਦੇ ਆ ਜਾਂ ਫਿਰ ਤੁਸੀਂ ਐਦਾਂ ਆਪਣੇ ਨੋਹਾਂ ਨੂੰ ਐਦਾਂ ਲਕੋਣਾ ਇਹਨਾਂ ਨਾਲ ਵੀ ਕੁਝ ਹੁੰਦਾ ਥੋੜਾ ਸਾਹ ਵੀ ਆਪਣਾ ਘੁੱਟ ਕੇ ਰੱਖਣਾ ਜਿੰਦਾ ਸਾਹ ਨੂੰ ਰੋਕ ਲੋ ਹੈ ਨਾ ਇਹ ਨਹੀਂ ਕਿ ਤੁਸੀਂ ਐਦਾਂ ਲਗਾਤਾਰ ਸਾਹ ਹੀ ਲਈ ਜਾਣਾ ਆ ਪਰ ਜਿੱਥੇ ਤੱਕ ਮੈਨੂੰ ਪਤਾ ਆ ਜਾਂ ਸੁਣਿਆ ਆ ਜਦੋਂ ਇੱਧਰ ਉੱਧਰ ਨੂੰ ਜਾਂਦੇ ਨਾ ਬਾਲੀ ਚੈਕਿੰਗ ਨਹੀਂ ਕਰਦੇ ਇਹਨਾਂ ਨੂੰ ਇਹ ਇੱਕ ਚਲੋ ਕੋਈ ਨਾ ਕੋਈ ਜਾਏ ਰਿਹਾ ਨਾ ਜਦੋਂ ਉਧਰੋਂ ਆਂਦੀ ਆ ਫੇਰ ਥੋੜੀ ਸਖਤੀ ਉਦੋਂ ਹੁੰਦੀ ਹੈ ਹਾਂ ਤੇ ਫਿਰ ਸਾਨੂੰ ਬਾਜੀ ਇਥੋਂ ਡੋਬਰ ਤੋਂ ਡੋਂਕੀ ਲੱਗਦੀ ਆ ਤੇ ਫਰਾਸ ਦੇ ਵਿੱਚ ਕੈਲੇ ਆ ਇੱਕ ਡੰਕਰ ਕਿਉਂ ਵੀ ਆ ਇਥੋਂ ਇੱਕ ਪਾਸੇ ਨੂੰ ਡੋਂਕੀ ਜਾਂਦੀ ਦੂਜੇ ਕੈਲੇ ਤੇ ਇੱਕ ਡੰਕਰ ਕਿਉਂ ਕੈਲੇ ਹਰੇਕ ਨੇ ਸੁਣਿਆ ਕਈਆਂ ਨੇ ਡੰਕਰ ਕਿਉਂ ਨਹੀਂ ਸੁਣਿਆ ਸਾਨੂੰ ਡੰਕਰ ਕਿਉਂ ਲੈ ਗਏ ਆ ਤੇ ਸਾਨੂੰ ਉੱਥੇ ਬਾਜੀ ਜੰਗਲ ਦੇ ਵਿੱਚ ਲਾਹਤਾ ਤੇ ਐਂਬੂਲੈਂਸ ਦਾ ਹੌਟਰ ਵੱਜਿਆ ਤੇ ਨਵਾਂ ਮੁਲਕ ਸੀ ਸਾਡੇ ਲਈ ਵੀ ਫਰਾਂਸ ਤੇ ਐਂਬੂਲੈਂਸ ਦਾ ਹੌਟਰ ਵੱਜਿਆ ਤੇ ਅਸੀਂ ਭੱਜ ਲਏ ਤੇ ਸਾਨੂੰ ਇਹ ਲੱਗਾ ਸਾਨੂੰ ਪੁਲਿਸ ਆ ਇਹ ਫਿਰ ਭਾਜੀ ਉੱਥੋਂ ਲੋਕਾਂ ਨੂੰ ਜ਼ੁਬਾਨ ਵੀ ਨਾ ਆਵੇ ਫ੍ਰੈਂਚ ਬੋਲਦੇ ਸੀ ਤੇ ਸਾਡੇ ਹਾਲਾਤ ਭਾਜੀ ਇਦਾਂ ਦੇ ਹੋ ਗਏ ਸਗੇ ਭਖਾਰੀਆਂ ਨਾਲੋਂ ਭੈੜੇ ਸਗੇ ਹੂੰ ਕਿਉਂਕਿ ਤੁਹਾਨੂੰ ਪਤਾ ਲੋਰੀ ਦੇ ਵਿੱਚ ਜਿਹੜਾ ਪਿੱਛੇ ਟ੍ਰੇਲਰ ਹੁੰਦਾ ਆ ਉਹ ਗੰਦਾ ਹੁੰਦਾ ਆ ਕਿੰਨੇ ਦਿਨ ਰਹੇ ਤੁਸੀਂ ਲੋਰੀ 'ਚ ਲੋਰੀ ਦੇ ਵਿੱਚ ਭਾਜੀ ਜਿੱਦਾਂ ਅੱਜ ਸ਼ਾਮ ਨੂੰ 7 ਵਜੇ ਤੁਰ ਪਈ ਆ ਲੋਰੀ ਤੁਰ ਪਈ ਆ ਸੌਰੀ ਸਾਨੂੰ ਬਾੜ ਦਿੱਤਾ ਆ ਤੇ 2:30 ਵਜੇ ਸਵੇਰ ਨੂੰ ਲੋਰੀ ਤੁਰੀ ਆ ਤੇ 5-6 ਵਜੇ ਉੱਧਰ ਭਾਜੀ ਪਹੁੰਚ ਜਾਂਦੇ ਤਿੰਨ ਚਾਰ ਘੰਟੇ ਲੱਗਦੇ ਆ ਹੂੰ ਜੀ ਤੇ ਫਿਰ ਭਾਜੀ ਉੱਥੇ ਜਦੋਂ ਫੇ ਕਿਸੇ ਨੂੰ ਪੁੱਛਣਾ ਸੀ ਫ੍ਰੈਂਚ ਗੋਰਿਆਂ ਨੂੰ ਜਾਂ ਕਿਸੇ ਕੁੜੀਆਂ ਨੂੰ ਤੇ ਮੇਰੇ ਨਾਲ ਮੇਰਾ ਦੋਸਤ ਸੀ ਪਾਕਿਸਤਾਨ ਤੋਂ ਕੁਦਰਤੀ ਮਨੋਂ ਇੰਗਲੈਂਡ ਤੋਂ ਹੀ ਜਾਣਦਾ ਸੀ ਉਹ ਵੀ ਇਸੇ ਤਰ੍ਹਾਂ ਫੜ ਹੋ ਗਿਆ ਸੀ ਤੇ ਉਹ ਵੀ ਦੇਖਦਾ ਸੀ ਕਿ ਇੱਥੇ ਤਾਂ ਹੁਣ ਕੋਈ ਫਿਊਚਰ ਹੈ ਨਹੀਂ ਤੇ ਨਿਕਲ ਜਾਈਏ ਤੇ ਜਦੋਂ ਅਸੀਂ ਫਿਰ ਉੱਥੇ ਗਏ ਆ ਤੇ ਸਾਨੂੰ ਜਦੋਂ ਅਸੀਂ ਇੰਗਲਿਸ਼ ਬੋਲੀਏ ਤੇ ਉਹ ਕਹਿਣਾ ਸੀ ਫ੍ਰੈਂਚ ਬੋਲਦੇ ਆ ਤੇ ਇੱਥੇ ਤੱਕ ਤਾਂ ਭਾਜੀ ਸਾਨੂੰ ਤੁਹਾਨੂੰ ਹਾਸੇ ਦੀ ਗੱਲ ਦੱਸਾਂ ਜਿਹੜਾ ਆਖਰੀ ਬੰਦਾ ਸਾਨੂੰ 2-2 ਘੰਟਿਆਂ ਚ ਫਿਰ ਕੇ ਮਿਲਿਆ ਨਾ ਉੱਥੇ ਕਿਉਂਕਿ ਸਾਨੂੰ ਕਿਸੇ ਪਿੰਡ ਜੇ ਚ ਲਾਤਤਾ ਸੀ ਹੂੰ ਤੇ ਅਸੀਂ ਜਾਣਾ ਸੀ ਪੈਰਿਸ ਹੂੰ ਤੇ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਸੀ డు ਯੂ ਸਪੀਕ ਇੰਗਲਿਸ਼ ਉਹ ਕਹਿੰਦਾ ਸੀ ਨੋ ਫ੍ਰੈਂਚ ਤੇ ਇੱਕ ਬੰਦੇ ਨਾਲ ਜਿਹਨੇ ਸਾਡੀ ਕੁਦਰਤੀ ਹੈਲਪ ਕੀਤੀ ਆ ਤੇ ਇੱਕ ਬੰਦਾ ਉਥੇ ਗੱਡੀ ਚ ਜਾ ਰਿਹਾ ਸੀ ਆਪਣਾ ਉਹਨੇ ਹੱਥ ਚ ਥੋੜਾ ਜਿਹਾ ਛੋਟਾ ਜਿਹਾ ਸੂਟਕੇਸ ਜਿਹਾ ਫੜਿਆ ਪੰਜਾਬੀ ਸੀ ਨਹੀਂ ਫ੍ਰੈਂਚ ਗੋਰਾ ਤੇ ਜਦੋਂ ਅਸੀਂ ਇਹਨੂੰ ਕਿਹਾ ਕਿ డు ਯੂ ਸਪੀਕ ਇੰਗਲਿਸ਼ ਕਹਿੰਦਾ ਯੈਸ ਆਈ డు ਪਰ ਕਹਿੰਦਾ ਮੈਂ ਤੁਹਾਨੂੰ ਪੰਜਾਬੀ ਦਾ ਦੱਸਦਾ ਕਹਿੰਦਾ ਹਾਂ ਮੈਂ ਇੰਗਲਿਸ਼ ਬੋਲਦਾ ਪਰ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਤੁਹਾਨੂੰ ਦੇਣੇ ਲਈ ਹੂੰ ਉਹਨੂੰ ਲੱਗਿਆ ਸੀ ਭੀਖ ਮੰਗਦੇ ਆ ਕਿਉਂਕਿ ਪਾਜੀ ਸਾਡੇ ਹਾਲ ਹੀ ਇਦਾਂ ਦਾ ਹੋ ਗਿਆ ਸੀ ਹਾਂ ਕਿਉਂਕਿ ਤੁਸੀਂ ਨਾਲ ਕੁਝ ਲਿਆ ਨਹੀਂ ਸਕਦੇ ਸਿਰਫ ਪਿੱਠੂ ਆ ਚ ਥੋੜੇ ਜੇ ਕੱਪੜੇ ਹੁੰਦੇ ਆ ਤੇ ਲੋਰੀ ਦੇ ਵਿੱਚ ਲਿਟ ਲਿਟ ਕੇ ਜਿੱਦਾਂ ਵੀ ਜਿੱਥੇ ਤੁਹਾਨੂੰ ਥਾਂ ਮਿਲ ਗਿਆ ਉੱਚ ਲੁਕ ਕੇ ਸਮਾਨ ਜਿਹੜਾ ਉਹ ਚ ਲੁਕ ਕੇ ਤੇ ਤੁਹਾਡੀ ਹਾਲਾਤ ਤੁਹਾਡਾ ਫੇਸ ਸਾਰਾ ਜਿਹੜਾ ਲੱਬੜ ਜਾਂਦਾ ਆ ਤੇ ਤੁਸੀਂ ਇਦਾਂ ਲੱਗਦੇ ਜਿਦਾਂ ਭਿਖਾਰੀ ਹੁੰਨੇ ਆ ਤੇ ਫਿਰ ਮੈਂ 6 ਮਹੀਨੇ ਪਾਜੀ ਫਰਾਂਸ ਰਿਹਾ। ਜੀ ਉਹਨੂੰ ਕੀ ਕਿਹਾ ਤੁਸੀਂ ਗੱਡੀ ਵਾਲੇ ਨੂੰ ਫਿਰ? ਅਸੀਂ ਉਹਨੂੰ ਕਿਹਾ ਕਿ ਅਸੀਂ ਇੱਥੇ ਟ੍ਰੇਨ ਸਟੇਸ਼ਨ ਨੂੰ ਕਹਿੰਦੇ ਕੀ ਆ? ਹੂੰ ਟ੍ਰੇਨ ਸਟੇਸ਼ਨ ਨੂੰ ਉਹ ਗਾਰ ਕਹਿੰਦੇ ਉੱਥੇ ਗਾਰ ਜਿਹੜਾ ਸਟੇਸ਼ਨ ਆ ਨਾ ਉਹ ਗਾਰ ਕਹਿੰਦੇ ਆ। ਅੱਛਾ ਜੀ। ਹਾਂਜੀ ਆਪਾਂ ਕਹਿੰਨਾ ਟ੍ਰੇਨ ਸਟੇਸ਼ਨ ਉਹ ਕਹਿੰਦੇ ਗਾਰ। ਹੂੰ ਤੇ ਅਸੀਂ ਕਿਹਾ ਅਸੀਂ ਪੈਰਿਸ ਜਾਣਾ ਆ। ਹੂੰ ਤੇ ਚਲੋ ਕਹਿੰਦੇ ਫਰਿਸ਼ਤਾ ਹੀ ਸੀ ਸਾਡੇ ਲਈ। ਤੇ ਸਾਨੂੰ ਉਹ ਟ੍ਰੇਨ ਸਟੇਸ਼ਨ ਤੇ ਛੱਡ ਕੇ ਆਇਆ ਤੇ ਕੁਦਰਤੀ ਜਿਹੜੇ ਇਹ 에어ਪੋਰਟ ਜਾਂ ਸਟੇਸ਼ਨ ਹੁੰਦੇ ਇਹਨਾਂ ਦੇ ਸਟਾਫ ਕਿਤੇ ਨਾ ਕਿਤੇ ਇੰਗਲਿਸ਼ ਬੋਲਦੇ ਹੁੰਦੇ ਆ। ਤੇ ਉੱਥੋਂ ਫੇ ਪਾਜੀ ਅਸੀਂ ਪੈਰਿਸ ਗਏ ਆ ਜਿਹੜਾ ਮੇਰਾ ਯਾਰ ਦੋਸਤ ਸੀ ਉਹਦੇ ਤਾਂ ਅਜਦਾ ਕਹਿੰਦੇ ਫੁੱਫੀ ਫੁੱਫਾ ਭੂਆ ਫਫੜ ਉਹਨੂੰ ਲੈ ਗਏ ਤੇ ਮੈਂ ਉੱਥੇ ਖੜਾ ਡਰੀ ਜਾਵਾਂ ਤੇ ਮੇਰੇ ਡੈਡੀ ਜੀ ਦੇ ਫਰੈਂਡ ਸਗੇ ਸਾਡੇ ਆਪਣੇ ਨਮਾ ਸ਼ਹਿਰ ਤੋਂ ਉਹ ਮੈਨੂੰ 2-3 ਘੰਟਿਆਂ ਬਾਅਦ ਆ ਕੇ ਕਿਉਂਕਿ ਬਿਜਲੀ ਦਾ ਕੰਮ ਕਰਦੇ ਸੀ ਉਹਨਾਂ ਨੂੰ ਛੁੱਟੀ ਹੋਈ ਉਹ ਮੈਨੂੰ ਲੈ ਕੇ ਗਏ ਆਪਣੇ ਘਰੇ ਚਲੋ ਰੱਖਿਆ ਤੇ 6 ਮਹੀਨੇ ਮੈਂ ਫਿਰ ਫਰਾਂਸ ਰਿਹਾਂ ਉੱਥੇ ਦੀ ਹਾਲਾਤ ਦੇਖੇ ਕਿਦਾਂ ਉੱਥੇ ਸਟਰਗਲ ਆ ਸਵੇ ਨੂੰ 4-4 ਵਜੇ ਉੱਠ ਕੇ ਮੁੰਡੇ ਮਾਰਸ਼ੇ ਜਿੱਦਾਂ ਮਾਰਸ਼ੇ ਕਹਿੰਦੇ ਨੇ ਮਾਰਕੀਟਸ ਆਪਣੇ ਆਪਣੇ ਲੱਗਦੀਆਂ ਸ਼ਹਿਰਾਂ ਦੇ ਵਿੱਚ ਸਮਾਨ ਜਿਹੜਾ ਮੰਜੀਆਂ ਦੇ ਉੱਪਰ ਰੱਖ ਕੇ ਜਾਂ ਚਾਦਰਾਂ ਦੇ ਉੱਪਰ ਰੱਖਿਆ ਹੁੰਦਾ ਹੈ ਬਿਲਕੁਲ ਜਾਂ ਫਿਰ ਆਪਣਾ ਈਫਲ ਟਾਵਰ ਜਿਹੜਾ ਉੱਥੇ ਫਰਾਂਸ ਦੇ ਪੈਰਿਸ ਹੈਗਾ ਉਹਦੇ ਥੱਲੇ ਬੇਰਾ ਵੇਚਦੇ ਆ ਸਿਗਟਾ ਵੇਚਦੇ ਆ ਚਲੋ ਜਿੱਦਾਂ ਵੀ ਉਹਨਾਂ ਦੀ ਮਿਹਨਤ ਆ ਭਾਜੀ ਛੱਲੀਆਂ ਭੁੰਨਦੇ ਆ ਕੀੜੇ ਜਿਹੇ ਭੁੰਨਦੇ ਆ ਤੇ ਆਪਣੇ ਜਾਂ ਫਿਰ ਮੁੰਡੇ ਆਪਣੇ ਰੰਗ ਦਾ ਜਿਆਦਾ ਕੰਮ ਕਰਦੇ ਆ ਬਿਜਲੀ ਦਾ ਬਹੁਤ ਕੰਮ ਕਰਦੇ ਆ ਉੱਥੇ ਪਰ ਆਪਾਂ ਇੰਗਲੈਂਡ ਚ ਰਹੇ ਸੀਗੇ ਇੰਗਲੈਂਡ ਇਸ ਕਰਕੇ ਛੱਡਿਆ ਸੀਗਾ ਸੋਚ ਕੇ ਕਿ ਜਿਵੇਂ ਦਾ ਇੰਗਲੈਂਡ ਆ ਉਵੇਂ ਦਾ ਫਰਾਂਸ ਆਊਗਾ ਪਰ ਸਭ ਆਪੋਜ਼ਿਟ ਹੋਇਆ ਇੱਕ ਛੋਟਾ ਜਿਹਾ ਕਮਰਾ ਸੀ ਜਿੱਥੇ ਅਸੀਂ ਚਾਰ ਜਣੇ ਰਹਿੰਦੇ ਸੀਗੇ ਤੇ ਤੁਹਾਨੂੰ ਪਤਾ ਜਿਹੜਾ ਇੰਗਲੈਂਡ ਛੱਡ ਕੇ ਉੱਧਰ ਜਾ ਕੇ ਉਦਾਂ ਦੇ ਹਾਲਾਤਾਂ ਚ ਰਹਿੰਦਾ ਕਿਵੇਂ ਹੁੰਦਾ ਆ ਤੇ ਫਿਰ 6 ਮਹੀਨੇ ਚਲੋ ਉੱਥੇ ਰਹੇ ਫਿਰ ਮੈਂ ਜਰਮਨ ਚਲਾ ਗਿਆ ਭਾਜੀ ਲੋਕਸ਼ਿਪ ਕੇ 8 ਘੰਟੇ ਦੀ ਡਰਾਈਵ ਸੀਗੀ ਤੇ ਉੱਥੇ ਉਹ ਐਪਲੀਕੇਸ਼ਨਸ ਹੁੰਦੀਆਂ ਮਿਤਫਾਰ ਯੂਰਪ ਵਾਲਿਆਂ ਨੂੰ ਪਤਾ ਬਲਾ ਬਲਾ ਕਾਰ ਮਿਤਫਾਰ ਉਹ ਪੈਂਤੀ ਕੁ ਯੂਰੋ ਮੇ ਤੋਂ ਲਏ ਆ ਤੇ ਮੈਂ ਉਹਨੂੰ ਝੂਠੇ ਬੋਲਿਆ ਦਾ ਵੈਸੇ ਡਰਾਈਵਰ ਨੂੰ ਤੇ ਉਹ ਮੈਨੂੰ ਕਹਿੰਦਾ ਤੂੰ ਇੱਥੇ ਫਰਾਂਸ ਚ ਕੀ ਆ ਮੈਂ ਕਹਾ ਮੈਂ ਸਟੂਡੈਂਟ ਆ ਤੇ ਕਹਿੰਦਾ ਜਰਮਨ ਕਿਦੇ ਕੋ ਚੱਲਾਂ ਮੈਂ ਕਹਾ ਆਪਣੇ ਮੱਕਸਨ ਕੋ ਚੱਲਾਂ ਪਰ ਜਦ ਕਿ ਮੇਰੇ ਕੋ ਕੁਛ ਨਹੀਂ ਸੀਗਾ ਜੀ ਉਹ ਚੈੱਕ ਕਰ ਲੰਦਾ ਤੇ ਉਹ ਮੈਨੂੰ ਗੱਡੀ ਚ ਕਦੇ ਵੀ ਨਾ ਉਠਾਉਂਦਾ ਟੈਕਸੀ ਵਾਲਾ ਟੈਕਸੀ ਨਹੀਂ ਹੁੰਦੀ ਭਾਜੀ ਜੇ ਤੁਸੀਂ ਤੁਹਾਡਾ ਕੋਈ ਜਾਣਕਾਰ ਯੂਰਪ ਦੇ ਵਿੱਚ ਹੈਗਾ ਨਾ ਇਹਨੂੰ ਮਿਤਫਾਰ ਜਾਂ ਬਲਾਬਲਾ ਕਾਰ ਕਹਿੰਦੇ ਐਪਲੀਕੇਸ਼ਨਸ ਆ ਫੋਰ ਐਗਜ਼ਾਮਪਲ ਤੁਸੀਂ ਬਰਮਿੰਗਮ ਤੋਂ ਲੰਡਨ ਚੱਲੇ ਆ ਤੁਸੀਂ ਤੁਹਾਡੀ ਆਪਣੀ ਪ੍ਰਾਈਵੇਟ ਗੱਡੀ ਆ ਤੁਸੀਂ ਉਹ ਐਪਲੀਕੇਸ਼ਨ ਦੇ ਵਿੱਚ ਪਾ ਦੇਣਾ ਆਪਣਾ ਨਾਮ ਸਾਰਾ ਕੋ ਡਾਟਾ ਆਪਣਾ ਤੁਸੀਂ ਦੱਸ ਦੇਣਾ ਕਿ ਮੈਂ ਇਸ ਤਰੀਕ ਨੂੰ ਬਰਮਿੰਗਮ ਤੋਂ ਲੰਡਨ ਚੱਲਾਂ ਆ ਤੇ ਮੇਰੀ ਗੱਡੀ 'ਚ ਦੋ ਜਾਂ ਤਿੰਨ ਸਪੇਸਾਂ ਹੈਗੀਆਂ ਆ ਤੇ ਤੁਸੀਂ ਉਹ ਸਪੇਸ ਜਿੱਦਾਂ ਸੀਟ ਹੈ ਨਾ ਤੇ ਮੈਂ ਦੋ ਬੰਦਿਆਂ ਨੂੰ ਨਾਲ ਲਿਜਾ ਸਕਦਾ ਆ ਇਸੇ ਤਰ੍ਹਾਂ ਤੁਸੀਂ ਵਾਪਸੀ ਵੇਲੇ ਲਿਖ ਦੇਣਾ ਆ ਅੱਛਾ ਜੀ ਤੇ ਤੁਸੀਂ ਈਚ ਬੰਦੇ ਕੋਲ 15-15 ਪਾਉਂਡ ਲੈ ਲੈਣੇ ਹੂੰ ਤੇ ਉਹ ਤੁਹਾਡਾ ਤੇਲ ਪਾਣੀ ਨਿਕਲ ਜਾਂਦਾ ਆ। ਨਾਲ ਚੈਕਿੰਗ ਨਹੀਂ ਹੁੰਦੀ ਹਣੀ ਉਹਦੀ। ਉਹ ਭਾਜੀ ਫਿਰ ਟ੍ਰੈਨਡ ਹੁੰਦੀ ਆ। ਉਹ ਪਿੰਡਾਂ ਪਿੰਡਾਂ ਚੋਂ ਜਾਂਦੇ ਆ ਕਿਉਂਕਿ ਟੋਲ ਬਚਾਉਂਦੇ ਆ ਜਾਂ ਇਹਨਾਂ ਚੀਜ਼ਾਂ ਤੋਂ ਬਚਾਉਂਦੇ ਆ। ਤੇ ਫਿਰ ਮੈਂ ਜਰਮਨ ਭਾਜੀ ਮਨਹੈਮ ਗਿਆ ਸੀਗਾ। ਉੱਥੇ ਵੀ ਚਲੋ ਮਹੀਨਾ ਖੰਡ ਰਿਆ। ਫਿਰ ਮੈਂ ਫ੍ਰੈਂਕਫਰਟ ਚਲਾ ਗਿਆ ਤੇ ਵਿਦਨ 6 ਮੰਥਸ ਇਥੋਂ ਮੈਂ ਸਪਤੰਬਰ ਦੇ ਵਿੱਚ ਫੜ ਹੋਇਆ ਸੀ 2012 ਚ ਤੇ 2013 ਮੈਂ ਮਾਰਚ ਦੇ ਵਿੱਚ ਜਰਮਨ ਫੜ ਹੋ ਗਿਆ ਤੇ ਮੇਰੀ ਤਾਂ ਕਿਸਮਤ ਹੀ ਪਤਾ ਨਹੀਂ ਪ੍ਰਮਾਤਮਾ ਨੇ ਕਿੱਦਾਂ ਲਿਖੀ ਸੀਗੀ 6 ਮਿੰਟ ਹੋਏ ਮੈਂ ਬਾਜੀ ਰੈਸਟੋਰੈਂਟ 'ਚ ਕੰਮ ਕਰਦਾ ਸੀਗਾ ਤੇ ਸਾਡੇ ਉੱਥੇ ਕੰਟਰੋਲ ਹੋ ਗਿਆ ਬਾਜੀ ਸ਼ਾਮ ਨੂੰ ਉਹ ਸੋਲ ਵਾਲੇ ਪੁਲਿਸ ਵਾਲੇ ਆਂਦੇ ਆ ਸੇਵਲ ਦੇ ਵਿੱਚ ਜਰਮਨ ਜਿਹੜੇ ਭਰਾ ਜਰਮਨ 'ਚ ਰਹਿੰਦੇ ਆ ਇਹਨਾਂ ਨੂੰ ਪਤਾ ਤੇ ਬੱਸ ਬਾਜੀ ਫਰਕ ਇੰਨਾ ਇੰਗਲੈਂਡ ਵਾਲੇ ਇੱਥੇ ਹੱਥ ਕੜੀ ਲਾਉਂਦੇ ਆ ਉਹ ਪਿੱਛੇ ਮਗਰ ਲਾਉਂਦੇ ਆ ਤੇ ਬੱਸ ਬਾਜੀ ਫਿਰ ਉਹ ਲੈ ਗਏ ਕੁਦਰਤੀ ਮੇਰੀ ਉਦੋਂ ਉਮਰ ਵੀ ਥੋੜੀ ਸੀ ਜਦੋਂ ਮੈਂ ਇੰਡੀਆ ਤੋਂ ਆਇਆ ਸੀ ਮੈਂ 18 18.5 19 ਸਾਲ ਦਾ ਸੀ ਤੇ ਜਦੋਂ ਮੈਂ ਜਰਮਨ ਫੜ ਹੋਇਆ ਤੇ ਮੈਨੂੰ ਪਹਿਲਾਂ ਚਲੋ ਦੱਸ ਦਿੱਤਾ ਸੀ ਕਿ ਇਥੇ ਬੱਚਿਆਂ ਵਾਲਾ ਕੇਸ ਕਰਾ ਲਈ ਤੂੰ ਆਪਣਾ ਤੇ ਪਰ ਤੁਹਾਨੂੰ ਪਤਾ ਜਿਹੜੀਆਂ ਇਹ ਇੰਟਰਵਿਊ ਜਦੋਂ ਲੈਂਦੇ ਆ ਇਹ ਜਿਹੜੇ ਸਟਾਫ ਮੈਂਬਰ ਹੁੰਦੇ ਆ ਜਾਂ ਟ੍ਰੇਨਡ ਹੁੰਦੇ ਨਾ ਇਹਨਾਂ ਨੂੰ ਪਤਾ ਲੱਗ ਜਾਂਦਾ ਤੁਹਾਡੇ ਹਰਕਤਾਂ ਤੋਂ ਤੁਹਾਡੇ ਗੱਲ ਕਰਨ ਦੇ ਢੰਗ ਤੋਂ ਚਲੋ ਇਹਨਾਂ ਨੇ ਮਨ ਹੈਮ ਉੱਥੋਂ ਜਦੋਂ ਮੈਂ ਫ੍ਰੈਂਕਫਰਟ ਚਲਾ ਗਿਆ ਫ੍ਰੈਂਕਫਰਟ ਮੈਂ ਪੜਿਆ ਗਿਆ ਉੱਥੇ ਨਾਲੇ ਸ਼ਹਿਰ ਪੈਂਦਾ ਗੀਜ਼ਨ ਗੀਜ਼ਨ 'ਚ ਮੇਰੀ ਇੰਟਰਵਿਊ ਹੋਈ ਸਕੂਲਾਂ ਵਾਲਿਆਂ ਨੇ ਤੇ ਜਦੋਂ ਇੰਟਰਵਿਊ ਲਈ ਆ ਟਰਾਂਸਲੇਟਰ ਮੇਰਾ ਜਿੱਦਾਂ ਉਹ ਡੋਲਮੈਚਰ ਕਹਿੰਦੇ ਹੁੰਦੇ ਆ ਉਹ ਆਪਣੇ ਪਾਕਿਸਤਾਨੀ ਭਾਈ ਸੀ ਤੇ ਜਦੋਂ ਉਹਨਾਂ ਨੇ ਇੰਟਰਵਿਊ ਮੇਰੀ ਲਈ ਆ ਤੇ ਉਹਨਾਂ ਨੇ ਮੈਨੂੰ ਬਾਅਦ ਚ ਕਹਿਤਾ ਕਿ ਤੂੰ 18 ਸਾਲ ਤੋਂ ਥੱਲੇ ਆਲਾ ਤਾਂ ਹੈ ਹੀ ਨਹੀਂ ਤੂੰ 17 16 ਆਲਾ ਤਾਂ ਹੈ ਨਹੀਂ ਜੋ ਤੇਰੀ ਜੱਜਮੈਂਟਾਂ ਗੱਲ ਕਰਨ ਦਾ ਸਾਰਾ ਸੁਭਾਜਵਾਜ ਜੋ ਵੀ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿਦਾਂ ਤੂੰ ਮਜੂਰ ਹਾਂ ਤੇ ਉਹਨਾਂ ਨੇ ਮੇਰੀ ਆਪਣੇ ਆਪ ਉਮਰ 18 ਸਾਲ ਲਿਖ ਦਿੱਤੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਜਿਹੜੇ ਅਡਲਟ ਹੁੰਦੇ ਆ ਕੈਦੀ ਕੈਦੀ ਰੱਖ ਲਓ ਜਾਂ ਸਾਈਲੰਮ ਸੀਕਰ ਰੱਖ ਲਓ ਤੇ ਉਹਨਾਂ ਨੇ ਮੈਨੂੰ ਉਹਨਾਂ ਦੇ ਕੈਟਾਗਰੀ ਚ ਪਾਤਾ ਫਿਰ ਮੈਂ ਕਾਲ ਸਵੇਰੇ ਆਂ ਕਾਫੀ ਚਿਰ ਕਿੰਨਾ ਚਿਰ ਹੈ ਜੇਲ੍ਹ ਚ ਉੱਥੇ ਬਾਜੀ ਇਹ ਡੇਲ ਜੇਲ੍ਹ ਇਦਾਂ ਹੁੰਦਾ ਸਾਈਲਮ ਸੀਕਰ ਹਾਊਸ ਹੁੰਦੇ ਜਿੱਦਾਂ ਇਹਨਾਂ ਨੂੰ ਹਾਊਸ ਸਿਲੰਡਰ ਆਮਤ ਜਾਂ ਇਹ ਸਾਨੂੰ ਹਾਊਸ ਸਿਲੰਡਰ ਕਹਿ ਦਿੰਦੇ ਰਫਿਊਜੀ ਜਿੱਦਾਂ ਹੂੰ ਦੋ ਚ ਦੇ ਵਿੱਚ ਹਾਊਸ ਸਿਲੰਡਰ ਕਹਿ ਦਿੰਦੇ ਆ ਤੇ ਜਿਹੜੇ ਘਰ ਹੁੰਦੇ ਇਹਨਾਂ ਨੂੰ ਕਹਿ ਦਿੰਦੇ ਆਊਟ ਸਿਲੰਡਰ ਆਮਤ ਹਨਾ ਰਫਿਊਜੀਆਂ ਦੇ ਘਰ ਤੇ ਉੱਥੇ ਬਾਜੀ ਫਿਰ ਮੈਂ ਥੋੜਾ ਚਿਰ ਤਾਂ ਉਹਨੂੰ ਰੱਖਦੇ ਆ ਫਿਰ ਤੁਹਾਡੀਆਂ ਪੱਕੀਆਂ ਰਹਿائشਾਂ ਪਾ ਦਿੰਦੇ ਆ ਸਰਕਾਰ ਜਰਮਨ ਦੀ ਇਦਾਂ ਕਰਦੀ ਆ ਫਿਰ ਇਹਨਾਂ ਨੂੰ ਦੇਖਣਾ ਕਿ ਤੁਹਾਨੂੰ ਕਿਸੇ ਪਿੰਡ ਦੇ ਵਿੱਚ ਮੰਨ ਲਓ ਘਰ ਮਿਲਦੇ ਪਏ ਆ ਸਰਕਾਰ ਨੂੰ ਰੈਂਟ ਤੇ ਕਮਰੇ ਮਿਲਦੇ ਪਏ ਆ ਇਹ ਉਹਥੇ ਭਾਜੀ ਭੇਜ ਦਿੰਦੇ ਆ ਉਸ ਦੀ ਨਿਗਰਾਨੀ ਵੀ ਹੁੰਦੀ ਆ ਬੰਦਾ ਬਾਹਰ ਨਿਕਲੇ ਫਿਰ ਭਾਜੀ ਜਦੋਂ ਤਾਂ ਇਹ ਕਾਲਸੂਏ ਵਗੈਰਾ ਜਾਂ ਉਥੇ ਇਹ ਹੇਮਾ ਚ ਰੱਖਦੇ ਸੀਗੇ ਕਾਲਸੂਏ ਉਦੋਂ ਤਾਂ ਭਾਜੀ ਨਿਗਰਾਨੀ ਹੁੰਦੀ ਸਿਕਿਉਰਿਟੀ ਬਾਹਰ ਖੜੀ ਹੁੰਦੀ ਆ ਕੌਣ ਆਦਾ ਕੌਣ ਜੇਲਵਾ ਗਈ ਆ ਨਹੀਂ ਜਾ ਸਕਦੇ ਸੀ ਭਾਜੀ ਉਹ ਪਾਸ ਬਣਾ ਦਿੰਦੇ ਆ ਉਹਨੂੰ ਹਾਊਸ ਪਾਸ ਕਹਿ ਦਿੰਦੇ ਆ ਦੋਚ ਦੇ ਵਿੱਚ ਜੀ ਤੇ ਉਥੇ ਤੁਸੀਂ ਜਾ ਸਕਦੇ ਆ ਜੀ ਬੰਦਾ ਭੱਜ ਜਵੇ ਭਾਈ ਜਰਮਨ ਬਹੁਤ ਸਟ੍ਰਿਕਟ ਹਾਂ ਉਹ ਜਰਮਨ ਇੰਗਲੈਂਡ ਨਹੀਂ ਹੈ ਜਰਮਨ ਜਰਮਨ ਸਟ੍ਰਿਕਟ ਬਹੁਤ ਆ ਭਾਜੀ ਉਹਨੂੰ ਪਤਾ ਭੱਜੂਗਾ ਤਾਂ ਫਿੱਪਤਾ ਪਊ ਭਾਜੀ ਜਰਮਨ ਤਾਂ ਕੀ ਕਹਿੰਦੇ ਉੱਥੇ ਤਾਂ ਕੋਈ ਮੱਖੀ ਨਹੀਂ ਮਾਰ ਸਕਦਾ ਹਾਂ ਤੇ ਫਿਰ ਭਾਜੀ ਉੱਥੇ ਮੈਂ ਜਰਮਨ ਚਲੋ ਫਿਰ ਰਹਾ ਕਾਫੀ ਚਿਰ ਤੇ ਮੇਰੀ ਪੱਕੀ ਰਹਿਸ਼ ਪੈ ਗਈ 2 ਸਾਲਾਂ ਮਗਰ ਉਹ ਵੀ ਫਿਰ ਹੈਸ਼ ਨੂੰ ਉਹ ਪੱਟ ਦਿੰਦੇ ਆ ਫਿਰ ਕਹਿੰਦੇ ਆਪਣੀ ਆਪਣੀਆਂ ਵੋਨਗਾ ਲੱਭ ਲੋ ਵੋਨਗਾ ਮਤਲਬ ਆਪਣੇ ਕਮਰੇ ਰਹਿਸ਼ਾ ਪਰਸਨਲ ਲੱਭ ਲੋ ਜੇ ਤਾਂ ਤੁਹਾਨੂੰ ਲੱਭਦੀ ਹੈ ਠੀਕ ਹੈ ਉਸੀ ਸਰਕਾਰ ਨੂੰ ਦੱਸਣਾ ਉਹਨਾਂ ਨੇ ਕਿਹਾ ਸਾਡਾ ਇੰਨਾ ਕੁ ਬਜਟ ਹੈ ਇਹਦੇ ਅੰਡਰ ਤੋਂ ਆਪਣਾ ਕਮਰਾ ਲੱਭ ਲੈ ਜੇ ਤਾਂ ਲੱਭ ਗਿਆ ਫਿਰ ਠੀਕ ਹੈ ਜੇ ਨਹੀਂ ਲੱਭਿਆ ਫਿਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਚਾਹੇ ਉਹ ਫਿਰ ਜਿੱਦਾਂ ਦੀ ਵੀ ਹੋਵੇ ਉੱਥੇ ਭੇਜ ਦੇਣਾ ਮੈਨੂੰ ਵੀ ਭੇਜ ਦਿੱਤਾ ਸੀ ਨੈਕਰ ਮਤਲਬ ਖਿਆਲ ਰੱਖਦੇ ਆ ਬੰਦੇ ਦਾ ਕੁਇਮ ਰੇਟਸ ਦਾ ਇਹ ਵੀ ਛੱਡ ਦੇਣਾ ਜਿੱਥੇ ਮਰਜ਼ੀ ਹੁੰਦਾ ਸੀ ਜੈਂਟਪੋਰਟ ਕਰ ਦੇਣਾ ਨਹੀਂ 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 ਪਾਜੀ ਜਰਮਨ ਦੇ ਵਿੱਚ ਤਾਂ ਇਦਾਂ ਆ ਕਮਰੇ ਦਾ ਖਰਚਾ ਹਮ ਰੈਂਟ ਸਾਰੇ ਰੈਂਟ ਪਾਣੀ ਹੋ ਗਈ ਬਿਜਲੀ ਹੋ ਗਈ ਗੈਸ ਹੋ ਗਿਆ ਜਰਮਨ ਸਰਕਾਰ ਦਾ ਸਾਨੂੰ ਤਾਂ 2013 ਵੇਲੇ ਦੀ ਗੱਲ ਹੈ ਜਦੋਂ 325 ਯੂਰੋ ਦਿੰਦੇ ਹੁੰਦੇ ਸੀ ਪਾਜੀ ਐਵਰੀ ਮੰਥ ਅੱਛਾ ਜੀ ਹਾਂ ਸਾਡੇ ਉਹ ਸਪਾਰਕਾਸ ਸੀ ਜਿਹੜੇ ਆ ਕੀ ਕਹਿੰਦੇ ਆ ਬੈਂਕ ਕਾਰਡ ਬਣੇ ਹੁੰਦੇ ਸੀਗੇ ਤੇ ਪਾਜੀ ਉਹ ਬੈਂਕਾਂ ਦੇ ਵਿੱਚ ਹਰ ਮਹੀਨੇ 325 ਯੂਰੋ ਆ ਜਾਂਦੇ ਸੀਗੇ ਪਰ ਉਹ ਅਸਲ ਚ ਰੋਟੀ ਪਾਣੀ ਲਈ ਦਿੰਦੇ ਹੁੰਦੇ ਸੀਗੇ ਬਾਕੀ ਬਿੱਲ ਬੱਤੀਆਂ ਸਾਰਾ ਕੁਝ ਹੈਸ਼ ਉਹਨਾਂ ਦੀ ਹੁੰਦੀ ਸੀ ਪਾਜੀ ਤੇ ਦੋ ਕੁ ਸਾਲ ਮਗਰੋਂ ਫਿਰ ਤੁਹਾਨੂੰ ਕੰਮ ਦੀ ਪਰਮਿਸ਼ਨ ਵੀ ਉਹ ਦਿੰਦੇ ਸੀਗੇ ਕਿ ਤੁਸੀਂ ਕੰਮ ਦੀ ਪਰਮਿਸ਼ਨ ਲੈ ਲਓ ਤੇ ਤੁਸੀਂ ਕੰਮ ਕਰੋ ਕਿਸੇ ਪਰਤਾਂ ਨੂੰ ਪਤਾ ਆਪਣੇ ਬੰਦੇ ਫੁੱਲ 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 ਸਾਈਡ ਪੇਪਰ ਕਹਿ ਦਿੰਦੇ ਸੀ ਜਿਹਦਾ ਫੁੱਲ ਟਾਈਮ ਉਹ ਨਹੀਂ ਭਰਦੇ ਸੀਗੇ ਜੇ ਕਿਸੇ ਦੇ ਭਾਰ ਹੋ ਜਾਂਦੇ ਸੀ ਬੰਦਾ 5 ਸਾਲ ਕੰਮ ਕਰ ਲੈਂਦਾ ਸੀਗਾ ਉਹਨੂੰ ਉਸ ਬੇਸ ਤੇ ਟੈਕਸ ਦੇ ਬੇਸ ਤੇ ਪੇਪਰ ਮਿਲ ਜਾਂਦੇ ਸੀਗੇ ਹੂੰ ਜੀ ਫਿਰ ਯੂਕੇ ਕਿਵੇਂ ਹੋਈ ਮਤਲਬ ਤੁਹਾਡੀ ਵਾਪਸੀ ਮੇਰੀ ਯੂਕੇ ਵਾਪਸੀ ਤੁਸੀਂ ਹਰਜਾ ਭੰਗੜਨ ਵੀ ਪੁੱਛ ਸਕਦੇ ਮੇਰੇ ਭਾਜੀ ਹੁਣ ਆ ਦਾ ਮੈਂ ਸ਼ੋਅ ਦੇਖਦਾ ਹੁੰਦਾ ਸੀ ਖਾਸ ਕਰਕੇ YouTube ਤੇ ਇਹਨਾਂ ਨੂੰ ਮੈਂ ਬਹੁਤ ਦੇਖਦਾ ਸੀ ਤੁਸੀਂ ਵੀ ਭਾਜੀ ਉਹਨਾਂ ਦੇ ਨਾਲ ਕੀਤਾ ਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਤੁਸੀਂ ਉਹਨਾਂ ਦਾ ਪੋਡਕਾਸਟ ਕੀਤਾ ਆ ਤੇ ਮੈਂ ਭਾਜੀ ਉਹਨਾਂ ਨੂੰ YouTube ਤੇ ਦੇਖਦਾ ਹੁੰਦਾ ਸੀਗਾ ਤੇ ਮੈਂ ਜਦੋਂ ਵੀ ਦੇਖਣਾ ਮੈਂ ਕਹਿੰਦਾ ਯਾਰ ਬੰਦੇ 'ਚ ਕੁਝ ਹੈ ਕਿਉਂਕਿ ਜਿਹੜਾ ਬੰਦਾ ਕਹਿੰਦਾ ਇੱਕ ਠੋਕ ਕੇ ਬੋਲਦਾ ਹੋਵੇ ਨਾ ਉਹਦੇ 'ਚ ਕੁਝ ਹੈ ਕੋਈ ਤੁਹਾਨੂੰ ਪਤਾ ਇੰਗਲੈਂਡ ਦੇ ਵਿੱਚ ਮਿੱਠੀਆਂ ਗੋਲੀਆਂ ਵਾਲੇ ਬਹੁਤ ਬਹੁ ਇਹਨਾਂ ਨੂੰ ਉਹੀ ਚੰਗੇ ਲੱਗਦੇ ਆ ਲੱਗਦੇ ਪਾਜੀ ਹਰਜਾਪ ਠੀਕ ਆ ਪਾਜੀ ਇੱਕ ਗੱਲ ਮੰਨਦਾ ਕਪੱਤਾ ਜ਼ਰੂਰ ਹੈ ਦਵਾਈ ਹਮੇਸ਼ਾ ਕੌੜੀ ਹੁੰਦੀ ਹੈ ਜਦੋਂ ਬੁਖਾਰ ਹੁੰਦਾ ਨਾ ਇਨਸਾਨ ਨੂੰ ਤੇ ਉਹ ਕੌੜੀ ਦਵਾਈ ਖਾ ਕੇ ਇਨਸਾਨ ਠੀਕ ਹੁੰਦਾ ਜਦੋਂ ਸ਼ੂਗਰ ਜਦੋਂ ਸ਼ੂਗਰ ਹੁੰਦੀ ਨਾ Karela Karele ਦਾ ਜੂਸ ਪਲਾਇਆ ਜਾਂਦਾ ਹੂੰ ਰੋਗੀ ਨੂੰ ਕੌੜਾ ਹੁੰਦਾ ਜੀ ਪਤਾ ਆ ਕੜਤਣ ਹੈ ਪਰ ਫਾਇਦਾ ਹੁੰਦਾ ਐਸੀ ਗੱਲੋ ਹਰਜਾਪ ਪਾਜੀ ਆ ਤੇ ਫਿਰ ਮੈਂ ਹਰਜਾਪ ਪਾਜੀ ਨਾਲ ਸੰਪਰਕ ਕੀਤਾ ਕੁਦਰਤੀ ਮੇਰਾ ਜਿਹੜਾ ਵਿਆਹ ਆ ਉਹ ਯੂਰਪ ਚ ਹੋਇਆ ਸੀਗਾ ਮੇਰੀ ਜਿਹੜੀ ਫਰਾਉ ਸੀ ਫਰਾਉ ਕਹਿੰਦੇ ਵਾਈਫ ਉਹ ਇੱਥੋਂ ਸੀਗੀ ਇੰਗਲੈਂਡ ਤੋਂ ਅੱਛਾ ਜੀ ਹਾਂ ਤੇ ਇਹ ਫਿਰ ਉੱਥੇ ਗਈ ਆ ਤੇ ਸਮਝ ਲਓ ਅਸੀਂ ਫੇਸਬੁੱਕ ਤੇ ਮਿਲੇ ਸੀਗੇ ਹੂੰ ਇਹ ਉੱਥੇ ਗਈ ਆ ਚਲੋ ਇਹਨੇ ਦੇਖਿਆ ਕਿਉਂਕਿ ਇਹ ਮੈਨੂੰ ਉਸ ਸਮੇਂ ਜਾਣਦੀ ਸੀ ਜਦੋਂ ਮੈਂ ਫਰਾਂਸ ਸੀ ਹੂੰ ਕਿਉਂਕਿ ਮੈਂ ਚਲਾਉਂਦਾ ਸੀ ਫੇਸਬੁੱਕ ਦੇ ਪੇਜ ਅੱਛਾ ਇੱਥੋਂ ਦੀ ਜੰਪਲ ਸੀ ਗੋਰੀ ਗੋਰੀ ਸੀ ਨਹੀਂ ਨਹੀਂ ਆਪਣੇ ਆਪਣੇ ਹਾਂਜੀ ਤੇ ਇਹ ਮੈਂ ਚਲਾਉਂਦਾ ਹੁੰਦਾ ਸੀ ਫੇਸਬੁੱਕ ਦੇ ਪੇਜ ਤੇ ਮੇਰਾ ਪੇਜ ਹੁੰਦਾ ਸੀ ਪੰਜਾਬੀ ਵਿਰਸਾ ਹੂੰ ਤੇ ਪੰਜਾਬੀ ਵਿਰਸਾ ਪੇਜ ਦੇ ਉੱਪਰ ਮੈਂ ਨਾ ਕੋਈ ਪੋਸਟ ਪਾਈ ਸੀ ਖੀਰ ਵਾਲੀਆਂ ਬਾਲਟੀਆਂ ਦੀ ਤੇ ਇਹਨੇ ਉੱਥੇ ਕਮੈਂਟ ਕਰ ਦਿੱਤਾ ਤੁਹਾਨੂੰ ਯਾਦ ਆ ਜਦੋਂ ਉਹ ਨਵੀਂ-ਨਵੀਂ ਫੇਸਬੁੱਕ 2009 ਜਾਂ 10 ਚ ਆਈ ਹੈ ਸਾਨੂੰ ਇੱਕ ਕ੍ਰੇਜ਼ ਹੁੰਦਾ ਸੀ ਕਿ ਅਸੀਂ 5000 ਬੰਦਾ ਐਡ ਕਰਨਾ ਐਡ ਕਰਨਾ ਹਨਾ ਤੇ ਨਾ ਅਸੀਂ ਦੇਖਦੇ ਸੀ ਅਸੀਂ ਇਹ ਸਾਡੇ ਨੌਨ ਆ ਜਾਂ ਅਨਨੌਨ ਆ ਬਸ ਇੱਕ ਕ੍ਰੇਜ਼ ਹੁੰਦਾ ਸੀ ਕਿ ਲੈ ਮੇਰੇ ਐਡ ਫਰੈਂਡ ਤੇ ਸੈਪਟ ਫਰੈਂਡ ਬਣਾ ਕੇ ਇੱਕ ਸਟੇਟਸ ਪਾਣੇ ਫਿਰ ਦੇਖਣਾ ਕਿੰਨਿਆਂ ਨੇ ਸਟੇਟਸ ਲਾਈਕ ਕੀਤੇ ਆ ਸ਼ੇਅਰ ਕੀਤੇ ਆ ਬਹੁਤ ਸ਼ਾਇਰ ਬਣੇ ਉਦੋਂ ਸ਼ੈਰੋ ਸ਼ਰੀ ਜੀ ਬਿਲਕੁਲ ਮੈਂ ਵੀ ਉੱਥੇ ਹੀ ਲਿਖਣਾ ਸਿੱਖਿਆ ਹੀ ਹਾਂ ਤੇ ਮੇਰੇ ਉਸ ਸਮੇਂ ਕਾਫੀ ਯਾਰ ਦੋਸਤ ਜਿੱਦਾਂ ਇੰਡੀਜਸਵਾਲ ਲਾਲੀ ਬਟਾਲਾ ਯਾਦਵਿੰਦਰ ਭਾਜੀ ਹਰਮਨ ਚੀਮਾ ਇਹ ਸਾਰੇ ਜਗਦੀਪ ਰੰਧਾਵਾ ਪਿੱਛੇ ਦੇ ਮਿੰਟੂ ਘੁਰਾਸੁਰਿਆ ਭਾਜੀ ਇਹ ਇਹ ਸਾਰੇ ਇਹ ਆਪਣੇ ਰੇਡੀਓ ਸੱਚ ਦੀ ਗੂੰਜ ਤੋਂ ਹਰਜੋਤ ਭਾਜੀ ਹਾਲੈਂਡ ਤੋਂ ਇਹ ਸਾਰੇ ਮੇਰੇ ਅਵਤਾਰ ਸਿੰਘ ਖੰਡਾ ਬਾਈ ਇਹ ਸਾਰੇ ਫੇਸਬੁੱਕ ਤੋਂ ਉਦੋਂ ਫਰੈਂਡ ਬਣੇ ਸਗੇ ਤੇ ਉਸੇ ਤਰ੍ਹਾਂ ਇਹਨਾਂ ਨੇ ਮੇਰੇ ਕਿਦਾਂ ਫੇਸਬੁੱਕ ਪੇਜ ਤੇ ਕਮੈਂਟ ਕੀਤਾ ਤੇ ਸਾਨੂੰ ਜਿੱਦਾਂ ਹੁੰਦਾ ਨਹੀਂ ਸੀਗਾ ਕਿ ਕਿਸੇ ਕੁੜੀ ਨੂੰ ਦੇਖ ਲਿਆ ਚਲੋ ਹੁਣ ਤਾਂ ਉਮਰ ਦੇ ਹਿਸਾਬ ਨਾਲ ਥੋੜਾ ਸੰਭਲ ਗਏ ਆ ਉਦੋਂ ਹੁੰਦਾ ਸੀ 18 19 20 ਸਾਲ ਦੀ ਉਮਰ ਚ ਅਗਲੇ ਆਵੇ ਕੁੜੀ ਨੇ ਬਈ ਮੈਨੂੰ ਕਮੈਂਟ ਕੀਤਾ ਮਗਰੇ ਪੈ ਜਾਣਾ ਅਵੇ ਤੁਸੀਂ ਕੌਣ ਆ ਮੈਨੂੰ ਜਵਾਬ ਨਹੀਂ ਦਿੰਦੇ ਹੈਨਾ ਅਗਲੇ ਦੁਖੀ ਕਰ ਦੇਣਾ ਇਸੇ ਤਰ੍ਹਾਂ ਮੈਂ ਦੁਖੀ ਕਰ ਦਿੱਤਾ ਤੇਰੇ ਲੈਨੇ ਵੀ ਦੇਖਿਆ ਕਿ ਯਾਰ ਉਹਨੇ ਵੀ ਦੇਖਿਆ ਕਿ ਕੌਣ ਜਿਹੜਾ ਮੈਨੂੰ ਇੰਨਾ ਦੁਖੀ ਕੀਤਾ ਆ ਤੇ ਫਿਰ ਜਦੋਂ ਫਿਰ ਗੱਲਾਂ ਗੁੱਲਾਂ ਹੋਈਆਂ ਤੇ ਜਦੋਂ ਮੈਂ ਆਪਣਾ ਦੱਸਿਆ ਕਿਉਂਕਿ ਅਸੀਂ ਥੋੜੇ ਜਟਬਾਤੀ ਟਾਈਪ ਬੰਦੇ ਆ ਤੇ ਜਦੋਂ ਕਹਿੰਦੇ ਕਿਸੇ ਨੂੰ ਕਿਸੇ ਤੇ ਤਰਸ ਆ ਗਿਆ ਜੀ ਕਿ ਯਾਰ ਇਹਦੇ ਨਾਲ ਇੰਨਾ ਕੁਝ ਹੋਇਆ ਪਿੱਛੇ ਇਸ ਘਰ ਚੋਂ ਆਇਆ ਸੀ ਤੇ ਆਪਾਂ ਤਾਂ ਤੁਹਾਨੂੰ ਪਤਾ ਹੀ ਆ ਭਾਜੀ ਤੁਸੀਂ ਵੀ ਕਈ ਵਾਰ ਮਿਲੇ ਆ 5-10 ਮਿੰਟ ਹੀ ਆਪਾਂ ਬੰਦੇ ਕਿਸੇ ਨਵੇਂ ਨੂੰ ਮਿਲਦੇ ਆ ਤਾਂ ਪੂਰਾ ਦਿਲ ਖੋਲ ਕੇ ਰੱਖ ਦਿੰਨੇ ਆ ਜਿਵੇਂ ਆਪਾਂ ਨੂੰ ਜਾਣਦੇ ਆ ਹੈਨਾ ਤੇ ਬਾਕੀ ਉਹ ਬਾਅਦ ਚ ਪਤਾ ਲੱਗਦਾ ਕਿ ਤੁਹਾਡਾ ਬੈਰੀ ਹੈ ਜਾਂ ਜਾਂ ਦੋਸਤ ਹੈ ਨਾ ਤੇ ਚਲੋ ਤੇ ਇਹਨੇ ਫਿਰ ਜਰਮਨ ਤੇ ਉੱਥੇ ਜਰਮਨ ਆਏ ਆ ਭੰਗਲ ਭਾਜੀ ਨਾਲ ਗੱਲ ਕੀਤੀ ਆ ਸਾਡਾ ਚਲੋ ਉੱਥੇ ਵਿਆਹ ਹੋਇਆ ਤੇ ਚਲੋ ਵਿੱਚ ਕਈ ਗੱਲਾਂ ਆ ਪਾਸਪੋਰਟ ਕਿਵੇਂ ਬਣਾਇਆ ਤੁਹਾਨੂੰ ਪਤਾ ਫਿਰ ਥੋੜਾ ਜਿਆ ਪਰਦਾ ਵੀ ਜ਼ਰੂਰੀ ਆ ਕਿਵੇਂ ਬਣਾਇਆ ਕਿੱਦਾਂ ਬਣਾਇਆ ਪਰ ਤੱਕੇ ਚੰਗੇ ਖਾਦੇ ਹਨਾ ਤੇ ਇੱਕੋ ਹੁੰਦਾ ਆ ਤੁਹਾਡੇ ਕੋਲ ਆਪਸ਼ਨ ਜਦੋਂ ਤੁਸੀਂ ਬਾਹਰ ਆਨੇ ਆ ਜਾਂ ਤਾਂ ਜ਼ਿੰਦਗੀ ਬਣਾ ਲਓ ਜਾਂ ਕੰਮ ਕਰ ਲਓ ਤੇ ਮੈਂ ਜ਼ਿੰਦਗੀ ਬਣਾਉਣ ਵਾਲੇ ਪਾਸੇ ਨੂੰ ਹੋ ਗਿਆ ਸੀ ਕਿਉਂਕਿ ਮੈਂ ਆਲਰੇਡੀ ਇੱਥੇ ਫੜ ਹੋ ਗਿਆ ਸੀ ਤੇ ਮੈਂ ਜਰਮਨ ਵਾਲੇ ਵੀ ਦੇਖ ਲੈ ਸੀ ਤੇ ਮੈਨੂੰ ਪਰਮਾਤਮਾ ਨੇ ਇੱਕ ਮੌਕਾ ਦਿੱਤਾ ਸੀ ਜ਼ਿੰਦਗੀ ਬਣਾਉਣ ਦਾ ਚਲੋ ਮੇਰਾ ਸਾਥੀ ਚੰਗਾ ਆ ਠੀਕ ਹੈ ਨਾ ਤੇ ਜਦੋਂ ਉਹਨਾਂ ਨੇ ਫਿਰ ਮੈਨਾਂ ਜਿਹੜਾ ਉੱਥੇ ਆਏ ਆ ਫਿਰ ਸਾਰਾ ਕੁਝ ਹੋਇਆ ਆ ਗੋਰਿਆਂ ਵਾਲਾ ਹੀ ਵਿਆਹ ਸੀ ਸਾਡਾ ਤੁਹਾਨੂੰ ਪਤਾ ਗੋਰਿਆਂ ਵਾਲੇ ਉਹ ਬਸ ਇੱਕ ਸ਼ਾਪ ਜੀ ਪਾਉਣੀ ਹੁੰਦੀ ਆ ਤੇ ਉਹਨੂੰ ਹੀ ਵਿਆਹ ਮੰਨ ਲੈਂਦੇ ਆ ਇਹ ਤੇ ਉਹ ਹੋਇਆ ਚਲੋ ਉੱਥੇ ਉਹ ਸਰਟੀਫਿਕੇਟ ਦੇ ਦਿੰਦੇ ਆ ਫਿਰ ਮੈਨੂੰ ਆਸ ਨਹੀਂ ਸੀ ਕਿ ਇੰਗਲੈਂਡ ਮੁੜ ਕੇ ਆਣ ਦੀ ਤਾਂ ਸੱਚ ਦੱਸਾਂ ਮੈਂ ਸੋਚਿਆ ਸੀਗਾ ਪਾਣੀ ਸੀ ਬਸ ਮੈਂ ਕਿਹਾ ਇੱਥੇ ਨਹੀਂ ਮੁੜ ਕੇ ਮੈਂ ਬੜਨਾ ਤੇ ਮੇਰੇ ਜਿੱਦਾਂ ਕਹਿੰਦੇ ਮਨ ਚ ਬਹੁਤ ਸੀਗਾ ਮੈਂ ਇੰਗਲੈਂਡ ਮੁੜ ਜਾਵਾਂ ਪਰ ਮੈਨੂੰ ਪਤਾ ਹੀ ਨਹੀਂ ਸੀਗਾ ਮੈਂ ਆ ਸਕਦਾ ਕਿ ਨਹੀਂ ਆ ਸਕਦਾ ਤੇ ਪਰ ਜਿਹੜਾ ਮੇਰਾ ਹਮਸਫਰ ਸੀ ਉਹਨੇ ਮੈਨੂੰ ਇਹ ਜ਼ਰੂਰ ਕਿਹਾ ਕਿ ਮੈਂ ਤੈਨੂੰ ਕਰਕੇ ਦਿਖਾ ਦਵਾਂ ਤੇ ਮੈਂ ਕਹਿੰਦਾ ਸੀ ਨਹੀਂ ਯਾਰ ਮੇਰਾ ਤਾਂ ਉੱਥੇ ਪਹਿਲਾਂ ਵਾਰ ਫੜ ਹੋਇਆ ਮੇਰੇ ਨਾਲ ਇੰਨਾ ਕੁਝ ਹੋ ਚੁੱਕਾ ਆ ਪਾਸਪੋਰਟ ਉਹਨਾਂ ਨੇ ਮੇਰਾ ਪਹਿਲਾਂ ਰੱਖ ਲਿਆ ਆ ਤੇ ਇਹ ਤਾਂ ਤਾਂ ਹੋ ਹੀ ਨਹੀਂ ਸਕਦੀ ਹਨਾ ਕਿ ਮੈਨੂੰ ਕਿਸ ਹਿਸਾਬ ਨਾਲ ਉਹ ਅੰਦਰ ਐਂਟਰੀ ਦਊਗੇ ਪਰ ਫਿਰ ਮੈਂ ਜਦੋਂ ਹਰਜਾਪਾ ਜੀ ਦੇਖਿਆ ਮੈਂ ਇਹਨਾਂ ਨਾਲ ਗੱਲ ਕੀਤੀ ਉਦੋਂ ਇਹ ਸਕਾਈਪ ਤੇ ਗੱਲ ਕਰਦੇ ਹੁੰਦੇ ਸਗੇ ਤੇ ਇਹਨਾਂ ਨੇ 2014-15 ਦੇ ਵਿੱਚ ਮੈਨਾਂ ਸਕਾਈਪ ਤੇ ਫਿਰ ਗੱਲ ਕੀਤੀ ਤੇ ਕਹਿੰਦੇ ਵੀ ਮੈਂ ਸਾਰੀ ਸਟੋਰੀ ਦੱਸੀ ਸੱਚ ਦੱਸਿਆ ਕਿ ਮੈਂ ਇਦਾਂ ਆਇਆ ਸੀਗਾ ਇਦਾਂ ਮੈਂ ਫਰਾਂਸ ਆਇਆ ਇਦਾਂ ਮੈਂ ਜਰਮਨ ਆਇਆ ਇਦਾਂ ਮੇਰੇ ਨਾਲ ਹੋ ਗਿਆ ਤੇ ਆਹ ਸਾਰੀ ਸਟੋਰੀ ਆ ਸਾਡਾ ਇੱਥੇ ਹੋਇਆ ਆ ਮੈਨੂੰ ਜਰਮਨ ਦਾ 5 ਸਾਲ ਦਾ ਕਾਰਡ ਮਿਲ ਗਿਆ ਸੀ ਹੂੰ ਅ ਵੀਜ਼ਾ ਕਾਰਡ ਤੇ ਭਾਜੀ ਨੇ ਸਾਰੀ ਸਟੋਰੀ ਫਿਰ ਜਦੋਂ ਸੁਣੀ ਆ ਤੇ ਉਹਨਾਂ ਨੇ ਫਿਰ ਦੱਸਿਆ ਕਿ ਕਿ ਤੂੰ EEE ਦੇ ਅੰਡਰ ਆਉਣਾ ਆ ਯੂਰੋਪੀਅਨ ਇਕਨੋਮਿਕ ਏਰੀਆ ਹੂੰ ਤੂੰ ਇਹਦੇ ਅੰਡਰ ਆਉਣਾ ਆ ਤੇ ਤੂੰ ਫਿਰ ਜਿਹੜਾ ਆ ਇਹ ਆ ਸਕਦਾ ਆ ਪਰ ਜੇ ਤੁਸੀਂ ਟਰੈਵਲ ਇਕੱਠੇ ਕਰਦੇ ਓਕੇ ਇੱਕ ਬ੍ਰਿਟਿਸ਼ ਪਾਸਪੋਰਟ ਹੋਲਡਰ ਇੱਕ ਇੰਡੀਅਨ ਜਾਂ ਪਾਕਿਸਤਾਨੀ ਪਾਸਪੋਰਟ ਪਰ ਪਲੱਸ 5 ਸਾਲ ਦਾ ਜਰਮਨ ਦਾ ਕਾਰਡ ਹੂੰ ਤੇ ਜੇ ਤੁਸੀਂ ਇਕੱਠੇ ਟਰੈਵਲ ਕਰਦੇ ਆ ਤੁਸੀਂ ਫਿਰ ਇੰਗਲੈਂਡ ਆ ਸਕਦੇ ਉਹ ਨਾ ਸਮਾਂ ਦੀ ਗੱਲ ਆ ਤੇ ਅਸੀਂ ਇਦਾਂ ਹੀ ਕੀਤਾ ਬਾਜੀ ਦੀ ਗੱਲ ਨੂੰ ਮੰਨੇ ਆ ਤੇ ਜਦੋਂ ਪਹਿਲਾਂ ਜਰਮਨ ਤੋਂ ਮੈਂ ਸਟਟਗਾਰਟ ਸ਼ਹਿਰ ਤੋਂ ਤੁਰ ਲੱਗਾ ਲੰਡਨ ਮੈਨੂੰ ਨਾਲ ਰੋਕ ਲਿਆ ਕਿਉਂਕਿ ਮੇਰੇ ਇੰਡੀਅਨ ਪਾਸਪੋਰਟ ਤੇ ਕੋਈ ਵੀਜ਼ਾ ਹੀ ਨਹੀਂ ਸੀਗਾ ਇੰਗਲੈਂਡ ਆਣ ਦਾ ਉਹ ਕਹਿੰਦੇ ਵੀ ਤੂੰ ਕਿੱਦਾਂ ਚੱਲਾ ਤੇ ਫਿਰ ਮੈਨੂੰ ਬਾਜੀ ਨੇ ਚਲੋ ਗਾਈਡ ਕੀਤਾ ਸੀ ਤੇ ਉਹਨਾਂ ਨੂੰ ਮੈਂ ਦੱਸਿਆ ਮੈਂ ਕਿਾ ਤੁਸੀਂ ਆਪਣੇ ਸਿਸਟਮ 'ਚ ਦੇਖੋ ਈ ਈ ਏ ਕਿਹਾ ਹੁੰਦਾ ਯਾਰ ਹੂੰ ਠੀਕ ਹੈ ਨਾ ਕਿ ਇੱਕ ਜੇ 파ਟਨਰ ਇੰਗਲੈਂਡ ਦਾ ਆ ਤੇ ਈ ਈ ਏ ਬੰਦੇ ਕੋਲ ਜਰਮਨ ਦਾ 5 ਸਾਲਾ ਕਾਰਡ ਆ ਉਹ ਕਿੱਦਾਂ ਜਾ ਸਕਦਾ ਤੇ ਉਹਨਾਂ ਨੇ ਜਦੋਂ ਚੈੱਕ ਕੀਤਾ ਤੇ ਉਹਨਾਂ ਨੇ ਮੈਨੂੰ ਜਾਣ ਦੇ ਦਿੱਤਾ ਹੀਥਰੋਂ ਆਇਆ ਜਿਵੇਂ ਕਹਿੰਦੇ ਹੁੰਦੇ ਆਪਣੇ ਆਪਣੇ ਦੇ ਵਿਅਰੀ ਤੇ ਕੁਦਰਤੀ ਮੇਰਾ ਜਿਹੜਾ ਮੈਨੂੰ ਮਰੇ ਕਰ ਰਿਆ ਸੀ ਹੈਂਡਲ ਘੋਰਾ ਸੀ ਤੇ ਨਾਲ ਆਪਣੇ ਪੰਜਾਬਣ ਸੀ ਇੱਥੇ ਦੀ ਜੰਪਲ ਤੇ ਜਦੋਂ ਘੋਰਾ ਕਹਿੰਦਾ ਵੀ ਇਹਦੇ ਤਾਂ ਪਾਸਪੋਰਟ ਤੇ ਕੋਈ ਵੀਜ਼ਾ ਹੀ ਹੈ ਨਹੀਂ ਇਹ ਕੇਸ ਬੇਸ ਤੇ ਜਰਮਨ ਤੋਂ ਇੱਥੇ ਆਇਆ ਤੇ ਉਹਨਾਂ ਨੇ ਪੰਗਾ ਪਾ ਲਿਆ ਤੇ ਉਹ ਆਪਣੀ ਜਿਹੜੀ ਆਪਣੇ ਪੰਜਾਬਣ ਰੱਖ ਲੋ ਇੱਥੇ ਦੀ ਜੰਪਲ ਤੇ ਉਹਨਾਂ ਸਿੱਧਾ ਹੀ ਕਹਤਾ ਕਹਿੰਦੀ ਇਹ ਇੱਥੇ ਆ ਨਹੀਂ ਸਕਦਾ ਇਹ ਕਿਵੇਂ ਆ ਗਿਆ ਇਹਦੇ ਪਾਸਪੋਰਟ ਦੇ ਉੱਪਰ ਤਾਂ ਕੋਈ ਵੀਜ਼ਾ ਹੀ ਹੈ ਨਹੀਂ ਹੂੰ ਠੀਕ ਹੈ ਨਾ ਤੇ ਮੈਂ ਉਹਨਾਂ ਨੇ ਕਿਹਾ ਮੈਂ ਕਹਾ ਮੈਂ ਇੰਡੀਆ ਦਾ ਪਾਕਿਸਤਾਨ ਜਾਂ ਅਫਗਾਨਿਸਤਾਨ ਤੋਂ ਤਾਂ ਆਇਆ ਨਹੀਂ ਜਿੱਥੇ ਦੀ ਇਮੀਗ੍ਰੇਸ਼ਨ ਨੂੰ ਕੁਝ ਪਤਾ ਨਹੀਂ ਸੀ ਮੈਂ ਜਰਮਨ ਤੋਂ ਆਇਆ ਠੀਕ ਹੈ ਨਾ ਮੈਂ ਕਹਾ ਐਦਾਂ ਕਰੋ ਆਪਣੇ ਸੀਨੀਅਰ ਆਫੀਸਰ ਨਾਲ ਗੱਲ ਕਰੋ ਤੇ ਕੁਦਰਤੀ ਭਾਜੂ ਨੇ ਮੇਰੇ ਫਿੰਗਰ ਲੈ ਲਏ ਜਦੋਂ ਮੇਰੇ ਫਿੰਗਰ ਲੈ ਮੇਰਾ ਸਾਰਾ ਕੁਝ ਫੇਰ ਆ ਗਿਆ ਉਹ ਕਹਿੰਦਾ ਤੂੰ ਤਾਂ ਇੱਥੇ ਇੰਗਲੈਂਡ ਦੇ ਵਿੱਚ ਸੀ ਤੇ ਤੂੰ ਤਾਂ ਇੱਥੇ ਅਸਾਈਲਮ ਲਾਇਆ ਸੀ ਤੂੰ ਜਰਮਨ ਤੋਂ ਕਿਵੇਂ ਆਇਆ ਹੂੰ ਤੇ ਚਲੋ ਭਾਜੀ ਦਾ ਥੈਂਕ ਯੂ ਖਰਜਾਪ ਦਾ ਮੈਨੂੰ ਸਾਰਾ ਕੁਝ ਦੱਸਿਆ ਸੀ ਕਿ ਤੂੰ ਝੂਠ ਨਹੀਂ ਬੋਲਣਾ ਮੈਂ ਸੱਚ ਦੱਸ ਦਿੱਤਾ ਕਿ ਮੈਂ ਇਦਾਂ ਇਦਾਂ ਦਾ ਗਿਆ ਸੀ ਤੇ ਮੈਂ ਇਦਾਂ ਇਦਾਂ ਹੁਣ ਆ ਗਿਆ ਦੱਸਿਆ ਨਹੀਂ ਵੀ ਜਾਂ ਲਵ ਮੈਰਿਜ ਸੀ ਸਾਡੀ ਜਾਂ ਮੈਨੂੰ ਮਿਲ ਗਿਆ ਸੀ ਉਹਨਾਂ ਨੇ ਇਹ 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 ਦੇਖਣਾ ਸੀਗਾ ਨਾ ਕਿ ਤੁਸੀਂ ਗਏ ਕਿੱਦਾਂ ਇੱਥੋਂ ਹਾਂ ਕਿਉਂਕਿ ਉਹ ਤਾਂ ਸੋਚੀ ਜਾਂਦੇ ਮੈਂ ਤਾਂ ਹਜੇ ਵੀ ਇੰਗਲੈਂਡ 'ਚ ਫਿਰਦਾ ਹੂੰ ਤੇ ਫਿਰ ਮੈਂ ਦੱਸਿਆ ਕਿ ਮੈਂ ਤਾਂ ਭਾਈ ਇੱਥੇ ਡੌਂਕੀ ਲਾ ਕੇ ਚਲਾ ਗਿਆ ਸੀ ਤੇ ਜਰਮਨ 'ਚ ਮੈਂ ਇਦਾਂ ਗਿਆ ਉੱਥੇ ਮੈਂ ਫੜ ਹੋਇਆ ਇਦਾਂ ਮੈਂ ਆਇਆ ਇੱਥੇ ਤੇ ਚਲੋ 40 45 ਮਿੰਟ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਮੇਰੇ ਤੇ ਤੇ ਜਦੋਂ ਉਹਨਾਂ ਨੇ ਕਿਹਾ ਵੈਲਕਮ ਟੂ ਇੰਗਲੈਂਡ ਸਰ ਪਾਜੀ ਮੈਂ ਇੰਨਾ ਐਕਸਾਈਟਡ ਹੋਇਆ ਮੈਂ ਤਾਂ ਇਹ ਵੀ ਨਹੀਂ ਦੇਖਿਆ ਕਿ ਟੈਕਸੀ ਕਿਹੜੀ ਬੁੱਕ ਕਰਨੀ ਆ ਮੈਨੂੰ ਇਹ ਸੀਗਾ ਕਿਥੇ ਪਿੱਛੇ ਮੈਨੂੰ ਹਾਕ ਨਾ ਮਾਰੇ ਮੇਰੇ ਵਾਲੀ ਹਾਲ ਹੋਇਆ ਹੈਨਾ ਕਿ ਮੈਨੂੰ ਕਿਤੇ ਹਾਕ ਨਾ ਮਾਰ ਲੈਣ ਕਿ ਤੈਨੂੰ ਅਸੀਂ ਗਲਤੀ ਨਾਲ ਐਂਟਰੀ ਦੇ ਦਿੱਤੀ ਆ ਤੇ ਮੈਂ ਤਾਂ ਉਹ ਬਲੈਕ ਐਪ ਕਰ ਲਈ ਮੈਂ ਵੀ ਉਹੀ ਕੀਤੀ ਸੇਮ ਸਾਡੀ ਸਟੋਰੀ ਸੇਮ ਪਾਜੀ ਭੱਜਣ ਦੀ ਕੀਤੀ ਮੈਂ ਮੈਂ ਪਾਜੀ 270 ਪਾਉਂਡ ਦਿੱਤੇ ਉਹਦੇ ਕੈਬ ਤੇ ਪਰ 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 ਮੈਂ ਮੈਨੂੰ ਭੁੱਲ ਗਏ 270 ਭੁੱਲ ਗਏ ਫਿਰ ਮੈਂ ਇੱਥੇ ਆਇਆ ਪਹਿਲਾ ਫੋਨ ਫਿਰ ਮੇਰੇ ਗਾਫੇ ਨੂੰ ਗਿਆ ਪਾਜੀ ਹੂੰ ਕਿ ਭਾਜੀ ਜੇ ਮੈਨੂੰ ਹੌਸਲਾ ਨਾ ਦਿੰਦਾ ਹੂੰ ਮੈਂ ਇੰਡੀਆ ਹੁਣਾ ਸੀ ਮੈਂ ਡਿਪੋਰਟ ਹੋ ਗਿਆ ਸੀ ਪਹਿਲਾ ਹੀ ਫੋਨ ਮੇਰਾ ਉਸ ਸੰਸਾਨ ਨੂੰ ਗਿਆ ਤੇ ਮੈਂ ਕਿਹਾ ਗਾਫਾ ਮੈਂ ਇੱਥੇ ਆ ਗਿਆ ਚਲੋ ਮੇਰੇ ਇੱਥੇ ਕਈ ਆਪਣੇ ਕਹਿੰਦੇ ਪਿੰਡੂ ਮੈਨੂੰ ਕੋਈ ਇਕੱਟਿਓ ਵੀ ਨਾ ਨਹੀਂ ਕੋਈ ਮੇਰੇ ਪਿੰਡ ਦੇ ਸਿਗੇ ਜੇ ਮੇਰੀ ਜ਼ਿੰਦਗੀ ਬਣਨੀ ਸੀ ਮੇਰੀ 2011 12 ਚ ਇੱਥੇ ਬਣ ਜਾਣੀ ਸੀ ਇੰਗਲੈਂਡ 'ਚ ਪ੍ਰਾਣਿਆਂ ਨੂੰ ਜਿੱਦਾਂ ਇੱਕ ਹੰਕਾਰ ਨਹੀਂ ਹੁੰਦਾ ਕਿ ਅਸੀਂ ਧੱਕੇ ਖਾ ਕੇ ਪੱਕੇ ਹੋਏ ਆਂਦੇ ਹੋਗੇ ਮਹਾਰਾਜ ਨੇ ਹਰੇਕ ਦੇ ਮੁਕੱਦਰ ਲਿਖੇ ਉਹਨਾਂ ਨੇ ਜਿਹੜੀ ਇੱਥੇ ਕੁੜੀ ਨਾਲ ਮੇਰੀ ਗੱਲਬਾਤ ਸੀ ਉਹਨੂੰ ਡਰਾ ਦਿੱਤਾ ਅਸੀਂ ਤੇਰੇ ਪਿਓ ਨੂੰ ਦਾਦਣਾ ਸਾਡੇ ਪਿੰਡ ਦੇ ਮੁੰਡੇ ਨਾਲ ਗੱਲਾਂ ਕਰਨੀਆਂ ਬੰਦ ਕਰ ਤੇ ਟੀਡੀ ਕੁੜੀ ਲੈ ਕੇ ਆਈ ਜਰਮਨ ਤੋਂ ਨਹੀਂ ਨਹੀਂ ਇੱਥੇ ਪਹਿਲਾਂ ਜਦੋਂ ਮੈਂ ਆਲਰੇਡੀ ਇੱਥੇ ਸੀ ਜਦੋਂ ਮੇਰੇ ਫਾਦਰ ਸਾਹਿਬ ਨਾਲ ਗੱਲ ਕੀਤੀ ਕਿ ਮੇਰੇ ਫਾਦਰ ਸਾਹਿਬ ਨੂੰ ਮੈਂ ਜਦੋਂ ਦੱਸਿਆ ਨਾ ਕਿ ਇੱਥੇ ਇੱਕ ਕੁੜੀ ਹੈ ਤੇ ਆਪਣੇ ਪਿੰਡ ਦਾ ਕੋਈ ਇੱਕ ਬੰਦਾ ਆ ਉਹਦੇ ਗਾਹਾਂ ਫਰੈਂਡ ਦੀ ਕੁੜੀ ਹੈ ਸੋ ਮਤਲਬ ਇੱਕ ਫਰੈਂਡ ਦੀ ਕੁੜੀ ਹੈ ਠੀਕ ਹੈ ਨਾ ਜਿੱਦਾਂ ਮੇਰੇ ਪਿੰਡ ਦਾ ਬੰਦਾ ਉਹਦਾ ਫਰੈਂਡ ਉਹਦੀ ਕੁੜੀ ਤੇ ਬਈ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਆ ਤੇ ਤੁਸੀਂ ਜਿਹੜਾ ਗੱਲ ਇਹਨਾਂ ਨਾਲ ਕਰ ਲਓ ਆਪਣੇ ਪਿੰਡ ਵਾਲਿਆਂ ਨਾਲ ਤੇ ਮੇਰੇ ਫਾਦਰ ਸਾਹਿਬ ਨੇ ਗੱਲ ਜਦੋਂ ਕੀਤੀ ਆ ਕਹਿੰਦੇ ਠੀਕ ਆ ਕੋਈ ਨਾ ਅਸੀਂ ਕੁੜੀ ਦੇ ਪਿਓ ਨਾਲ ਗੱਲ ਕਰ ਲੈਂਦੇ ਆ ਜਦੋਂ ਵੀ ਫੋਨ ਕੱਟ ਹੋਇਆ ਅੱਜ ਵੀ ਮੇਰੇ ਕੋਲ 2011 12 ਦੇ ਉਹ ਮੈਸੇਜ ਫੇਸਬੁੱਕ ਤੇ ਪਏ ਆ ਮੈਨੂੰ ਧਮਕੀਆਂ ਦੇਣ ਲੱਪੇ ਕਿ ਅਸੀਂ ਕੁੜੀ ਦੇ ਪਿਓ ਨੂੰ ਦੱਸ ਦੇਣਾ ਕੌਣ ਉਹ ਸਾਡੇ ਪਿੰਡ ਦੇ ਸਾਡੇ ਪਿੰਡ ਦੇ ਅਸੀਂ ਕੁੜੀ ਦੇ ਪਿਓ ਨੂੰ ਦੱਸ ਦੇਣਾ ਤੇ ਤੂੰ ਇਹ ਕੀ ਕਰਦਾ ਆ ਤੇ ਇੱਥੇ ਤੱਕ ਇਹਨਾਂ ਨੇ ਐਨੀ ਕਰਤੂਤ ਮਾੜੀ ਕੀਤੀ ਆ ਕੁੜੀ ਸੇਮ ਫੈਕਟਰੀ 'ਚ ਕੰਮ ਕਰਦੀ ਸੀ ਜਿੱਥੇ ਇਹ ਕਰਦੇ ਸੀ ਤੇ ਕੁੜੀ ਦਾ ਬਾਪੂ ਕਰਦਾ ਸੀ ਕੁੜੀ ਨੂੰ ਬ੍ਰੇਕ ਟਾਈਮ 'ਚ ਸਾਡੇ ਪਿੰਡ ਦੇ ਬੰਦੇ ਨੇ ਘੇਰ ਕੇ ਕਹਿਤਾ ਸਾਡੇ ਪਿੰਡ ਦੇ ਮੁੰਡੇ ਨਾਲ ਗੱਲਾਂ ਕਰਨੀਆਂ ਬੰਦ ਕਰ ਦੇ ਹੂੰ ਤੇ ਕੁੜੀ ਨੇ ਫੇਰ ਮੈਨੂੰ ਫੋਨ ਲਾਇਆ ਕਿ ਤੇਰਾ ਪਿੰਡ ਦਾ ਬੰਦਾ ਆਹਾ ਕਹਿੰਦਾ ਆ ਤੇ ਮੈਂ ਫਿਰ ਉਹਨੂੰ ਇੱਕੋ ਗੱਲ ਕਹੀ ਸੀ ਕਿ ਦੇਖ ਤੇਰੇ ਪਿਓ ਦੀ ਪੱਗ ਹੈ ਚਾਹਾਂ ਮੈਂ ਤੈਨੂੰ ਲੈ ਸਕਦਾ ਪਰ ਤੂ ਵੇਖ ਗੁਰਸੇਖ ਪਿਓ ਦੀ ਧੀ ਹੈ ਤੇ ਮੈਂ ਗੁਰਸੇਖ ਬੰਦੇ ਦੀ ਪੱਗ ਨੂੰ ਕਦੇ ਲਾਜ ਨਹੀਂ ਲਾਉਂਗਾ ਮੈਂ ਪਿੱਛੇ ਹਟਣਾ ਮੈਨੂੰ ਬਿਹਤਰ ਹੈ ਤੇ ਬਾਜੀ ਮੈਂ ਹੋ ਵੀ ਗਿਆ ਠੀਕ ਹੈ ਨਾ ਮੈਂ ਪਿੱਛੇ हट ਗਿਆ ਮੈਂ ਆਪਣਾ ਸਾਰਾ ਕਹਿੰਦੇ ਪਿਆਰ ਆ ਮੁਹੱਬਤ ਨੂੰ ਛੱਡ ਦਿੱਤੀ ਪਰ ਇੱਕ ਗੱਲ ਦਿਲ ਚ ਰੱਖੀ ਸੀ ਤੁਹਾਨੂੰ ਪਤਾ ਜਿਹੜੇ ਪੁਰਾਣੇ ਬੰਦੇ ਆਏ ਆ ਸਾਰਿਆਂ ਦੀ ਤਾਂ ਪਤਾ ਨਹੀਂ ਗੱਲ ਕਰਦੇ ਕੁਝ ਕੁ ਪਰਸੈਂਟ ਬੰਦੇ ਜਿਹੜੇ ਆ ਨਵੇਂ ਬੰਦਿਆਂ ਨੂੰ ਨਹੀਂ ਚੱਲਦੇ ਮਿਹਣੇ ਮਾਰੂਗੇ ਮੈਨੂੰ ਵੀ ਮਿਹਣੇ ਮਾਰੇ ਜਿਹੜੇ ਸਾਡੇ ਪਿੰਡ ਦੇ ਆ ਨਾ ਉਹ ਵੀ ਕਿਸੇ ਯੂਰਪ ਕੰਟਰੀ ਤੋਂ ਇੰਗਲੈਂਡ ਆਏ ਆ ਤੇ ਜਦੋਂ ਮੈਂ ਇੱਥੇ ਸਟੱਡੀ ਵੀਜ਼ੇ ਤੇ ਆਇਆ ਸੀ ਤੇ ਮੈਨੂੰ ਉਹਨਾਂ ਦੀ ਘਰ ਦੀਆਂ ਜਿਹੜੀਆਂ ਔਰਤਾਂ ਆ ਉਹਨਾਂ ਨੇ ਮਿਹਣੇ ਮਾਰੇ ਆ ਕਿ ਤੂੰ ਇੱਥੇ ਕੀ ਕਰਨ ਆ ਗਿਆ ਅਸੀਂ ਤਾਂ ਬੈਨੀਫਿਟ ਤੇ ਆ ਸਾਨੂੰ ਤਾਂ ਆ ਬੈਨੀਫਿਟ ਮਿਲਦਾ ਸਾਨੂੰ ਆ ਮਿਲਦਾ ਤੁਸੀਂ ਸਟੂਡੈਂਟ ਆਏ ਆ ਤੁਹਾਡੀ ਇੱਥੇ ਕੀ ਵੈਲਿਊ ਆ ਤੇ ਤੁਹਾਨੂੰ ਯਾਦ ਹੋਣਾ 2016 ਚ ਜਦੋਂ ਬ੍ਰੈਗਜ਼ਿਟ ਦੀ ਵੋਟ ਆ ਜਵੇ ਸਕੂਟਰ ਕਹਿੰਦੇ ਆ ਕਹਿੰਦੇ ਆ ਭਾਜੀ ਕਹਿੰਦੇ ਇਹਨਾਂ ਨੇ ਨਾ ਰੱਖਿਆ ਫਲੈਸੀ ਫੌਜੀ ਇਹਨਾਂ ਨੇ ਨਾ ਰੱਖਿਆ ਸਕੂਟਰ ਸਕੂਟਰ ਹੀ ਆ ਹਨਾ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਜਦੋਂ ਛਿੱਟੀਆਂ ਇੱਥੋਂ ਵਾਲੀਆਂ ਮਾਵਾ ਨੇ ਨਾ ਜੀ ਹਾਂਜੀ ਆਪਣੀਆਂ ਧੀਆਂ ਨੂੰ ਹਮੇਸ਼ਾ ਕਹਿਣਗੀਆਂ ਜਿਹੜੇ ਇੰਡੀਆ ਤੋਂ ਆਉਂਦੇ ਆ ਯੂਜ਼ ਕਰਕੇ ਛੱਡ ਦਿੰਦੇ ਆ ਇਹ ਪੀਆਰ ਦੇ ਲਾਲਚੀ ਆ ਹਾਂਜੀ ਇਹਨਾਂ ਨੂੰ ਪਿਆਰ ਨਹੀਂ ਇਹਨਾਂ ਨੂੰ ਪੀਆਰ ਚਾਹੀਦੀ ਆ ਬ੍ਰੇਨ ਵਾਸ਼ਟ ਹਾਂ ਉਹਨਾਂ ਦੇ ਜ਼ਹਿਰ ਭਰ ਦਿੰਦੇ ਆ ਦਿਮਾਗ 'ਚ ਨਫ਼ਰਤ ਬਿਲਕੁਲ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਬਿਲਕੁਲ ਜਦੋਂ ਉਹ ਬੱਚੇ ਵੱਡੇ ਹੁੰਦੇ ਆ ਉਹ ਵਿਚਾਰੇ ਐਦਾਂ ਡਰਦੇ ਆ ਨਵੇਂ ਆਿਆਂ ਤੋਂ ਪੰਜਾਬੀਆਂ ਤੋਂ ਜਿਵੇਂ ਰਾਖਸ਼ ਫਿਰਦੇ ਹੁੰਦੇ ਆ ਫਿਰ ਉਹ ਜਦੋਂ ਬੱਚੇ ਗੋਰੇ ਆ ਨਾ ਕਾਲਿਆਂ ਨਾਲ ਜਾਂ ਅਦਰ ਕਮਿਊਨਿਟੀ ਚ ਵਿਆਹ ਕਰਾਉਂਦੇ ਆ ਫਿਰ ਚੀਕਾਂ ਮਾਰਦੇ ਆ ਫਿਰ ਕੱਚੇ ਲੱਭਦੇ ਫਿਰਦੇ ਆ ਜਦੋਂ ਅਗਲੇ ਛੱਡ ਦਿੰਦੇ ਆ ਤਲਾਕ ਦੇ ਕੇ ਜਾਂ 4 ਮਹੀਨੇ ਲੀਵਿੰਗ ਚ ਰੱਖ ਕੇ ਪ੍ਰੈਗਨੈਂਟ ਕਰਕੇ ਛੱਡ ਦਿੰਦੇ ਆ ਫੇਰ ਇਹ ਕੱਚੇ ਲੱਭਦੀਆਂ ਨੇ ਕਿ ਪਹਿਲਾਂ ਹੀ ਦੇਖਣਾ ਚਾਹੀਦਾ ਹਰ ਕੋਈ ਨਹੀਂ ਪੀਆਰ ਦਾ ਲਾਲਚ ਮੈਂ ਆ ਪਾਜੀ ਮੈਂ ਕੁਵਾਰਾ ਹੀ ਆਂ ਸੋਸ਼ਲ ਮੀਡੀਆ ਤੇ ਹੈਗੇ ਆ ਨਾ ਲੱਖਾਂ ਬੰਦੇ ਜਾਣਦੇ ਆ ਯਾਰਾਂ ਮੈਸੇਜ ਆਉਂਦੇ ਆ ਨਹੀਂ ਦਿਲ ਮਿਲਦਾ ਕਿਸੇ ਨਾਲ ਅਜੇ ਤੱਕ ਮੈਂ ਕੁਵਾਰਾ ਮੈਂ ਨਹੀਂ ਗੱਲ ਕੀਤੀ ਜੇ ਲਾਲਚੀ ਹੋਵਾਂ ਤਾਂ ਮੈਂ ਕੋਦੋਂ ਤਾਂ ਕਰ ਲੈਂਦਾ ਕਿੰਨੇ ਵਿਚਾਰੀਆਂ ਮੈਸੇਜ ਕਰਦੀ ਕਰ ਸਕਦੇ ਨਹੀਂ ਸਾਨੂੰ ਲਾਲਚੀ ਨਹੀਂ ਮੈਂ ਮੈਨੂੰ ਘਰ ਵਾਲੀ ਚਾਹੀਦੀ ਹੈ ਚੱਲ ਫਿਰ ਨਹੀਂ ਰਾਤਾਂ ਕੱਟਣ ਨੂੰ ਨਹੀਂ ਚਾਹੀਦੀ ਜਿੰਨੀਆਂ ਕੱਟਣ ਨੂੰ ਚਾਹੀਦੀ ਆ ਪਤਾ ਕੀ ਪਾਜੀ ਆਪਾਂ ਜਿਹੜੇ 90 ਜਦ 95 ਤੋਂ ਪਹਿਲਾਂ ਵਾਲੇ ਨਾ ਆਪਣੇ ਊਸੂਲੇ ਵੱਖਰੇ ਆ ਬਸ ਬਸ ਠੀਕ ਹੈ ਨਾ ਮੈਂ ਕਿਸੇ ਨੂੰ ਮਾੜਾ ਨਹੀਂ ਕੰਨਾ ਕੀ ਪਤਾ ਹੋਣ ਵਾਲੀ ਵੀ ਚੀਜ਼ ਹੈ ਆਪਣੇ ਪਿਓ ਮਾਵਾ ਮੰਨ ਬਹੁਦੇ ਦੇਖੇ ਆ ਹਾਂ ਅਸੀਂ ਨਿਵਾਉਣੇ ਵਾਲੇ ਆ ਸਾਨੂੰ ਕਈ ਵਾਰ ਉਹ ਚੀਜ਼ਾਂ ਮਿਲਦੀਆਂ ਨਹੀਂ ਤਾਂ ਹਾਂ ਖਤੇ ਖਾਨੇ ਸਾਡੇ ਪਿਓਾਂ ਨੇ ਸਾਡੀ ਮਾਂ ਨੂੰ ਕਦੇ ਤੂੰ ਨਹੀਂ ਕਿਹਾ ਤੁਸੀਂ ਕਹਿ ਕੇ ਸਾਡੇ ਪਿਓ ਗੱਲ ਕਰਦੇ ਆ ਉਹੀ ਸਾਡੀ ਯਾਤ ਹੈ ਬਿਲਕੁਲ 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 ਤੇ ਜਦੋਂ ਆਪਾਂ ਗੱਲ ਕਰਦੇ ਸੀਗੇ ਜਦੋਂ ਫਿਰ ਬ੍ਰੈਗਜ਼ਿਟ ਹੋਇਆ ਤੁਹਾਨੂੰ ਯਾਦ ਆ ਇੰਗਲੈਂਡ ਕਹਿੰਦਾ ਮੈਂ ਯੂਰਪ ਨਾਲ ਨਹੀਂ ਰਹਿਣਾ ਜੀ ਜੀ ਮੈਂ ਉਸ ਦਿਨ ਹੱਸਿਆ ਸੀ ਮੇਰੇ ਕਾਫੀ ਯਾਰ ਦੋਸਤ ਆ ਜਿਹੜੇ ਇੱਥੇ ਪੜ੍ਹਨ ਆਏ ਆ ਜਿਵੇਂ ਅਸੀਂ ਆਏ ਸੀ ਕਾਫੀ ਆ ਜਿਹੜੇ ਡੌਂਕੀਆਂ ਲਾ ਕੇ ਆਏ ਆ ਉਹ ਕਈ ਵਾਰ ਡੋਲ ਜਾਂਦੇ ਆ ਉਹਨਾਂ ਨੇ ਇੱਕੋ ਗੱਲ ਕਹਿਣਾ ਹੁੰਦਾ ਉਹਨਾਂ ਨੇ ਕਈਆਂ ਦਾ ਮਾੜਾ ਕੀਤਾ ਇੱਥੇ ਕਾਫੀ ਲੋਕਾਂ ਨੇ ਹਮ ਹੈਨਾ ਇੱਕ ਮੇਰਾ ਯਾਰ ਦੋਸਤ ਰੂਫਰ ਦਾ ਕੰਮ ਕਰਦਾ ਉਹਦੇ ਕਿਸੇ ਰਿਸ਼ਤੇਦਾਰ ਨੇ ਉਹਦੇ ਪੈਸੇ ਮਾਰ ਲਏ ਹੋਰ ਵੀ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਆ ਮੈਨੂੰ ਵੀ ਕਾਫੀ ਸਾਡੀਆਂ ਭੈਣਾਂ ਦੇ ਮੈਸੇਜ ਆਉਂਦੇ ਆ ਬਾਜੀ ਮੈਂ ਇੱਥੇ ਕੇਅਰ ਹੋਮ ਦੇ ਵੀਜ਼ੇ ਤੇ ਆਈ ਸੀ ਮੈਂ ਮੇਰੇ ਪੈਸੇ ਮਾਰ ਲਏ ਮੇਰਾ 20000 ਪਾਉਂਡ ਮਾਰ ਲਿਆ ਮੈਂ ਦੁਆ ਜਾ ਸਟਡੀ ਤੇ ਆਈਸੀਮੈਕ ਕੇਅਰ ਹੋਮ ਦੇ ਵਿੱਚ ਅਪਲਾਈ ਕੀਤਾ ਸੀ ਮੇਰੇ ਨਾਲ ਐਦਾਂ ਹੋ ਗਿਆ ਅਕਸਰ ਆਪਾਂ ਨੂੰ ਤੁਸੀਂ ਦੇਖਦੇ ਨਹੀਂ ਇੱਥੇ ਕੀ ਕੁਝ ਕਰਦੇ ਜਿਹੜੇ ਪੁਰਾਣੇ ਬੰਦੇ ਆ ਜੀ ਜੀ ਤੇ ਜਦੋਂ ਉਹ ਬ੍ਰੈਗਜ਼ਟ ਵਾਲਾ ਸੀਨ ਹੋਇਆ ਮਨ ਨੂੰ ਤਾਂ ਹਾਸਾ ਜ਼ਰੂਰ ਆਇਆ ਭਾਜੀ ਹਾਸਾ ਪਤਾ ਕਿਉਂ ਆਇਆ ਕਿ ਕਿਸੇ ਸਮੇਂ ਮੈਨੂੰ ਕਿਸੇ ਨੇ ਆਪਣੇ ਲਾਲ ਪਾਸਪੋਰਟ ਦੇ ਮਿਹਲੇ ਮਾਰੇ ਸੀ ਜੋ ਮੇਰੇ ਪਿੰਡ ਦੇ ਆ ਹੂੰ ਕਿਸੇ ਕੁੜੀ ਨਾਲ ਮੇਰੀ ਜ਼ਿੰਦਗੀ ਬਣਦੀ ਸੀਗੀ ਦੋਨੋਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਕੁੜੀ ਨੂੰ ਡਰਾਤਾ ਠੀਕ ਹੈ ਨਾ ਮੈਂ ਚਾਹਦਾ ਮੈਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰ ਸਕਦਾ ਸੀ ਪਰ ਮੈਂ ਇੱਕ ਬਾਪ ਦੀ ਪੱਗ ਨਹੀਂ ਛੱਡੀ ਠੀਕ ਹੈ ਨਾ ਆਪਣੇ ਆਪ ਨੂੰ ਪਿੱਛੇ ਰੱਖ ਲੈ ਕੋਈ ਗੱਲ ਨਹੀਂ ਮਨਾ ਕਈਆਂ ਨੇ ਮੈਨੂੰ ਇਹਦਾ ਆਫਰ ਵੀ ਦਿੱਤੇ ਜਦੋਂ ਮੈਂ ਇੰਗਲੈਂਡ ਚ ਸੀ ਤੂੰ 크੍ਰਿਸਚੀਅਨ ਬਣ ਜਾ ਤੂੰ ਇਹਨਾਂ ਦਾ ਧਰਮ ਅਪਣਾ ਲੈ ਤੇ ਬਾਅਦ ਚ ਕਹਦੇ ਕਿ ਬਈ ਤੂੰ ਤਾਂ ਸਿੱਖ ਪਰਿਵਾਰ ਚੋਂ ਹੈਗਾ ਤੇ ਤੇ ਤੈਨੂੰ ਹੁਣ ਜਿਹੜਾ ਆਪਣੇ ਮੁਲਕ ਦੇ ਵਿੱਚ ਆਪਣੀ ਹੀ ਕੌਮ ਤੋਂ ਖਤਰਾ ਆ ਤੇ ਤੂੰ ਅਸਾਈਲਮ ਲੈਣਾ ਤੇ ਤੈਨੂੰ ਪੇਪਰ ਛੇਤੀ ਮਿਲ ਜਣੇ ਹੂੰ ਤੇ ਆਪਾਂ ਚਲੋ ਉਹ ਵੀ ਨਹੀਂ ਇਦਾਂ ਦੇ ਕੰਮਾਂ ਚ ਹਣਾ ਜਿਹੜੇ ਗੁਰਨਾਣਕ ਦੇ ਨਹੀਂ ਹੋਏ ਕਿੱਥੋਂ ਕਿਸੇ ਦੇ ਹੋਰ ਦੇ ਹੋਣੇ ਠੀਕ ਹੈ ਤੇ ਪਰ ਜਦੋਂ ਮੈਂ ਹਾਸਾ ਮੈਨੂੰ ਇਹ ਸਾ ਗੱਲ ਦਾ ਆ ਜਦ ਤਨ ਬ੍ਰੈਕਜ਼ਟ ਹੋਇਆ ਮੈਂ ਇੱਕ ਗੱਲ ਹੱਸਿਆ ਮੈਂ ਕਿਹਾ ਮੇਰੇ ਕੋਲ ਤਾਂ ਹੁਣ ਇੰਗਲੈਂਡ ਦਾ ਪਾਸਪੋਰਟ ਯਾਰ ਕਿਸੇ ਸਮੇਂ ਮੈਨੂੰ ਆ ਯੂਰਪ ਦੇ ਪਾਸਪੋਰਟ ਦੇ ਮਿਹਨੇ ਮਾਰਦੇ ਸੀ ਸੋ ਮੈਂ ਹਮੇਸ਼ਾ ਹੀ ਕਹਿੰਦਾ ਹਣਾ ਜੇ ਮੇਰੇ ਭਰਾ ਭੈਣ ਜਿਹੜੇ ਇੰਗਲੈਂਡ ਚ ਪੜ੍ਹਨ ਆਏ ਨਾ ਤੁਸੀਂ ਕੱਚੇ ਆ ਚਾਹੇ ਕਿਸੇ ਮੁਲਕ ਚ ਵੀ ਰਹਿੰਦੇ ਆ ਤੁਹਾਡੇ ਨਾਲ ਜਦੋਂ ਤੁਹਾਡਾ ਮਾਰਾ ਵਕਤ ਚੱਲਦਾ ਨਾ ਬਹੁਤ ਲੋਕਾਂ ਨੇ ਤੁਹਾਨੂੰ ਅੱਖਾਂ ਦਿਖਾ ਲੈਣੀਆਂ ਬਹੁਤ ਲੋਕਾਂ ਤੁਹਾਨੂੰ ਨੀਮਾ ਚੰਗਾ ਬੋਲਣਾ ਤੁਹਾਡੇ ਪੈਸੇ ਤੱਕ ਮਾਰਨੇ ਆ ਪਰ ਇੱਕ ਗੱਲ ਚੇਤੇ ਰੱਖਿਓ ਬੋਲਿਓ ਨਾ ਸਮਾ ਬਹੁਤ ਵੱਡੀ ਚੀਜ਼ ਆ ਇੱਕਦਮ ਤੁਹਾਡੀ ਜ਼ਿੰਦਗੀ ਚ ਉਸ ਮਹਾਰਜ ਨੇ ਉਹ ਵੀ ਮਹਾਰਜ ਵੀ ਇਮਤਿਹਾਨ ਲੈਂਦੇ ਆ ਕਾਲਪੁਰ ਕਰਮ ਇਮਤਿਹਾਨ ਲੈਂਦਾ ਜਿਵੇਂ ਆਪਾਂ ਨਰਸਰੀ ਦੇ ਵਿੱਚ ਜਾਨਦੇ ਆ ਸਿੱਧਾ ਤਾਂ ਆਪਾਂ 10ਵੀਂ 11ਵੀਂ ਚ ਹੁੰਦੇ ਨਹੀਂ ਭਾਜੀ ਹਮ ਸਟੈਪ ਬਾਈ ਸਟੈਪ ਜਾਨਦੇ ਆ ਨਾ ਕਲਾਸ ਜਦੋਂ ਅਸੀਂ ਫੇਲ ਹੋ ਜਾਂਦੇ ਆ ਆਪਾਂ ਪਿੱਛੇ ਹੋ ਜਾਂਦੇ ਜੇ ਮੰਨ ਲਓ ਫੋਰ ਐਗਜ਼ਾਮਪਲ ਅਸੀਂ 6ਵੀਂ ਚ ਫੇਲ ਹੋ ਗਏ ਕਿੱਥੇ ਜਾਣਾ ਫਿਰ 6ਵੀਂ ਚ ਰਹਿਣਾ ਨਾ ਫਿਰ ਦੁਬਾਰਾ ਸ਼ਮੀ ਕਰਨੀ ਪੈਣੀ ਹੈ ਸਾਨੂੰ ਹੂੰ ਇਸੇ ਤਰ੍ਹਾਂ ਜ਼ਿੰਦਗੀ ਆ ਮੈਨੂੰ ਵੀ ਕਾਫੀ ਸਾਲ ਲੱਗੇ ਇ ਇੱਥੇ ਫਿਰ ਇੰਗਲੈਂਡ ਮੁੜ ਕੇ ਆਣੇ ਨੂੰ ਠੀਕ ਹੈ ਨਾ ਪਰ ਬਹੁਤ ਜਣਿਆਂ ਨੇ ਮਾੜਾ ਕੀਤਾ ਸਾਡੇ ਆਪਣੇ ਪੇਂਡੂ ਸਾਡੇ ਆਪਣੇ ਗਵਾਂਡੀਆਂ ਨੇ ਮਾੜਾ ਕੀਤਾ ਪਰ ਮੈਂ ਇੱਕੋ ਗੱਲ ਚੁੱਪੀ ਰੱਖੀ ਕੋਈ ਗੱਲ ਨਹੀਂ ਵਕਤ ਆਏਗਾ ਤੇ ਜਦੋਂ ਮੈਂ ਇੰਗਲੈਂਡ ਮੁੜ ਕੇ ਆ ਗਿਆ ਤੇ ਜਿਹੜਾ ਗਾਫਾ ਸੀ ਮੇਰਾ ਮੈਂ ਪਹਿਲਾ ਬੰਦਾ ਉਹਨੂੰ ਹੀ ਮਿਲਿਆ ਉਹਨੂੰ ਪੈਰੀ ਹੱਥ ਲਾਇਆ ਹੁਣ ਵੀ ਤੁਹਾਡੇ ਕੋਲ ਆਇਆ ਆ ਮੈਂ ਹੁਣ ਉਹਨੂੰ ਮਿਲ ਕੇ ਆਇਆ ਅੱਛਾ ਜੀ ਕਿੰਨੇ ਸਾਲ ਹੋ ਗਏ 13-14 ਸਾਲ ਹੋ ਗਏ ਮੈਂ ਹੁਣ ਵੀ ਉਹਨੂੰ ਮਿਲ ਕੇ ਸਾਰਾ ਕੁਝ ਪਾਜੀ ਕਿਤਾ ਤੇ ਜਦੋਂ ਮੈਨੂੰ ਨੈਸ਼ਨੈਲਿਟੀ ਮਿਲੀ ਸੀ ਯੂਕੇ ਦੀ ਮੈਂ ਪੇਪਰ ਸਵਿਚ ਕੀਤੇ ਸੀ ਨਾ ਜਰਮਨ ਨਾਲ ਇੰਗਲੈਂਡ ਦੇ ਵਿੱਚ ਇਧਰਲੇ ਲੈ ਲੈ ਸੀਗੇ ਕਿਉਂਕਿ ਮੇਰੇ ਤੇ ਦੋ ਕਾਨੂੰਨ ਲਾਗੂ ਹੁੰਦੇ ਸੀ ਈਈਏ ਜਾਂ ਫਿਰ ਬ੍ਰਿਟਿਸ਼ ਤੇ ਹਰਜਾਪ ਪਾਜੀ ਕਹਿੰਦੇ ਫਿਰ ਤੂੰ ਕਿਹੜਾ ਕਾਨੂੰਨ ਲੈਣਾ ਤੂੰ ਯੂਰਪ ਜਾਣਾ ਮੁੜ ਕੇ ਮੈਂ ਕਿਹਾ ਨਹੀਂ ਪਾਜੀ ਕਹਿੰਦਾ ਫਿਰ ਤੂੰ ਬ੍ਰਿਟਿਸ਼ ਲਾਅ ਚ ਆ ਜਾ ਤੇ ਜਦੋਂ ਮੈਂ ਬ੍ਰਿਟਿਸ਼ ਲਾਅ ਚ ਮੈਨੂੰ ਪਾਸਪੋਰਟ ਦਿਵਾਉਣ ਵਾਲਾ ਵੀ ਹਰਜਾਪ ਆ ਮੈਂ ਹਮੇਸ਼ਾ ਪਾਜੀ ਦਾ ਸਤਿਕਾਰ ਕਰਦਾ ਆ ਲੋਕੀ ਕਹਿੰਦੇ ਸਾਡੇ ਇੱਥੇ ਪੈਸੇ ਮਰਦੇ ਪਾਜੀ ਮੇਰੇ ਤਾਂ ਅਜੇ ਤੱਕ ਇੱਕ ਪੈਣੀ ਨਹੀਂ ਮਰੀ ਕਿਸੇ ਵਕੀਲ ਤੋਂ ਕਿਉਂਕਿ ਤੁਸੀਂ ਸਿਲੈਕਸ਼ਨ ਦੇ ਰਾਈਟ ਬੰਦੇ ਦੀ ਨਹੀਂ ਕਰਦੇ ਤੁਹਾਨੂੰ ਬੰਦੇ ਹੀ ਉਹ ਪਸੰਦ ਆ ਗੁੱਸਾ ਨਾ ਕਰੋ ਤੁਸੀਂ ਵੀ ਇੰਸਟਾਗ੍ਰam ਚਲਾਉਂਦੇ ਆ ਜੀ 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 ਕਾਫੀ ਇੱਥੇ ਸਟੂਡੈਂਟ ਆ ਇੰਗਲੈਂਡ ਦੇ ਵਿੱਚ ਜਿਹੜੇ ਵੀਜ਼ਿਆਂ ਦੀ ਸਲਾਹਾਂ ਦਿੰਦੇ ਆ ਹਮ ਹੀਸੈਂਟਲੀ ਪਾਜੀ ਹੁਣ ਆਪਾਂ ਤੁਸੀਂ ਮੈਨੂੰ ਵੇਖਿਆ ਆਪਾਂ ਫ੍ਰੀਜ ਜੋਬ ਦੱਸਦੀ ਦੀ ਤੁਸੀਂ ਵੀ ਦੱਸ ਦਿੰਦੇ ਹੋ ਬਿਲਕੁਲ ਸਾਡੇ 2-3 ਇੰਸਟਾਗ੍ਰam ਵਾਲੇ ਇਹੋ ਜਿਹੇ 100 ਪਾਉਂਡ ਲੈਂਦੇ ਆ ਜੋਬ ਦੱਸਾਉਂਦਾ ਕਹਿੰਦੇ 100 ਪਾਉਂ ਜੁਆਇਨ ਕਰੋ ਅਸੀਂ ਤੁਹਾਨੂੰ ਜੋਬਾਂ ਦੱਸਾਂਗੇ ਕਿਵੇਂ ਅਪਲਾਈ ਕਰਨੀਆਂ ਵਾਹਿਗੁਰੂ 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 ਪਾਜੀ ਉਹਨਾਂ ਉਹ ਸ਼ਖਸੀਅਤ ਜਿਹੜੀ ਮਹਾਨ ਇਨਸਾਨ ਨੇ ਉਹਨਾਂ ਦੀ ਪਿੱਛੇ ਵੀਡੀਓ ਵੀ ਆਈਆਂ ਬਾ ਮੈਂ ਸਮਝ ਗਿਆ ਸਮਝ ਗਿਆ ਸਮਝਣੇ ਮੈਂ ਤੁਸੀਂ ਕੀ ਦੀ ਗੱਲ ਕਰਦੇ ਆ ਪਾਜੀ ਅਸੀਂ ਤਾਂ ਕਿਉਂਕਿ ਅਸੀਂ ਉਹ ਹਾਲਾਤ ਦੇਖੇ ਆ ਹੁਣ ਵੀ ਮੇਰੇ ਯਾਰ ਦੋਸਤ ਮਿਲਦੇ ਆ ਟੈ ਟੇ ਨਹੀਂ ਹੋਏ ਹੁੰਦੇ ਆ ਮੈਂ ਉਹਨਾਂ ਨੂੰ ਹੌਸਲਾ ਦੇਣਾ ਹੁੰਦਾ ਕਹਿੰਦਾ ਅਸੀਂ ਫਲਾਣੇ ਨੂੰ ਮੈਂ ਕਰਦਾ ਉਹਨਾਂ ਸਮਾਂ ਵੇਟ ਕਰੋ ਸਮਾਂ ਆਏਗਾ ਚੰਗਾ ਤੁਹਾਡਾ ਜਿੱਦਣ ਤੁਹਾਡੀ ਜ਼ਿੰਦਗੀ ਵੀ ਬਣੂਗੀ ਪਰ ਪਰ ਉਹ ਸਾਰਾ ਕੋਸ ਮਾਲਕ ਤੇ ਠੀਕ ਹੈ ਨਾ ਤੇ ਫਿਰ ਮੈਂ ਇੰਗਲੈਂਡ ਆਇਆ ਫਿਰ ਮੈਂ ਆਪਣੇ ਤੁਸੀਂ ਹਾਸੇ ਦੀ ਗੱਲ ਅਸਾਂ ਮੇਰੇ ਘਰ ਦੇ ਨੇ ਕਿਹਾ ਸੀ ਥੁੱਕੇ ਨਹੀਂ ਚੱਟੀ ਦਾ ਪਰ ਜਿਹੜਾ ਮੇਰਾ ਮਾਲਕ ਸੀ ਗਾਫਾ ਸੀ ਉਹ ਕੁਦਰਤੀ ਉਹ ਮੇਰੇ ਪਿੰਡ ਵਾਲਿਆਂ ਨੂੰ ਜਾਣਦਾ ਸੀ ਉਹ ਮੈਨੂੰ ਲੈ ਗਿਆ ਉਹਨਾਂ ਦੇ ਘਰ ਮੈਂ ਕਹੀ ਵੀ ਗਿਆ ਨਹੀਂ ਜਾਣਾ ਭਾਜੀ ਉਹ ਮੈਨੂੰ ਲੈ ਗਿਆ ਕਹਿੰਦਾ ਨਹੀਂ ਅੱਗ ਲਾ ਕੇ ਆਣੀ ਮੈਂ ਕਿਹਾ ਭਾਜੀ ਰਹਿਣ ਦੇ ਯਾਰ ਪਤਾ ਲੱਗੇ ਜਾਣਾ ਮੈਂ ਆ ਗਿਆ ਕੁਦਰਤੀ ਭਾਈ ਜਦੋਂ ਮੈਂ ਕਿਹਾ ਉਹ ਕਹਿੰਦਾ ਲਓ ਜੀ ਤੁਹਾਡਾ ਆ ਭਤੀਜਾ ਆਵਾ ਕਦੇ ਸਾਡਾ ਭਤੀਜਾ ਤੇ ਮੈਂ ਕਿਤੇ ਗਾਫੇ ਦੇ ਪਿੱਛੇ ਖੜਾ ਸੀ ਉਹਦੇ ਤੇ ਜਦੋਂ ਮੈਂ ਉਹ ਐਦਾਂ ਹੋਇਆ ਮੈਨੂੰ ਦੇਖਿਆ ਉਹ ਪਾਜੀ ਜਿਹੜੇ ਕਿਸੇ ਸਮੇਂ ਕਹਿੰਦੇ ਸੀ ਸਟੂਡੈਂਟ ਐ ਤੁਹਾਡੀ ਇਥੇ ਵੈਲਿਊ ਕੀ ਆ ਸਾਡੇ ਕੋਲ ਤਾਂ ਰੈੱਡ ਪਾਸਪੋਰਟ ਆ ਯੂਰਪ ਦੇ ਸਾਨੂੰ ਤਾਂ ਬੈਨੀਫਿਟ ਮਿਲਦੇ ਆ ਇਹ ਆ ਉਹ ਆ ਪਾਜੀ ਉਹਨਾਂ ਦਾ ਜਿੱਦਾਂ ਚਿਹਰਿਆਂ ਤੋਂ ਨਾ ਪਤਾ ਨਹੀਂ ਨੂਰੇ ਉੱਡ ਗਿਆ ਫੇਰ ਤਾਂ ਪਾਜੀ ਮਾਰ ਕੇ ਤੇ ਇੱਥੋਂ ਸਮੈਤਕ ਬਰਫੀਆਂ ਲਿਆਂਦੇ ਫਿਰ ਜੂਸ ਲਿਆਂਦੇ ਫਿਰ ਤੇ ਤੁਸੀਂ ਇਹ ਦੇਖ ਲਓ ਉਹਨਾਂ ਨੇ 4-5 ਵਾਰ ਮੈਨੂੰ ਕੋਈ ਗੱਲ ਪੁੱਛ ਲਈ ਪਕਾਇਆ ਉਹਨਾਂ ਨੂੰ ਇਹ ਲੱਗਦਾ ਸੀ ਜਿੱਦਾਂ ਉੱਧਰੋਂ ਫਰਾਂਸ ਨੂੰ ਡੌਂਕੀ ਲਾ ਕੇ ਗਿਆ ਕਿਤੇ ਫੇਰ ਤਾਂ ਨਹੀਂ ਇੱਧਰੋਂ ਡੌਂਕੀ ਲਾ ਕੇ ਆ ਗਿਆ ਕਿਹੜਾ ਤੇਰੇ ਕੋਲ ਵੀਜ਼ਾ ਹੈ ਕਿਹੜੇ ਤੇਰੇ ਕੋਲ ਪੇਪਰ ਹੈ ਤਸੱਲੀ ਪੂਰੀ ਕੀਤੀ ਮਤਲਬ ਇੰਨਾ ਇਮੀਗ੍ਰੇਸ਼ਨ ਨੇ ਨਹੀਂ ਪੁੱਛਿਆ ਹੁਣ ਨਾ 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 ਇਹ ਇੱਥੇ ਤੱਕ ਉਹਨਾਂ ਨੇ ਮੇਰੇ ਪਿੰਡ ਸਨੇਹਾ ਵੀ ਭੇਜਤਾ ਕਿ ਜਦੋਂ ਵੀ ਬਰਮਿੰਗਮ ਆਉਂਦਾ ਆ ਕਿਸੇ ਹੋਟਲ 'ਚ ਨਹੀਂ ਰਹਿਣਾ ਕਿਸੇ ਦੇ ਘਰ ਨਹੀਂ ਰਹਿਣਾ ਸਾਡੇ ਘਰ ਰਹਿਣਾ ਤੇ ਫੇਰ ਮੈਨੂੰ ਚੇਤਾ ਆ ਪਾਜੀ ਕਿ ਜਦੋਂ ਮੇਰੇ ਕੋਲ ਕੁਝ ਨਹੀਂ ਸੀਗਾ ਮੈਂ ਰੁਲਦਾ ਪਿਆ ਸੀ ਜਦੋਂ ਇੱਥੇ 13 13 ਪਾਉਂਡ ਵੀ ਭਾਜੀ ਸਵੇਰ ਦੇ 5 ਤੋਂ ਲੈ ਕੇ ਰਾਤ ਦੇ 10 10 12 12 ਵਜੇ ਤੱਕ ਕੰਮ ਕੀਤੇ ਆ। ਇੱਥੇ ਡਿਲੀਵਰੀ ਬੈਨਾਂ 'ਚ ਜਾਂਦੇ ਰਹੇ ਆ। ਜਦੋਂ ਉਹਨਾਂ ਕਹਿੰਦਾ 20 ਤਾਂ ਦੇ ਦਿਓ ਸਾਨੂੰ ਤਾਂ ਕਹਿੰਦੇ ਸੀ ਤੁਹਾਡਾ ਕਿਹੜਾ ਜੋਰ ਲੱਗਦਾ। ਜਦੋਂ ਉਹ ਵਕਤ ਕੱਢੇ ਆ 20 ਵੀ 25 25 ਪਾਉਂਡ ਤੇ ਦਿਹਾੜੀਆਂ ਕੀਤੀਆਂ ਲੱਕ ਤੜਾਏ ਆ ਭਾਜੀ। ਠੀਕ ਹੈ ਨਾ ਉਹ ਬੰਦੇ ਤਾਂ ਮਾੜਾ ਵਕਤ ਨਿਕਲ ਜਾਂਦਾ ਆ। ਸਮਝਦੇ ਨਾ। ਸੋ ਇਹੀ ਭਾਜੀ ਫੇ ਮੇਰੀ ਜ਼ਿੰਦਗੀ ਆ। ਹੂੰ ਤੇ ਮੈਂ ਤਾਂ ਇਹੀ ਕਹਿੰਦਾ ਹੁਣ ਨਾ ਜਿਹੜੇ ਭਰਾ ਸਾਡੇ ਨਵੇਂ ਆਉਂਦੇ ਆ ਜਾਂ ਆਣਾ ਚਾਹੁੰਦੇ ਆ ਤੇ ਜਾਂ ਕੱਚੇ ਆ ਹੌਂਸਲੇ ਬੁਲੰਦ ਰੱਖੋ ਮੇਰਾ ਭਰਾ ਠੀਕ ਹੈ ਨਾ ਡੋਲੋ ਨਾ ਬਹੁਤ ਮਾੜਾ ਸਮਾਂ ਆਉਂਦਾ ਮਹਾਰਾਜ ਤੁਹਾਡਾ ਇਮਤਿਹਾਨ ਲੈਂਦੇ ਇੱਕ ਇੱਕ ਕਿਤੇ ਰੱਖੋ ਭਾਜੀ ਜਿਹੜਾ ਗਰਬਾਣੀ ਆ ਨਾ ਚਲੋ ਆਪਾਂ ਤਾਂ ਇਸ ਕਾਬਲ ਹੈ ਨਹੀਂ ਕਿ ਅਸੀਂ ਇਹਦੀ ਗੱਲ ਕਰੀਏ ਪਰ ਇੰਨੀ ਜ਼ਰੂਰ ਕਰੂੰਗਾ ਪਰਮਾਤਮਾ ਤੁਹਾਡਾ ਇਮਤਿਹਾਨ ਲੈਂਦਾ ਜਿਹੜਾ ਸਿੱਖੀ ਆ ਨਾ ਜਾਂ ਇਹ ਸਿੱਖ ਧਰਮ ਹੈ ਇਹ ਚ ਜੇ ਤੁਸੀਂ ਕਹੋ ਕਿ ਇਹ ਬਾਬੇ ਨੇ ਉਹ ਹੱਥ ਰੱਖ ਦਿੱਤਾ ਸਿਰ ਤੇ ਐ ਝਾੜੂ ਜਾਂ ਫੇਰਤਾ ਔਰ ਚੀਜ਼ ਨਹੀਂ ਹੈਗੀ ਇਹ ਹੂੰ ਠੀਕ ਹੈ ਨਾ ਪ੍ਰਮਾਤਮਾ ਤੁਹਾਨੂੰ ਪਰਖਦਾ ਹੈ ਉਹ ਪਰਖਣ ਦੇ ਨਾਮ ਨਾਲ ਤੁਹਾਨੂੰ ਸਟਰੋਂਗ ਵੀ ਬਣਾਉਂਦਾ ਆ ਜੀ ਹੈ ਨਾ ਕਿ ਤੁਸੀਂ ਕਿੰਨੇ ਕੁ ਪਾਣੀ ਦੇ ਵਿੱਚ ਹੈਗੇ ਕਿੰਨੇ ਕੁ ਤੁਸੀਂ ਸਟਰੋਂਗ ਹੈਗੇ ਕਿ ਤੁਸੀਂ ਆਉਣ ਵਾਲੇ ਹਾਲਾਤਾਂ ਨਾਲ ਲੜ ਸਕਦੇ ਕਿ ਨਹੀਂ ਲੜ ਸਕਦੇ ਹੂੰ ਸਾਹਿਬ ਜੀ ਤੇ ਭਾਜੀ ਇਸ ਕਰਕੇ ਆ ਤੇ ਕਦੇ ਘਬਰਾਓ ਨਾ ਤੇ ਜੇ ਤੁਹਾਡੇ ਨਾਲ ਮਾੜਾ ਹੋ ਰਿਹਾ ਆ ਬਹੁਤ ਸਾਰੇ ਬਹੁਤ ਜਾਣਿਆ ਨਾ ਭਾਜੀ ਇਸ ਸਮੇਂ ਹੋ ਰਿਹਾ ਹੋਊਗਾ ਸਾਡੀਆਂ ਭੈਣਾਂ ਨਾਲ ਵੀ ਤੁਹਾਨੂੰ ਯਾਦ ਆ ਪਿੱਛੇ ਜੇ ਕੇਅਰ ਹੋਮ ਦੇ ਨਾਂ ਤੇ ਕੀ ਕੁਝ ਹੋਇਆ ਬਹੁਤ ਫਰਾਡ ਹੋ ਗਿਆ ਤੇ ਬਹੁਤ ਪੈਸਾ ਗਿਆ ਤੇ ਕਈ ਬੰਦੇ ਇੱਥੇ ਸਾਡੇ ਹੁਣ ਵੀ ਹੁਣ ਵੀ ਜਾਂਦਾ ਹੁਣ ਕਈ ਮੈਨੂੰ ਪੁੱਛ ਲੈਂਦੇ ਆ ਭਾਜੀ ਸਾਨੂੰ ਨੰਬਰ ਦੇ ਦੋ ਕਿਸੇ ਏਜੰਟ ਦਾ ਮੈਂ ਤੇ ਕਰਦਾ ਨੰਬਰ ਨਹੀਂ ਦਿੰਦਾ ਫਿਰ ਵੀ ਚਲੋ ਆਪਾਂ ਨੂੰ ਪਤਾ ਹੁੰਦਾ ਕਿ ਕਈ ਯਾਰ ਦੋਸਤਾਂ ਦੇ ਸਰਕਲ ਹੁਣ ਐਡਾ ਵੀ ਕਰਾ ਦਿੰਦਾ ਮੈਂ ਨੰਬਰ ਦੇ ਤਾਂ ਨਾ ਉਹਨਾਂ ਪਰ ਮੈਂ ਕਹਿੰਦਾ ਹੁੰਦਾ ਵੀ ਗਾਰੰਟੀ ਤੁਹਾਡੀ ਆਪਣੀ ਹੈ ਹੁਣ ਆਪਣੇ ਆ ਸਟੂਡੀਓ ਤੇ ਲੱਗੇ ਵੀ ਆ ਮੁੰਡੇ ਦਾ ਦਫਤਰ ਹੈ ਬਿਲਕੁਲ ਮੈਂ ਇਹਦਾ ਵੀ ਨੰਬਰ ਦੇ ਦਿੰਦਾ ਮੈਂ ਸਾਹਮਣੇ ਵੀ ਫਿਰਦਾ ਹੁੰਦਾ ਹੁੰਦਾ ਕੋਈ ਬੰਦਾ ਆ ਜਾਂਦਾ ਸੀ ਦਫਤਰ ਕਿਉਂਕਿ ਆਪਣਾ ਸਟੂਡੀਓ ਹੈ ਪਰ ਮੈਂ ਕਹ ਇਹਦਾ ਨਾ ਹੁੰਦਾ ਵੀ ਜ਼ਿੰਮੇਵਾਰੀ ਹੈ ਨਹੀਂ ਮੇਰੀ ਬਿਲਕੁਲ ਜੇ ਤੂੰ ਸੰਤੁਸ਼ਟ ਹੈ ਤੂੰ ਇੰਨੇ ਸਮੁੰਦਰ ਲੰਘ ਕੇ ਆਇਆ ਹਜ਼ਾਰਾਂ ਕਿਲੋਮੀਟਰ ਤੂੰ ਨਿਆਣਾ ਤਾਂ ਹੈ ਨਹੀਂ ਬਿਲਕੁਲ ਜੇ ਤੈਨੂੰ ਭੁੱਗਦਾ ਕਰ ਲਾ ਨਹੀਂ ਨਾ ਸਹੀ ਨਾ ਮੈਂ ਕੋਈ ਨਾ ਕਮਿਸ਼ਨਾਂ ਤੇ ਆਂ ਨਾ ਅਸੀਂ ਕਿਸੇ ਮਿਸ਼ਨਾਂ ਤੇ ਆਂ ਬਿਲਕੁਲ ਆਪਣਾ ਤਾਂ ਅਪਲਾਈ ਕਰੀ ਸਹੀ ਗੱਲ ਸੋ ਇਸੇ ਕਰਕੇ ਆ ਕਿ ਇੱਥੇ ਹੁਣ ਹਾਲਾਤ ਮਾੜੇ ਇੰਗਲੈਂਡ ਦੇ ਤੁਹਾਨੂੰ ਵੀ ਪਤਾ ਹੈ ਤੇ ਜੇ ਹਾਲਾਤ ਮਾੜੇ ਆ ਘਰਾਂ ਦੇ ਰੈਂਟ ਵੀ ਆਪ ਹੋਏ ਆ ਇੱਥੇ ਕਾਫੀ ਮੈਂ ਸਮਾਥਿਕ ਦੇ ਵਿੱਚ ਮੁੰਡੇ ਘਟ ਘਟ 6-7 ਦੇ ਦੇਖੇ ਜਿਹੜੇ ਰੋਡਾਂ ਤੇ ਫਿਰਦੇ ਆ ਤੇ ਜਦੋਂ ਹੁਣ ਉਹਨਾਂ ਕੋਲ ਕੰਮ ਹੈ ਨਹੀਂ ਜਾਂ ਕਰਨਾ ਨਹੀਂ ਚਾਹੁੰਦੇ ਹਨਾ ਤੇ ਹਾਲਾਤ ਮਾੜੇ ਉਹਨਾਂ ਦੇ ਵੀ ਇੱਕ ਪਿੱਛੇ ਜੇ ਮੁੰਡੇ ਦੀ ਵੀਡੀਓ ਵੀ ਵਾਇਰਲ ਹੋਈ ਸੀ ਫੋਟੋ ਵੀ ਬਹੁਤ ਪੇਜਾਂ ਪਾਈ ਦੀ ਬਾਲ ਕੇ ਰੋਡ ਰੋਡ ਦੀ ਹਾਂ ਉਹ ਮੁੰਡੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਮੈਂ ਪੇਜਾਂ ਵਾਲਿਆਂ ਨੂੰ ਵੀ ਮੈਸੇਜ ਕੀਤੇ ਸੀਗੇ ਮੈਨੂੰ ਬਹੁਤਾ ਹਾਈਲਾਈਟ ਨਾ ਕਰੋ ਉਹ ਮੁੰਡੇ ਨੇ ਕੀ ਕੀਤਾ ਭਾਜੀ ਇੱਥੋਂ ਦਾ ਬੋਈ ਆ ਦਾੜੀ ਰੱਖੀ ਆ ਨਸ਼ਿਆਂ 'ਚ ਪੈ ਗਿਆ ਮੈਨੂੰ ਪਤਾ ਉਹਦੇ ਬਾਰੇ ਫਿਰ ਉਹਨੇ ਚੋਰੀਆਂ ਵੀ ਕੀਤੀਆਂ ਉੱਥੇ ਹਾਂ ਨਾ ਮੈਂ ਕਹਾ ਉੱਥੇ ਲਿਖਿਆ ਪੇਜਾਂ 'ਲੇ ਝੂਠ ਬਣਾ ਕੇ ਲਿਖ ਦਿੰਦੇ ਆ ਇਹ ਕੀ ਮਜਬੂਰੀ ਹੋ ਗਈ ਜੀ ਬਾਹਰ ਜਾ ਕੇ ਮੰਗਣ ਲੱਗ ਗਿਆ ਮੁੰਡਾ ਬਾਹਰ ਜਾ ਕੇ ਨੂੰ ਇੱਥੋਂ ਦਾ ਜੰਪਲ ਆ ਬਾਪਿਆਂ ਨੇ ਚਲੋ ਜ਼ੋਰ ਲਾਇਆ ਹੋਣਾ ਹਰੇਕ ਆਪਣੇ ਧੀ ਪੋਤ ਨੂੰ ਚੰਗੀ ਸਿੱਖਿਆ ਦਿੰਦਾ ਪਰ ਉਹ ਇੱਥੇ ਡਰਗੀਆਂ ਨਾਲ ਵਿਗੜ ਗਿਆ ਕਿ ਚੋਰੀਆਂ ਕਰਦਾ ਹੈ ਦਮਾਲਾ ਬੰਨ ਕੇ ਮੰਗਦਾ ਸੀ ਪਾਜੀ ਮੈਨੂੰ ਰੋਕਿਆ ਜਾ ਕੇ ਸੋ ਰੋਡ ਮੈਂ ਕਹਾ ਵੀਰ ਜਾਂ ਮੰਗਣਾ ਛੱਡ ਦੇ ਜਾਂ ਦਮਾਲਾ ਨਾ ਬੰਨ ਸਾਡੇ ਪੰਜਾਬੀਆਂ ਦੀ ਇੱਕੋ ਇੱਕ ਤਾਂ ਸਿਫਤ ਹੈ ਵੀ ਅਸੀਂ ਭੁੱਖੇ ਮਰ ਜਾਾਂਗੇ ਬਿਲਕੁਲ ਅਸੀਂ ਮੰਗ ਕੇ ਨਹੀਂ ਖਾਂਦੇ ਮੈਂ ਤੈਨੂੰ ਨਹੀਂ ਪਤਾ ਹੈਗਾ ਸ਼ਾਇਦ ਤੈਨੂੰ ਬੈਲੀও ਨਹੀਂ ਪਤਾ ਸਾਡੇ ਇੰਡੀਆ ਦੀ ਬਿਲਕੁਲ ਬਿਲਕੁਲ ਅ ਇੱਥੇ ਤੱਕ ਥੋੜੇ ਦਿਨ ਪਹਿਲਾਂ ਮੈਂ ਸੋਹੋ ਰੋਡ ਤੇ ਗਿਆ ਸੀ ਆਪਣੇ ਬਾਜੀ ਹੁਣਾਂ ਦੀ ਸ਼ਾਪ ਹਾਂ ਹੀ ਗੱਲ ਉਸੇ ਬਾਈ ਦੀ ਗੱਲ ਚੱਲ ਪਈ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਜੀ ਕਿਉਂਕਿ ਮੈਨੂੰ ਵੀ ਕਾਫੀ ਇੰਡੀਆ ਤੋਂ ਇੰਸਟਾਗ੍ਰam ਤੇ ਮੈਸੇਜ ਆਏ ਕਿ ਯਾਰ ਤੁਹਾਡੇ ਇੰਗਲੈਂਡ ਦੇ ਵਿੱਚ ਇੱਕ ਆਪਣਾ ਪੰਜਾਬੀ ਭਰਾ ਆ ਹੂੰ ਤੇ ਕਿਉਂਕਿ ਕਈ ਲੋਕਾਂ ਨੂੰ ਰੈਲਿਟੀ ਨਹੀਂ ਪਤਾ ਹੁੰਦਾ ਵਾ ਹਾ 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 ਕਰ ਦਿੰਦੇ ਆ ਯਾਰ ਕਈ ਇਮੋਸ਼ਨਲ ਹੋ ਜਾਂਦੇ ਆ ਇਮੋਸ਼ਨਲ ਹੋ ਜਾਂਦੇ ਆ ਤੇ ਜਦੋਂ ਫਿਰ ਮੈਨੂੰ ਹਾਸੋ ਹੋਰ ਰੋਡ ਤੇ ਪਤਾ ਲੱਗਾ ਉਹਦੇ ਬਾਰੇ ਕਿ ਉਹ ਕੁਝ ਗੈਂਗਾ ਦੇ ਵਿੱਚ ਵੀ ਨੂੰ ਬਾਲ ਕਾਲੇ ਆਪਾਂ ਸੌਰੀ ਰੇਸਿਸਟ ਨੇ ਇਹਨੂੰ ਪਾਸੇ ਲਿਓ ਮਤਲਬ الافਰੀਕਨ ਲੋਕ ਜਿਵੇਂ ਕਹਿ ਸਕਦੇ ਹਾਂ ਇਹਨਾਂ ਦੇ ਨਾਲ ਵੀ ਇਨਵੋਲ ਉਹ ਆਪਣੇ ਹੀ ਪੰਜਾਬੀਆਂ ਨੂੰ ਘੇਰ ਕੇ 나ਇਫ ਦਿਖਾ ਕੇ ਫੋਨ ਖੋਏ ਉਹਨਾਂ ਨੇ ਇਹ ਰੀਸੈਂਟਲੀ ਸਾਨੂੰ ਸੋਹਰ ਰੋਡ ਤੋਂ ਪਤਾ ਲੱਗਾ ਬਿਲਕੁਲ ਬਾਕੀ ਮੇਰੇ ਜਿਹੜੇ ਨਵੇਂ ਸਟੂਡੈਂਟ ਸਾਡੇ ਭੈਣ ਭਰਾ ਆਉਂਦੇ ਆ ਉਹਨਾਂ ਨੂੰ ਮੇਰੀ ਇੱਕੋ ਹੀ ਸਲਾਹ ਏ ਜਿਹੜਾ ਵੀ ਇਨਸਾਨ ਤੁਹਾਨੂੰ 에ਰਪੋਰਟ ਤੋਂ ਲੈ ਕੇ ਆਇਆ ਹੈ ਜਿਨੇ ਤੁਹਾਨੂੰ ਕੰਮ ਤੇ ਰੱਖਿਆ ਜਾਂ ਜਿਨੇ ਰਹਿਣ ਨੂੰ ਜਗ੍ਹਾ ਦਿੱਤੀ ਹੈ ਜਾਂ ਤੁਹਾਡੀ ਫਾਈਨੈਂਸ਼ੀਅਲੀ ਹੈਲਪ ਕੀਤੀ ਹੈ ਉਹ ਇਨਸਾਨ ਨੂੰ ਕਦੇ ਨਾ ਭੁੱਲਿਓ ਮੈਂ ਹਮੇਸ਼ਾ ਹੀ ਗੱਲ ਕਰਦਾ ਹੁਣ ਪਾਜੀ ਜਦੋਂ ਮੈਂ ਇੰਗਲੈਂਡ ਆਇਆ ਮੈਨੂੰ ਮੇਰੇ ਮਾਮੀਆਂ ਨੇ ਰੱਖਿਆ ਜੀ ਲੋਕਾਂ ਦੇ ਰੱਖਦੇ ਨਹੀਂ ਮੈਨੂੰ ਧੱਕੇ ਨਾ ਰੱਖਿਆ ਸਾਲ ਬਾਅਦ ਕਰੋਨਾ ਆ ਗਿਆ ਨਾ ਮੈਂ ਕਿਹਾ ਮਮਾ ਥੋੜੀ ਜਿਮੈਂ ਚੋਨਾ ਵੀ ਆਪਣੇ ਸਿਰ ਤੇ ਹੋਵਾਂ ਉਹ ਕਹਿੰਦੇ ਨਹੀਂ ਪੁੱਤ ਕਰੋਨਾ ਆਇਆ ਵੀ ਮੈਂ ਨਹੀਂ ਚਾਹੁੰਦਾ ਵੀ ਤੂੰ ਬਾਹਰ ਰੁਲਦਾ ਫਿਰੇ ਕੁਝ ਨੂੰ ਤੂੰ 1 ਸਾਲ ਹੋਰ ਰਹਿ ਜਦ ਤੱਕ ਮਤਲਬ ਸਾਲ ਕਰੋਨਾ ਮੈਨੂੰ ਮੇਰੇ ਮਾਮਿਆਂ 2 ਸਾਲ ੱੱਕੇ ਨਾ ਰੱਖਿਆ ਮੈਂ ਰਹਿਣਾ ਨਹੀਂ ਸੀ ਚਾਹੁੰਦਾ ਮਾਮੇ ਕਹਿੰਦੇ ਨਹੀਂ ਪੁੱਤ ਤੇਰਾ ਆਪਣਾ ਘਰ ਆ ਤੂੰ ਰਹਿ ਤੇ ਮੈਂ ਕਿਵੇਂ ਭੁੱਲ ਜਾਣਾ ਮੈਂ ਮਾਣਦਾ ਪਰ ਮੈਨੂੰ ਰਿਸ਼ਤੇ ਸਰ ਬੜੇ ਚੰਗੇ ਮਿਲੇ ਵੀਰੇ ਮੇਰਾ ਬਹੁਤ ਸਾਧਤਾ ਮੇਰੇ ਮਾਮਿਆਂ ਨੇ ਮੁੜ ਕੇ ਮੇਰਾ ਭਰਾ ਸਾਡਾ ਸਾਊਥ ਵਾਲਾ ਮਿੰਟੂ ਹੈ ਮੁੰਡਾ ਉਹਦੇ ਨਾਲ ਵੀ ਮੈਂ ਕੰਮ ਕੀਤਾ ਜਿਹੜੇ ਵੀ ਵਾਰੀ ਬਹੁਤ ਹੈਲਪ ਕੀਤੀ ਹੈ ਮੈਂ ਹਮੇਸ਼ਾ ਆਪਦਾ ਨਾਮ ਲੈਣਾ ਹੁੰਦਾ ਉਹ ਬੰਦੇ ਨੇ ਅੱਜ ਕੱਲ੍ਹ ਅਸੀਂ ਨਰਾਜ਼ ਚੱਲਦੇ ਆਂ ਫੁੱਲ ਲੱਗਦਾ ਵੀ ਮੈਨਾਂ ਚਲੋ ਮੇਰੇ ਦਿਲ 'ਚ ਕੁਝ ਨਹੀਂ ਗਿਆ ਉਹ ਕਈ ਵਾਰ ਗਲਤਫਹਿਮੀਆਂ ਹੋ ਜਾਂਦੀਆਂ ਹਨ ਪਰ ਮੈਂ ਉਹਦਾ ਹਮੇਸ਼ਾ ਹੀ ਨਾਂ ਲੈਦਾ ਹਾਂ ਉਹ ਵੀ ਮਿੰਟੂ ਨੇ ਵੀ ਮੇਰੇ ਇੱਥੇ ਪੈਰ ਲਾਇਆ ਮੁੜ ਕੇ ਆ ਸਾਡੇ ਜਗਮੀਤ ਵੀ ਰਹਣੀ ਹੈ ਇਹਨਾਂ ਨੇ ਇੱਥੇ ਤੁਹਾਡੇ ਸਾਹਮਣੇ ਜਣਾ ਬੈਣ ਜੋਗਾ ਕਰਤਾ ਨਹੀਂ ਪਟਦੀ ਰਹਿ ਜਾਣਾ ਸੀ ਬਿਲਕੁਲ ਬਿਲਕੁਲ ਸੋ ਮੈਂ ਹਮੇਸ਼ਾ ਤੁਸੀਂ ਵੀ ਹਮੇਸ਼ਾ ਐਪਰੀਸ਼ੀਏਟ ਕਰਿਆ ਕਰੋ ਜੀ ਬਹੁਤ ਘੱਟ ਲੋਕ ਐ ਜਿਹੜੇ ਤੁਹਾਡੇ ਨਾਲ ਖੜਦੇ ਐ ਨਾ ਮੁਲਕਾਂ 'ਚ ਬਹੁਤ ਘੱਟ ਬਹੁਤ ਬਹੁਤ ਘੱਟ ਪਰ ਉਹਨਾਂ ਦੀ ਕਦਰ ਕਰੋ ਹਨਾ ਤੁਸੀਂ ਵੀ ਨਾਂ ਭੁੱਲਿਆ ਕਰੋ ਬਿਲਕੁਲ ਬਿਲਕੁਲ ਚਾਹੀਦਾ ਹੀ ਨਹੀਂ ਹਾਂ ਕਿ ਦੁੱਖ ਲੱਗਦਾ ਜੀ 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 ਬਾਜੀ ਕਿ ਜਦੋਂ ਮੈਂ ਆਇਆ ਸੀ ਨਾ ਇੱਥੇ ਇੰਗਲੈਂਡ 2011 ਚ ਤੇ ਕਿਸੇ ਰਿਸ਼ਤੇਦਾਰ ਨੇ ਗਵਾਹੀ ਭਰਤੀ ਮੇਰੀ ਤੇ ਸਾਡੇ ਇੱਥੇ ਇੰਗਲੈਂਡ ਦੇ ਵਿੱਚ ਸਾਡੀਆਂ ਰਿਸ਼ਤੇਦਾਰੀਆਂ ਬਹੁਤ ਆ ਕਿਉਂਕਿ ਨਵਾਂ ਸ਼ਹਿਰ ਚਲੰਦਰ ਹੁਸ਼ਿਆਰਪੁਰ ਜਿਹੜੇ ਪਿੰਡ ਦੁਆਬੇ ਦੇ ਸ਼ਹਿਰ ਆਹੀ ਇੱਥੋਂ ਚਾਰ ਚਾਰ ਜਿਹੜੀਆਂ ਪੀੜ੍ਹੀਆਂ ਚੱਲ ਰਹੀਆਂ ਇਹਨਾਂ ਦੀਆਂ ਇੱਥੇ ਤੇ ਸਾਡੇ ਇੱਥੇ ਕਾਫੀ ਹੱਦ ਤੱਕ ਰਿਸ਼ਤੇਦਾਰ ਸਕੇ ਰਿਸ਼ਤੇਦਾਰ 1962 1960 ਦੇ ਆਏ ਹੋ ਉਹਨਾਂ ਨੇ ਉਸ ਸਮੇਂ ਹਾਮੀ ਭਰ ਦਿੱਤੀ ਕਿ ਕੋਈ ਨਾ ਮੁੰਡੇ ਆਪਣੇ ਨੂੰ ਭੇਜ ਦੋ ਤੁਸੀਂ ਯਕੀਨ ਕਰੋਗੇ ਜਦੋਂ ਮੈਂ ਉਹਨਾਂ ਦੇ ਘਰੇ ਬੜਿਆ ਨਾ ਇਥੇ ਇੰਗਲੈਂਡ ਆ ਕੇ ਸਾਡੇ ਇੱਕ ਮਾਪਿਆਂ ਨੇ ਸਾਨੂੰ ਸਿਖਾਇਆ ਵਾ ਕਿ ਆਪਾਂ ਪੈਰੀ ਹੱਥ ਲਾਉਣਾ ਆਪਣੇ ਤੋਂ ਵੱਡੀ ਉਮਰ ਵਾਲਿਆਂ ਦੇ ਜੀ 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 ਮੈਂ ਪੈਰੀ ਹੱਥ ਲਾਇਆ ਨਾ ਪੈਰ ਪਿੱਛੇ ਨੂੰ ਖਿੱਚ ਲੈ ਕਹਿੰਦੇ ਇਹ ਕੀ ਕਰਦਾ ਹੂੰ ਤੇ ਮੈਨੂੰ ਵੀ ਥੋੜਾ ਅਜੀਬ ਹੋਇਆ ਕਿ ਯਾਰ ਇਹ ਤਾਂ ਸਾਡੀ ਪਰੰਪਰਾ ਹੈ ਹਨਾ ਤੇ ਜਦੋਂ ਫਿਰ ਥੋੜਾ ਜਿਹਾ ਸਮਾਂ ਬੀਤਿਆ ਤੇ ਉਹਨਾਂ ਦੇ ਜਿਹੜੇ ਘਰਾਂ ਚ ਲੇਡੀਜ਼ ਹੈ ਸਾਡੇ ਰਿਸ਼ਤੇਦਾਰ ਹੀ ਆ ਤੇ ਸੋਫਿਆਂ ਦੇ ਉੱਪਰ ਲੱਤਾਂ ਚੱਕ ਕੇ ਬਹਿ ਗਏ ਅੱਲੇ ਦੇਣਾ ਇੱਥੇ ਕੀ ਕਰਨ ਆ ਗਿਆ ਤੈਨੂੰ ਕਹਨੇ ਕਹਿਤਾ ਇੰਗਲੈਂਡ ਆਣਾ ਸੀ ਇੱਥੇ ਤਾਂ ਗੁਰਦਾਰਿਆਂ ਚ ਰੋਟੀ ਖਾਂਦੇ ਆ ਇੱਥੇ ਤਾਂ ਲੋਕ ਇੱਥੇ ਤਾਂ ਨਿਆਣੇ ਰੋਲਦੇ ਆ ਤੇ ਕਹਿੰਦੇ ਹੁੰਦੇ ਜੇ ਪਹਿਲੇ ਦਿਨ ਆਇਆ ਨਾ ਉਹਨੂੰ ਥੋੜਾ ਮੋਟੀਵੇਟ ਕਰੋ ਕੋਈ ਗੱਲ ਨਹੀਂ ਪਤਰਾ ਆ ਗਿਆ ਆ ਉਹ ਇਹਨਾਂ ਧੀਏ ਆ ਗਈਆਂ ਤੂੰ ਦੱਬ ਕੇ ਮਿਹਨਤ ਕਰੀਂ ਕਰੀਓ ਕਰੀ ਮੇਰੇ ਘਰ ਦੇ ਨੇ ਭਾਜੀ ਮੈਨੂੰ 7-800 ਰੁਪਇਆ ਪੌਂਡ ਦੇ ਕੇ ਭੇਜਿਆ ਸੀ ਇੰਗਲੈਂਡ ਤੁਸੀਂ ਯਕੀਨ ਕਰੋਗੇ ਪਹਿਲੇ ਦਿਨ ਜਿੱਥੇ ਮੈਂ ਪੜਨਾ ਸੀ ਬਰਮੀਗਮ ਦੇ ਵਿੱਚ ਉਹਦੇ ਲੱਗ ਗਈ ਕਮਰਾ ਲੱਭਣ ਲੱਪੇ ਜਿਹੜਾ ਉਸ ਸਮੇਂ 500 ਨੂੰ ਮਿਲਦਾ ਸੀ 5 550 ਨੂੰ ਕਿ ਤੁਹਾਨੂੰ ਆਂਦੇ ਨੂੰ ਤਾਂ ਕੰਮ ਮਿਲ ਨਹੀਂ ਜਾਂਦਾ ਬਹੁਤ ਠੋਕ ਤੇ ਤੁਸੀਂ ਇਹ ਦੇਖੋ ਦੁਪਹਿਰ ਜਦੋਂ ਹੋਈ ਆ ਚਲੋ ਆਪਾਂ ਅੰਨ ਨੂੰ ਕੋਈ ਮਾੜਾ ਨਹੀਂ ਕਹਿੰਦੇ ਜਿਹੜੇ ਫਰੀਜ਼ਰ ਫਰੋਜ਼ਨ ਫੂਡ ਹੁੰਦਾ ਜਾਂ ਸਮੋਸਿਆਂ ਦੇ ਲਿਆ ਕੇ ਚਲੋ ਰੱਖ ਦਿੱਤੇ ਆਪਾਂ ਖਾ ਲੈ ਗੱਲਾਂ ਸੁਣਨੇ ਨੂੰ ਮਿਲ ਗਈਆਂ ਇੱਥੇ ਕਿਹੜਾ ਇੰਡੀਆ ਵਾਂਗੂ ਵੇੜੇ ਆ ਜੀ ਜੀ ਜਿੱਥੇ ਤੇਰਾ ਮੰਜਾ ਡਾੜਣਾ ਤੇ ਜਦੋਂ ਸ਼ਾਮਾ ਪਈਆ ਲੈ ਬਈ ਸਾਡਾ ਮੁੰਡਾ ਚੱਲਾ ਅੱਛਾ ਹੋਰ ਗੱਲ ਇੰਡੀਆ ਦੇ ਕੱਪੜੇ ਲਾ ਕੇ ਹੋਰ ਕੱਪੜੇ ਪਾ ਤੇਰੇ ਕੋਲ ਇੰਡੀਆ ਦੀ ਮਿੱਟੀ ਦੀ ਸਮੈਲ ਆਪੀ ਆ ਮੰਨੂਗੇ ਤੁਸੀਂ ਇਹ ਗੱਲ ਨੂੰ ਮੇਰੇ ਰਿਸ਼ਤੇਦਾਰਾਂ ਨੇ ਆਹ ਤੱਕ ਮੈਨੂੰ ਕਿਹਾ ਆ ਜਿੱਦਣ ਮੈਂ ਪਹਿਲੇ ਦਿਨ ਅੰਗਲੈਂਡ ਆਇਆ ਕਿ ਤੇਰੇ ਕੋਲ ਇੰਡੀਆ ਦੀ ਮਿੱਟੀ ਦੀ ਸਮੈਲ ਆਉਂਦੀ ਆ ਤੇ ਇਹਨਾਂ ਨੂੰ ਲਾ ਕੇ ਕਿ ਸਾਡੇ ਨਿਆਣੇ ਤੈਨੂੰ ਲਾਇਕ ਨਹੀਂ ਕਰਨਾ ਜਦੋਂ ਹੁਣ ਤੁਸੀਂ ਆਹ ਸ਼ਬਦ ਸੁਣਦੇ ਸਾਡੇ ਨਿਆਣੇ ਤੈਨੂੰ ਲਾਇਕ ਨਹੀਂ ਕਰਨਾ ਤੁਸੀਂ ਕੀ ਇਮੇਜਨ ਕਰਦੇ ਕਿ ਨਿਆਣੇ ਕਿੱਡੇ ਕਹੋਗੇ ਤੁਸੀਂ ਦੱਸੋ ਮੈਨੂੰ ਕਿੱਡੇ ਕ ਸਮਝ ਦੇ ਕੇ ਨਿਆਣੇ ਕਿੱਡੇ ਕਹੋਗੇ ਉਹ ਹੀ 28 22 ਸਾਲ ਦਾ ਚਾਹੀਦਾ ਨਾ ਮੁੰਡਾ ਬਾਕਲੇਸ ਚ ਮੈਨੇਜਰ ਕੁੜੀ ਯੂਨੀਵਰਸਿਟੀ ਜਾਂਦੀ ਸੀ ਮੇਰੇ ਸੀਨੀਅਰ ਸੀ ਜਦੋਂ ਉਹ ਆਏ ਹੂੰ ਤੇ ਜਦੋਂ ਸ਼ਾਮਾਂ ਪਈਆਂ ਜਾਂ ਸਾਡਾ ਬੋਈ ਚੱਲਾ ਬਾਹਰ ਗਲਾਸੀ ਲਾਇਆ ਤੇ ਮੈਂ ਤਾਂ ਪੀਂਦਾ ਹੀ ਨਹੀਂ ਸੀਗਾ ਜਾਂ ਨਾਲ ਮੁਰਗਾ ਖਾਇਆ ਤੇ ਸਾਡੇ ਮੇਰਾ ਬਾਪੂ ਗੁਰਸਿੱਖ ਸੀਗਾ ਸਾਡੇ ਘਰ ਤਾਂ ਅੰਡਾ ਤੱਕ ਨਹੀਂ ਅਲਾਉਡ ਸੀ ਹੂੰ ਤੇ ਮੈਂ ਕਹਾਂ ਜੀ ਮੈਂ ਤਾਂ ਖਾਂਦਾ ਨਹੀਂ ਸਾਡੇ ਤਾਂ ਫੇ ਕੱਲ੍ਹ ਵਾਲੀ ਦਾਲੇ ਪਈ ਆ ਮੇਰੇ ਜੀ ਸੱਤ ਵਚਨ ਤੇ ਜਦੋਂ ਖਾਦੇ ਰਾਤ ਆਪਣੇ ਘਰ ਵੀ ਨਹੀਂ ਸੋਇਆ ਘਰ ਵੀ ਨਹੀਂ ਸੋਇਆ ਕਿਤੇ ਆਪਣੇ ਸੱਸੂਰੇ ਦੇ ਘਰੇ ਜਾ ਕੇ ਉੱਥੇ ਸਵਾਤਾ ਤੇ ਮੇਰੇ ਫਾਦਰ ਸਾਹਿਬ ਪਹਿਲੇ ਹੀ ਬਾਹਰ ਰਹਿੰਦੇ ਆ ਤੈਨੂੰ ਪਤਾ ਮਾਪੇ ਨੂੰ ਚਾਹ ਹੁੰਦਾ ਮੇਰਾ ਪੋਤਾ ਆ ਗਿਆ ਬਾਹਰ ਉਹਨਾਂ ਨੂੰ ਕੰਮ ਤਾਂ ਜਦੋਂ ਛੁੱਟੀ ਹੋਈ ਮੇਰੇ ਡੈਡੀ ਜੀ ਨੇ ਮੈਨੂੰ ਫੋਨ ਲਾਇਆ ਕਿੱਦਾਂ ਫੇ ਆ ਗਿਆ ਠੀਕ ਠਾਕ ਆਂ ਹੋਰ ਚਲੋ ਜਿਹੜੇ ਰਿਸ਼ਤੇਦਾਰਾਂ ਦੇ ਆਇਆ ਸੀ ਉਹਨਾਂ ਦਾ ਜਿਗਰ ਕੀਤਾ ਕਿੱਦਾਂ ਫੇ ਸੇਵਾ ਸੁਭਾ ਕੀਤੀ ਮਰ ਰੋਨ ਨੂੰ ਦਿਲ ਕਰੇ ਆ ਬਲੈਤੀ ਜਿਨ੍ਹਾਂ ਨੂੰ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਇਹ ਪਿੰਡਾਂ ਦੇ ਹੁੰਦੇ ਸੀ ਸਾਡੀਆਂ ਮਾਮਾ ਜਿਹੜੀਆਂ ਸਿਰਾਂ ਤੇ ਚੁੰਨੀਆਂ ਲੈਂਦੀਆਂ ਸੀ ਉਹੀ ਚੁੰਨੀਆਂ ਨਾਲ ਆਹ ਟੇਬਲ ਸਾਫ਼ ਕਰਕੇ ਕਈ ਵਾਰ ਆਪਣੇ ਘਰ 'ਚ ਠੰਢੀ ਦੀ ਬੋਤਲ ਕਦੇ-ਕਦਾਈਂ ਆਂਦੀ ਹੁੰਦੀ ਸੀ ਫੈਂਟੇ ਵਾਸਤੇ ਆਉਂਦੇ ਰਹੇ ਆ ਫੈਂਟੇ ਗੋਗੂ ਗੋਲੇ ਹਾਂ ਕਦੇ ਬਰਫੀ ਕਦੇ ਕਦਾਈਂ ਸਾਨੂੰ ਦਰਸ਼ਨ ਹੁੰਦੇ ਸਭ ਤੋਂ ਮਹਿੰਗਾ ਬਿਸਕੁਟ ਲਿਆਉਣਾ ਜਦੋਂ ਬਲੈਤੀ ਆਉਂਦੇ ਸਭ ਤੋਂ ਮਹਿੰਗੀ ਸਾਰੀ ਠੜੇ ਦੀ ਬੋਤਲ ਹੋਣੀ ਸੇਵਾ ਕਿੰਨੀ ਭਾਜੀ ਆਓ ਭਗਤ ਕਿੰਨੀ ਹਾਨੀ ਚਾੜ ਚੜ ਜਾਂਦਾ ਸੀ ਤੇ ਅਸੀਂ ਸਕੂਲ ਚ ਜਾ ਕੇ ਦੱਸਦੇ ਸੀ ਲੈਵੇ ਸਾਡੇ ਫਲਾਣਾ ਰਿਸ਼ਤੇਦਾਰ ਬਾਹਰੋਂ ਆਇਆ ਪਰ ਜਦੋਂ ਅਸੀਂ ਭਾਜੀ ਇੱਥੇ ਆਏ ਇਹਨਾਂ ਤੇ ਇੱਕ ਦਿਨ ਨਹੀਂ ਸਾਹਵੇਂ ਗਏ ਤੇ ਨਾਲੇ ਉਹ ਜਿਨ੍ਹਾਂ ਨੇ ਹਾਮੀਆਂ ਭਰੀਆਂ ਸੀ ਤੇ ਮੈਂ ਰਾਤ ਨੂੰ ਇੱਕ ਦਿਲ ਕਰੇ ਮੈਂ ਰੋਵਾਂ ਆਪਣੇ ਪਿਓ ਕੋਲ ਕਿ ਇਹ ਬਲੈਤੀ ਅਸੀਂ ਡੈਡੀ ਤੇ ਜਦੋਂ ਭਾਜੀ ਦੂਜਾ ਦਿਨ ਹੋਇਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੇ ਡੈਡੀ ਜੀ ਦੀ ਨਾ ਮਾਸੀ ਜੀ ਮੈਂ ਡੈਡੀ ਜੀ ਦੀ ਮਾਸੀ ਦਾ ਮੁੰਡਾ ਮੇਰਾ ਚਾਚਾ ਲੱਗਦਾ ਤੇ ਉਹ ਕਜ਼ਨ ਉਹ ਪਿੱਛੇ ਬੈਠਾ ਵੀ ਹੈ ਤੇ ਇਹਦੇ ਫਾਦਰ ਸਾਹਿਬ ਮੇਰੇ ਚਾਚਾ ਜੀ ਇੰਡੀਆ ਗਏ ਸੀ ਕੁਦਰਤ ਤੇ ਮੇਰੀ ਮਾਤਾ ਪਿੱਛੇ ਇਹਨਾਂ ਦੇ ਪਿੰਡ ਜਾ ਕੇ ਰੋਈ ਕਿ ਮੇਰਾ ਮੁੰਡਾ ਕੱਢ ਦਿੱਤਾ ਕਰੋ ਕਿ ਮੜ ਦੇਖ ਲਓ ਸਾਂਭ ਲਓ ਉਹ ਕਹਿੰਦਾ ਪਰ ਜਾਈ ਕਿੱਥੇ ਆ ਤੇ ਕਹਿੰਦੀ ਫਲਾਣੇ ਥਾਂ ਆ ਭਾਜੀ ਰਿਸ਼ਤੇਦਾਰ ਫਿਰ ਵੀ ਬੰਦਾ ਕਹਿ ਸਕਦਾ ਚਲ ਮੂੰਹ ਧੋ ਲਾ ਬਰਸ਼ ਕਰ ਲਾ ਚਾਹ ਪੀ ਲਾ ਤੈਨੂੰ ਛੱਡਿਆ ਨੇ ਤੇਰੇ ਚਾਚੇ ਦੇ ਘਰ ਜਿਵੇਂ ਹੱਡਾ ਰੋੜੀ ਦੇ ਵਿੱਚ ਕੱਟਾ ਨਹੀਂ ਮਰਿਆ ਸਿੱਟੀ ਦਾ ਐ ਮੇਰਾ ਸੂਟਕੇਸ ਚੱਕਿਆ ਗੱਡੀ 'ਚ ਸਿੱਟਿਆ ਮੇਰੇ ਚਾਚੇ ਦੇ ਦਰਾਮੋਰੇ ਲਾ ਕੇ ਚੱਲੇ ਗਏ ਅੰਦਰ ਵੀ ਨਹੀਂ ਗਏ ਕਿਤੇ ਚਾਚਾ ਨਾਲ ਨਾਲ ਤੋਰ ਦਵਨ ਤਾਂ ਪਤਾ ਨਹੀਂ ਸੀ ਚਾਚਾ ਇੱਥੇ ਹੈਗਾ ਹੀ ਨਹੀਂ ਹੈਨਾ ਤੇ ਮੇਰੇ ਚਾਚੇ ਨੇ ਮੈਨੂੰ ਮਹੀਨਾ ਡੇਢ ਦੋ ਮਹੀਨੇ ਨਾ ਮੈਂ ਟੋਰੈਂਟ ਲਿਆ ਨਾ ਫਿਰ ਵੀ ਦੇਖ ਲੋ ਡੈਡੀ ਦੀ ਮਾਸੀ ਦਾ ਮੁੰਡਾ ਵੇਖ ਲੋ ਤੇ ਮੈਨੂੰ ਰੱਖਿਆ ਭਾਜੀ ਮੈਂ ਫੇਰ ਜਦੋਂ ਚਾਚਾ ਆਇਆ ਇੰਡੀਆ ਤਾਂ ਮੈਂ ਹਿੱਕ ਨਾਲ ਲਾ ਕੇ ਰੋਇਆ ਮੈਂ ਕਿਹਾ ਚਾਚਾ ਆ ਬਲੇਤੀਏ ਸੀ ਅਸੀਂ ਇਹਨਾਂ ਦੇ ਲਈ ਜਾਨ ਦੇ ਦਿੰਦੇ ਸੀ ਕਿ ਜਦੋਂ ਪਿੰਡ ਆਦੇ ਸੀ ਵੇਖ ਲਓ ਪਾਜੀ ਕਿਹੜੀ ਦੁਨੀਆ ਤੇ ਹੁਣ ਬੜਾ ਸ਼ੁਕਰ ਕਰਦਾ ਉਹਨਾਂ ਦਾਤੇ ਦਾ ਮੈਨੂੰ ਮੇਰਾ ਪਿੰਡਾ ਮਾਮਾ ਮੈਸੂਮਪੁਰ ਤੋਂ ਆਇਆ ਸ਼ਾਇਦ ਤੁਹਾਨੂੰ ਪਤਾ ਹੋਣਾ ਪਿੰਡ ਪ੍ਰਤਾਪ ਫਲੋਰ ਕੋੜਕੇ ਕੋ ਗਿਆ ਜੀ ਸਾਡੇ ਸਾਡੇ ਲੱਗੇ ਜਾਂਦੇ ਪੱਡੇ ਹਾਂ ਮੈਨੂੰ ਬੜਾ ਮੇਰਾ ਸਾਥ ਦਿੱਤਾ ਉਹਨਾਂ ਨੇ ਮੇਰੇ ਇੱਥੇ ਚੱਲੋ ਮਾਸੀ ਅਸੀਂ ਚੰਗੇ ਆ ਸਾਰੇ ਜੀ ਮੈਂ ਬੜਾ ਕਿਸਮਤ ਵਾਲਾ ਹਾਂ ਫਿਰ ਉਹਨਾਂ ਲਈ ਸੋਚ ਮਿਰਚ ਬਸੀ ਮੈਨੂੰ ਉਹਨਾਂ ਸੰਭਿਆ ਵੀਰੇ ਜੀ ਕਿ ਉਹਨੋਂ ਮੇਰੀ ਗੱਲ ਟੋਕਣ ਲੱਗਾ ਇਸ ਟਾਈਮ ਮੇਰੇ ਘਰ ਸੱਤ ਜਣੇ ਰਹਿੰਦੇ ਆ ਜੀ ਨਾ ਰੋਟੀ ਲੈਣਾ ਨਾ ਖਰਚਾ ਨਾ ਪੱਤਾ ਨਾ ਰੈਂਟ ਜਦੋਂ ਸੁੱਖ ਨਾਲ ਰਹਿੰਦੇ ਆ ਤਿੰਨ ਤਿੰਨ ਮਹੀਨੇ ਹੋ ਗਏ ਮੈਂ ਕਿਹਾ ਨਾ ਪਤੰਦਰ ਹੁਣ ਤਾਂ ਦੇ ਦੋ ਰੈਂਟ ਕੰਮ ਤੇ ਵੀ ਜਾਂਦੇ ਆ ਨਹੀਂ ਭਾਜੀ ਸਾਡੇ ਗਾਫੇ ਨਹੀਂ ਦਿੱਤੇ ਨੇ ਮੈਨੂੰ ਪਤਾ ਹੀ ਐ ਚੱਲ ਮੈਂ ਨਿਆਰੇ ਲਾਓ ਤੇ ਜਦੋਂ ਫਿਰ ਮੈਂ ਆਪਣੇ ਚਾਚੇ ਨਾਲ ਜਦੋਂ ਫਿਰ ਮੈਂ ਆ ਕੇ ਉਹ ਇੰਡੀਆ ਤਮਾਇਆ ਮਹੀਨੇ ਬਾਅਦ ਰੋਇਆ ਤੇ ਦੱਸਿਆ ਕਿ ਆ ਬਲੇਤੀਏ ਹੁੰਦੇ ਆ ਤੇ ਤੁਸੀਂ ਇਹ ਦੇਖ ਲਓ ਜਦੋਂ ਮੈਂ ਪੱਕਾ ਹੋਇਆ ਸੀ ਨਾ ਜਦੋਂ ਮੈਨੂੰ ਬ੍ਰਿਟਿਸ਼ ਨੈਸ਼ਨੈਲਿਟੀ ਮਿਲੀ ਜਾਂ ਤੇ ਮੇਰੇ ਕਿਸੇ ਰਿਸ਼ਤੇਦਾਰ ਨੇ ਕਿਹਾ ਬਈ ਫਲਾਣੇ ਉਸ ਮੇਰੇ ਰਿਸ਼ਤੇਦਾਰ ਦਾ ਤੂੰ ਥੈਂਕ ਯੂ ਕਰੀ ਜਿਨ੍ਹਾਂ ਦੇ ਘਰ ਗਿਆ ਸੀ ਹੂੰ ਤੇ ਸੌਰੀ ਮੈਂ ਕਹਾ ਮੇਰੀ ਜੁੱਤੀ ਹੈ ਨਾ ਅੱਛਾ ਜੀ ਹਾਂ ਕਿ ਮੈਂ ਕਹਾ ਮੈਂ ਥੈਂਕ ਯੂ ਕਰੂੰਗਾ ਆਪਣੇ ਚਾਚੇ ਦਾ ਥੈਂਕ ਯੂ ਕਰੂੰਗਾ ਉਸ ਸੰਸਥਾਨ ਨੇ ਜਿਹਨੂੰ ਮੈਨੂੰ ਮੈਨੂੰ ਇੱਥੇ ਤੱਕ ਭਜਾਇਆ ਥੈਂਕ ਯੂ ਕਰੂੰਗਾ ਮੈਂ ਉਸ ਆਪਣੇ ਮਾਲਕ ਦਾ ਜਿਹਦੇ ਨਾਲ ਮੈਂ ਕੰਮ ਕਰਦਾ ਸੀ ਜਿਨੇ ਮੈਨੂੰ ਹੌਸਲਾ ਦਿੱਤਾ ਸੀ ਬਾਜੀ ਤੁਸੀਂ ਸੋਚੋ ਜੇ ਮੈਂ ਉਸ ਸਮੇਂ ਡਿਪੋਰਟ ਹੋ ਜਾਂਦਾ 2012 ਦੀ ਗੱਲ ਹੈ ਉਹਦੇ ਬਾਅਦ ਪੰਜਾਬ ਦੇ ਵਿੱਚ ਕਿੰਨਾ ਭਿਆਨਕ ਸਮਾਂ ਆਇਆ ਜੋ ਅੱਜਕੱਲ ਆਪਾਂ ਦੇਖਦੇ ਹੀ ਆਂ ਆ ਬੋ ਚਾਹੇ ਉਹ ਗੈਂਗਸਟਰ ਪੜਾ ਹੋਵੇ ਜਾਂ ਹੈ ਉਹ ਨਸ਼ੇ ਵਾਲੇ ਪਾਸੇ ਚੱਟਾ ਹੋਵੇ ਹਨਾ ਤੇ ਜੇ ਮੈਂ ਸੋਚਦਾ ਨਾ ਕਿ ਅਗਲੇ ਨੇ ਮੈਨੂੰ ਹੌਸਲਾ ਦਿੱਤਾ ਸੀ ਤੇ ਤਾਂ ਹੀ ਮੈਂ ਇਥੇ ਟਿਕਿਆ ਸੋ ਇਹਨਾਂ ਬੰਦਿਆਂ ਨੂੰ ਤਾਂ ਮੈਂ ਭਾਜੀ ਜਿਦਾ ਤੁਸੀਂ ਪਹਿਲਾਂ ਗੱਲ ਕੀਤੀ ਨਾ ਕਿਸੇ ਨੂੰ ਭੁੱਲੋ ਨਾ ਪੁਰਾਣੇ ਬੰਦੇ ਨੂੰ ਜਿਹਨੇ ਸਾਥ ਦਿੱਤਾ ਚਾਹੇ ਜੋ ਮਰਜੀ ਸੀ 6 ਮਹੀਨੇ ਹੀ ਆਪਾਂ ਬਿਲਡਰ ਦਾ ਕੰਮ ਭਾ ਨਾ ਕੀਤਾ ਪਰ ਅਗਲੇ ਨੇ ਹੌਸਲਾ ਦਿੱਤਾ ਹੌਸਲਾ ਬਹੁਤ ਵੱਡੀ ਚੀਜ਼ ਆ ਜਦੋਂ ਤੁਹਾਡੇ ਕੋ ਪਿੱਠ ਪਿੱਛੇ ਦਾ ਥਾਪੜ ਦਿੰਦਾ ਆ ਹੂੰ ਕਿ ਲੈ ਆਵੇ ਬੱਲੇ ਆਪੇ ਮੈਂ ਤੇਰੇ ਨਾਲ ਆ ਹੂੰ ਤੇ ਇਹੀ ਬਹੁਤ ਵੱਡੀ ਚੀਜ਼ ਹੁੰਦੀ ਆ ਤੇ ਭਾਜੀ ਇੱਕ ਅੱਜ ਕੱਲ ਸਾਡੇ ਪੰਜਾਬੀ ਇੱਥੇ ਹੂੰ ਪਹਿਲੀ ਗੱਲ ਤਾਂ ਰੈਂਟ ਬਹੁਤ ਵਧਾਇਆ ਆ ਆਪ ਇਹਨਾਂ ਨੇ 1200 ਦਾ ਲਿਆ ਹੁੰਦਾ ਘਰ ਗਾਂ 2600 ਦਾ ਚੜਾਉਂਦੇ ਆ ਰੈਂਟ ਤੇ ਬਿਲਕੁਲ 1200 ਦਾ ਘਰ ਲੈ ਕੇ ਜੀ ਘਰ ਚ ਤਿੰਨ ਕਮਰੇ ਹੁੰਦੇ ਆ ਤੇ ਇਕੱਲਾ ਖਾਲਾ ਕਮਰਾ ਇਹ 12 1200 ਪਾਉਂਦੋਂ ਚੜਾਉਂਦੇ ਆ ਬਿਲਕੁਲ ਬਿਲਕੁਲ ਫਕਸ਼ਾਂ ਚੋਂ ਕੱਢਦੇ ਆ ਬੱਚੇ ਨਵੇਂ ਆਉਂਦੇ ਆ ਇਹ ਨਾਲੇ ਸਾਲਾ ਸਹਾਨ ਚੜਾਉਣਾ ਫੇਰ ਕਹਿਣਗੇ ਸੋਈ ਦੀ ਯੂਜ਼ ਕਰ ਲਈ ਜੀ ਰੋਟੀ ਬਾਹਰੋਂ ਲਵਾਵੋ ਕੱਪੜਾ ਨਹੀਂ ਧ ਠੀਕ ਹੈ ਹੌਲੀ ਹੌਲੀ ਆਉਣਾ ਦਰਵਾਜ਼ਾ ਨਹੀਂ ਖੜਕਾਉਣਾ ਸਾਰੇ ਰੂਲ ਐ ਬਣਾਏ ਹੁੰਦੇ ਜਿਵੇਂ ਜੇਲ੍ਹ 'ਚ ਨਹੀਂ ਹੁੰਦਾ ਬਿਲਕੁਲ ਬੰਦਾ ਉਹ ਤੋਂ ਵੀ ਸਖਤ ਰੂਲ ਐ ਬਿਲਕੁਲ ਐਡੇ ਵੱਡਣ ਵਾਲੀਆਂ ਇੱਥੇ ਬੁੜੀਆਂ ਤੇ ਭਾਜੀ ਡਿਪੋਜ਼ਿਟ ਦੀ ਮੋੜ ਮੈਂ ਤਾਂ ਭਾਜੀ ਹੈਰਾਨ ਹੋਇਆ ਪਿਛਲੇ ਸਾਲ ਦੀ ਗੱਲ ਐ ਇੱਥੇ ਬਰਮੀਗਮ 'ਚ ਆਏ ਸੀਗੇ ਤੇ ਮੈਨੂੰ ਕੁਛਕ ਸਟੂਡੈਂਟ ਭਰਾ ਮਿਲੇ ਤੇ ਗੱਲਾਂ ਚੱਲ ਪਈਆਂ ਤੇ ਕਹਿੰਦੇ ਅਸੀਂ ਕਿਚਨ ਨਹੀਂ ਯੂਜ਼ ਕਰ ਸਕਦੇ ਹੂੰ ਤੇ ਦੂਜੇ ਨੰਬਰ ਤੇ ਕਹਿੰਦੇ ਇੱਕ ਪੌਂਡ ਵਾਲਾ ਸਿਸਟਮ ਆ ਵਾਸ਼ਿੰਗ ਮਸ਼ੀਨ ਯੂਜ਼ ਕਰਨ ਦਾ ਤੇ ਮੇਗਾ ਜਦੋਂ ਅਸੀਂ ਆਏ ਸੀ ਸਾਡੇ ਨਾਲ ਤਾਂ ਕਦੇ ਨਹੀਂ ਮਤਲਬ ਕਾਰ ਰੈਂਟ ਲੈ ਕੇ ਫਿਰ ਇੱਕ ਪੌਂਡ ਦੇਣਾ ਉਹ ਜਿਹੜਾ ਤੁਸੀਂ ਵਾਸ਼ਿੰਗ ਮਸ਼ੀਨ ਯੂਜ਼ ਕਰਦੇ ਜਿੱਦਾਂ ਤੁਸੀਂ ਰੈਂਟ ਤੇ ਕਮਰਾ ਲਿਆ ਜਾਂ ਤੁਸੀਂ ਆਪਾ ਕੱਪੜੇ ਧੋਣੇ ਆ ਇੱਕ ਪੌਂਡ ਸਰਵਿਸ ਜਿੱਦਾਂ ਹੁੰਦੀ ਹੈ ਨਹੀਂ ਆਪਣੇ ਬਾਊਂਡਰੀ ਬਾਊਂਡਰੀ ਵਾਲਾ ਕੰਮ ਤੇ ਕਿਚਨ ਨਹੀਂ ਤੁਸੀਂ ਯੂਜ਼ ਕਰਨੀ ਤੇ ਤੁਸੀਂ ਬਾਹਰੋਂ ਟੀਫਨ ਲਵਾਓ ਤੇ ਕਾਫੀ ਸਾਡੇ ਚਾਹੇ ਕੁੜੀਆਂ ਨੂੰ ਕੁਕਿੰਗ ਵੀ ਆਉਂਦੀ ਆ ਪਰ ਟੀਫਨ ਬਾਹਰੋਂ ਲਵਾਏ ਆ ਹੂੰ ਕਿ ਤੁਸੀਂ ਘਰੇ ਯੂਜ਼ੇ ਨਹੀਂ ਕਰ ਸਕਦੇ ਇਹ ਜਿਹੜਾ ਹੋਣਦਾ ਹੈ ਇਹ ਸਿਸਟਮ ਹਨ ਜਦੋਂ ਅਸੀਂ ਆਏ ਸੀ ਉਹ ਤਾਂ ਹੁੰਦਾ ਹੀ ਨਹੀਂ ਸੀ ਇੱਕ 120 ਪਾਉਂਡ ਰੈਂਟ ਦਿੰਦੇ ਸੀ ਦੋ ਜਾਨੇ ਸ਼ੇਅਰ ਕਰਦੇ ਸੀ 120 ਉਹ 120 ਮੈਂ ਤੇ ਅੱਜ ਕੱਲ ਤਾਂ ਮੈਂ ਸੁਣਿਆ ਭਾਜੀ ਰੈਂਟੇ ਬਹੁਤ ਜ਼ਿਆਦਾ ਚੱਕੇ ਹੋ ਤੁਸੀਂ ਇਹ ਦੇਖੋ ਬਰਮਿੰਗਮ ਦੇ ਰੈਂਟ ਮੈਂ ਜਿਸ ਸਾਈਡ ਇੰਗਲੈਂਡ ਦੇ ਵਿੱਚ ਰਹਿਣਾ ਆ ਮੈਲਟਨ ਕਿਂਗਸ ਵਾਲੇ ਪਾਸੇ ਭਾਜੀ ਉੱਥੇ ਨਾਲ ਕੰਪੇਅਰ ਹੈ ਨਾ ਬਰਾਬਰ ਪਰ ਉਹ ਤਾਂ ਲੰਡਨ ਏਰੀਆ ਹੋ ਗਿਆ ਨਾ ਜਿਵੇਂ ਸਾਡੇ ਜੀ ਬੰਬੇ ਹੋਰ ਰੇਟ ਹੈ ਚੰਡੀਗੜ੍ਹ ਹੋਰ ਹੈ ਤੇ ਰਾਜਪੁਰੇ ਖੰਨੇ ਸਾਡੇ ਹੋਰ ਰੇਟ ਹੈ ਇੱਥੇ ਵੀ ਸੇਮ ਹੀ ਕਰਤਾ ਇਹਨਾਂ ਨੇ ਹਾਂ ਉਹ ਇੰਨੇ ਲੈਂਦੇ ਆ ਉਧਰ ਦਿਹਾੜੀ ਵੀ ਜ਼ਿਆਦਾ ਨਾ ਪੇਰ ਵੀ ਜਾਂ ਪੇਰ ਪੇਰੇਟ ਵੀ ਜ਼ਿਆਦਾ ਪਰ ਉਸ ਦੇ ਮੁਕਾਬਲੇ ਇੱਧਰ ਜ਼ਿਆਦਾ ਲੈ ਰਹੇ ਆ ਉੱਥੇ ਭਾਜੀ ਬਹੁ ਫੱਟੇ ਚੱਕੇ ਆ ਬਾਕਸ ਰੂਮ 9900 ਪਾਉਂਡ ਦਾ ਮੈਨੂੰ ਮੈਸੇਜ ਕਰਦੇ ਹੋ ਮੈਂ ਕੋ ਪਏ ਆ ਮੈਂ ਤੁਹਾਨੂੰ ਦਿਖਾ ਵੀ ਸਕਦਾ ਜੀ ਕਹਿੰਦੇ ਆ ਵੀ 900 ਲੈਣਾ ਰਹਿਣਾ ਰੋ ਨਹੀਂ ਨਾ ਸੀ ਉਥੇ ਕਮਰਾ ਨਹੀਂ ਮਿਲਦਾ ਬੱਚੇ ਰਹਿਣਾ ਪੈਂਦਾ ਮਜਬੂਰੀ ਚ ਰਹਿਣਾ ਪੈਂਦਾ ਭਾਜੀ ਫਿਰ ਡਿਪੋਜ਼ਿਟ ਲੈਂਦੇ ਆ 900 ਦੀ ਡਿਪੋਜ਼ਿਟ ਲੈਣਾ ਤੇ ਡਿਪੋਜ਼ਿਟ ਮੋਡ ਦੇ ਨਹੀਂਗੇ ਬੰਨ ਐ ਮਾਰ ਦਿੰਦੇ ਆ ਬੱਚੇ ਜਦੋਂ ਕਾਲੀ ਚ ਜਾਣਾ ਹੁੰਦਾ ਜਾਂਦਾ ਕਦੋਂ ਐ ਜਦੋਂ ਰੇਡ ਪੈਣੀ ਹੋਵੇ ਕੋਈ ਫਾਇਲ ਲੱਗੀ ਹੋਵੇ ਵਿਚਾਰਾ ਉਦੋਂ ਹੀ ਕਮਰਾ ਛੱਡਦਾ ਬਿਪਤਾ ਦਾ ਮਾਰੇ ਆ ਕੋਈ ਕੋਈ ਲੜਾਈ ਝਗੜਾ ਹੋ ਗਿਆ ਤੇ ਇਹ ਫਾਇਦਾ ਚੱਕ ਜਾਂਦੇ ਹਾਂ ਕੋਈ ਨਹੀਂ ਪੁੱਤ ਪਾ ਦਾਂਗੇ ਮੁੜ ਕੇ ਕੌਣ ਪਾਉਂਦਾ ਨਾ 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 ਪਰ ਇੱਕ ਗੱਲ ਹੈ ਪੰਜਾਬੀ ਪੰਜਾਬੀ ਦਾ ਵੈਰੀ ਆ ਪੰਜਾਬੀ ਚੰਗੇ ਵੀ ਬਹੁਤ ਮਿਲਦੇ ਬਾਹਰ ਆ ਕੇ ਤੇ ਪੰਜਾਬੀ ਪੰਜਾਬੀ ਦਾ ਵੈਰੀ ਵੀ ਬਹੁਤ ਤੇ ਹੁਣ ਇੱਥੇ ਕਈ ਨਾ ਸਰ ਕਹਿਣਾ ਹੁੰਦਾ ਕੋਈ ਵੀ ਕਹੋ ਮੈਂ ਟੋਕਦਾ ਹੁੰਦਾ ਪਾਜੀ ਐਂ ਨਾ ਕਹੋ ਸਾਰੇ ਪੰਜਾਬੀ ਮਾੜੇ ਨਹੀਂ 100 ਚੋਂ ਇੱਕ ਦੋ ਚੰਗਾ ਵੀ ਹੈਗਾ ਚਲੋ ਜਿਹੜੇ ਚੰਗੇ ਆ ਦੇਖੋ ਮਾ ਉਹਦੇ ਹਾਂ ਤੁਸੀਂ ਸਮਝੇ ਨਹੀਂ ਹਾਂਜੀ ਮੈਂ ਰੇਸ਼ੋ ਗਿਣਾਉਂਦਾ ਹੁੰਦਾ ਵੀ ਨਹੀਂ ਨਹੀਂ ਇਦਾਂ ਨਹੀਂ ਕਹਿੰਦਾ 100 ਚੋਂ ਇੱਕ ਦੋ ਚੰਗਾ ਵੀ ਹੈ ਮੈਂ ਇਦਾਂ ਦੇ ਨੂੰ ਖੁਦ ਪਰਸਨਲੀ ਜਾਣਦਾ ਜਾਂ ਇਹਨਾਂ ਨੂੰ ਮੈਂ 1000 ਚੋਂ ਇੱਕ ਦੋ ਚੰਗਾ ਵੀ ਹੈ ਫਿਰ ਕੀ ਹੈ 898 ਮਾੜੇ ਨੇ ਮੈਂ ਖੁਦ ਪਰਸਨਲੀ ਕੁਝ ਇਦਾਂ ਦੇ ਨੂੰ ਜਾਣਦਾ ਜੀ ਜੀ ਜਿਹੜੇ ਆ ਨੇ ਜਿਨ੍ਹਾਂ ਨੇ ਇੱਥੇ ਕੰਮ ਕਰਾ ਕਰਾ ਕੇ ਹਾਂਜੀ ਪੈਸੇ ਮਾਰੇ ਹੋਏ ਨੇ ਪਰ ਜਦੋਂ ਉਹਨਾਂ ਦੇ ਏਰੀਏ ਦੇ ਵਿੱਚ ਟੂਰਨਾਮੈਂਟ ਹੁੰਦੇ ਆ ਚਾਹੇ ਕ੍ਰਿਕਟ ਦਾ ਹੋਵੇ ਚਾਹੇ ਕੋਈ ਓਪੀ ਇਨਾਂ ਦੀ ਦਰਗਾਹ ਤੇ ਕੋਈ ਮੇਲਾ ਹੋਵੇ ਚਾਹੇ ਕੋਈ ਵੀ ਹੋਵੇ ਚਾਹੇ ਆਪਣਾ ਕਬੱਡੀ ਦਾ ਹੋਵੇ ਅੱਜ ਉੱਥੇ ਪਹਿਲੇ ਨਵੇਂ ਤੇ ਵਿਸ਼ੇ ਕਹਿੰਦਾ ਵਿਸ਼ੇਸ਼ ਸਨਮਾਨ ਫਲਾਣਾ ਜੀ ਯੂਕੇ ਵਾਲੇ ਹੈਨਾ ਤੇ ਮੈਂ ਸੋਚਦਾ ਹਾਂ ਨਾ ਯਾਰ ਇਹ ਬੰਦਾ ਇੱਥੇ ਲਹੂ ਪੀ ਰਿਹਾ ਇੱਥੇ ਨਿਆਣਿਆਂ ਦੇ ਨਵੇਂ ਆਏ ਦੇ ਪੈਸੇ ਮਾਰ ਰਿਹਾ ਤੇ ਉੱਥੇ ਜਾ ਕੇ ਭਾਜੀ ਇਹ ਆਪਣਾ ਆਪਣੇ ਨੰਬਰ ਬਣਾਉਂਦਾ ਪਿਆ ਭਾਜੀ ਮੈਂ ਸੋਚਦਾ ਇਹਨਾਂ ਨੂੰ ਪਰਮਾਤਮਾ ਨਹੀਂ ਦੇਖਦਾ ਭਾਜੀ ਮੈਂ ਸਾਡੇ ਸਾਊਥ ਹਾਲ ਸ਼ਹਿਰ ਹੈ ਜੀ ਇੱਥੇ ਮੇਨੀ ਪੰਜਾਬੀ ਕਹਿਦੀ ਦਾ ਉੱਥੇ ਸਭ ਤੋਂ ਵੱਧ ਕਾਹਨ ਹੁੰਦਾ ਸਾਰੇ ਨੀਗੇ ਮਾੜੇ ਮਤਲਬ ਬਹੁਤ ਹੀ ਜਿਆਦਾ ਏਦਾਂ ਦੇ ਹੀ ਹੈ ਮੈਂ ਨਗਰ ਕੀਰਤਨ ਤੇ ਗਿਆ ਸੀ ਮੈਂ ਵੇਖਿਆ ਲੰਗਰ ਲਾਈ ਦੋ ਤਿੰਨ ਮੈਂ ਜਾਣਦਾ ਜਿਹੜੇ ਛਰਿਆਂ ਪੈਸੇ ਮਾਰਦੇ ਆ ਲੋਕਾਂ ਦੇ ਸਭ ਤੋਂ ਮੂਰੇ ਫਿਰਨੇ ਉੱਥੇ ਬਾਲਟੀ ਲੈ ਕੇ ਆਓ ਜੀ ਆਓ ਖਾਓ ਗੋਲ ਲੰਗਰ ਲਾਏ ਉਹਨਾਂ ਨੇ ਤੇ ਮੈਂ ਖਾ ਮੇਰੇ ਨਾਲ ਵੀ ਇਦਾਂ ਪਾਪ ਨਹੀਂ ਮaaf ਹੋਣੇ ਮੇਰੇ ਨਾਲ ਇਹ 2012 ਚ ਹੋਇਆ ਸੀ ਮੈਂ ਸੋਹੋ ਰੋਡ ਤੇ ਕਿਸੇ ਦੁਕਾਨ ਤੇ ਕੰਮ ਕਰਦਾ ਸੀ ਤੇ ਮੈਨਾਂ ਜ਼ੁਬਾਨ ਹੋਈ ਸੀ ਜਦੋਂ ਤੂੰ ਕੁਕਿੰਗ ਦਾ ਸਾਰਾ ਕੰਮ ਸਿੱਖ ਲਵੇਂਗਾ ਨਾ ਤੇਰੇ ਪੈਸੇ ਵਧਾਵਾਂਗੇ ਤੇ ਸਾਲ ਮਗਰੋਂ ਜਦੋਂ ਮੈਂ ਸਿੱਖ ਲਿਆ ਤੇ ਜਮਦੋਂ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਭਾਜੀ ਮੇਰੇ ਪੈਸੇ ਵਧਾ ਦੋ ਤੇ ਤੇਰੇ ਵਰਗੇ ਕਹਿੰਦਾ ਸਵੇਰ ਨੂੰ 10-10 ਪੌਂਡ ਵਾਲੇ ਮੇਰੀ ਦੁਕਾਨ ਤੇ ਬਾਹਰ ਕੜੇ ਹੁੰਦੇ ਆ ਤੇ ਮੈਂ ਤੋਂ ਫਿਰ ਕਹਿ ਹੋ ਗਿਆ ਮੈਂ ਕਿਹਾ ਭਾਜੀ ਫਿਰ ਉਹ ਲੇਬਰ ਆ ਝਾੜੂ ਵਾਲੇ ਆ ਕੰਮ ਵਾਲੇ ਨਹੀਂ ਤੇ ਉਹੀ ਗੱਲ ਹੋਈ ਜਦੋਂ ਦੀਵਾਲੀ ਆਈ ਪਾਜੀ ਬਾਹਰ ਲੋਕ ਦਿਖਾਵੇ ਦੇ ਲਈ ਲੰਗਰ ਲਾਇਆ ਜਲੇਬੀਆਂ ਦਾ ਪਕੌੜਿਆਂ ਦਾ ਤੇ ਅੰਦਰ ਵਰਕਰ ਭੁੱਖੇ ਸਵੇਰ ਦਾ ਪਾਣੀ ਤੱਕ ਨਹੀਂ ਪੀਤਾ ਸੀ ਤੇ ਜੱਟ ਦੇਣਾ ਸੀ ਇੱਥੇ ਤੱਕ ਮੇਰੇ ਪੰਜ ਉਸ ਕੰਮੇ ਛੱਡਦੇ ਨਹੀਂ ਤੁਸੀਂ ਜਿੱਦ ਤੱਕ ਕਹਿੰਦਾ ਸੀ ਜਰੂਰੀ ਸੀ ਦੇਖੋ ਅੱਛਾ ਹਾਂ ਪਾਜੀ 10 ਘੰਟੇ ਇਜਾਜ਼ਤ ਸੀ ਲੋਕਾਂ ਨੇ ਲਾਹਾ ਲਿਆ ਮੈਂ ਆਪਣੇ ਅੱਖੀਂ ਦੇਖਿਆ ਆ ਇੱਥੇ ਦੁਕਾਨਾਂ ਵਾਲੇ ਜਿਹੜੇ ਹੰਕਾਰਯੋਕ ਕਈ ਬੰਦੇ ਆ ਪੜਨੀਆਂ ਕੁੜੀਆਂ ਨੂੰ ਐਨੀ ਗੰਦੀ ਸ਼ਬਦਾਵਲੀ ਨਾਲ ਬੋਲਦੇ ਸੀ ਆਪਣੀ ਧੀ ਲਈ ਆਪਣੀ ਧੀਲੇ ਮਨ ਲਾਦਾ ਮੈਂ ਕਹਿੰਦਾ ਜ਼ਿੰਦਗੀ ਜਿੰਨਾ ਸ਼ਬਦਾਰ ਨਹੀਂ ਬਣਦੀ ਹੁਣ ਤੁਸੀਂ ਪੜ ਕੇ ਵੇਖੋ ਤੁਹਾਡਾ ਆ ਫੋਨ ਮੇਰਾ ਕੋਈ ਪੜ ਕੇ ਦੇਖ ਲਿਓ ਤੁਹਾਡਾ ਵਿਸ਼ਵਾਸ ਛੁੱਟ ਜਾਊਗਾ ਇਨਸਾਨੀਅਤ ਤੋਂ ਕੁੜੀਆਂ ਜਦੋਂ ਸ਼ੇਅਰ ਕਰਦੀਆਂ ਭਾਜੀ 2 2 3 3 ਪੌਂਡ ਘੰਟਾ ਦਿੰਦੇ ਆ ਪੇ ਇੱਥੇ ਕਟੋ ਘਟ ਦਿਹਾੜੀ 12 ਰੁਪਏ ਆ ਜੀ 12 ਪੌਂਡ ਕਟੋ ਘਟ ਜਵੇ ਇੰਡੀਆ 350 ਆ ਨਾ ਲਿਵਰਟੀ ਹੁਣ ਪਤਾ ਨਹੀਂ ਵੱਧ ਗਈ ਹੋਣੀ ਐ ਹਮ ਇੱਥੇ 12 ਪੌਂਡ ਆ ਤੇ ਇਹ ਦਿੰਦੇ ਆ 2 3 ਪੌਂਡ ਤੇ ਕੁੜੀਆਂ ਨੂੰ ਜਦੋਂ ਪਤਾ ਲੱਗ ਜਾਂਦਾ ਕੁੜੀ ਤੇ ਯੂਨੀ ਛੱਡਦੀ ਐ ਸਾਲੇ ਫੜ ਲੈਂਦੇ ਆ ਤੁਸੀਂ ਯਕੀਨ ਕਰੋ ਜਲੰਧਰ ਤੋਂ ਇੱਕ ਕਹਿੰਗੇ ਸਾਡੇ ਨਾਲ ਸੌਂ ਨਹੀਂ ਤੈਨੂੰ ਰਿਪੋਰਟ ਕਰਾ ਲਾਂਗੇ ਜਲੰਧਰ ਤੋਂ ਕੁੜੀ ਆਈ ਸੀ ਹਮ 19 ਸਾਲ ਦੀ 20 ਸਾਲ ਨੂੰ ਮਾਰਾ ਮੈਨੂੰ ਉਹਨੇ ਮੈਸੇਜ ਕੀਤਾ ਇੰਸਟਾਗ੍ਰam ਤੇ ਬਾਜੀ ਮੈਂ ਜਲੰਧਰ ਤੋਂ ਆ ਮੈਂ ਰਵਿਦਾਸੀਆ ਪਰਿਵਾਰ ਚੋਂ ਆ ਹਮ ਮੇਰੀ ਸਕੀ ਭੂਆ ਦੇ ਮੁੰਡੇ ਨੇ ਮੈਨੂੰ ਇੱਥੇ ਪਿਕ ਕੀਤਾ ਹੀਥਰੋ ਤੇ ਮੈਂ ਸਟੱਡੀ ਤੇ ਆਈ ਆ ਤੇ ਬਾਪੂ ਮੇਰਾ ਅਧਰੰਗ ਨਾਲ ਮੰਜੇ ਤੇ ਪਿਆ ਭਰਾ ਮੇਰਾ ਬਾਰਬਰ ਦੀ ਨਾਈ ਦੀ ਦੁਕਾਨ ਕਰਦਾ ਆ ਮਾਤਾ ਮੇਰੀ ਭਾਂਡੇ ਧੋਂਦੀ ਆ ਚਲੋ ਔਖੇ ਸੌਖੇ ਉਹ ਕਿ ਮੈਨੂੰ ਉਹਨੇ ਭੇਜਿਆ ਕਿ ਮੇਰੀ ਭੂਆ ਦੇ ਮੁੰਡੇ ਨਹੀਂ ਮੈਨੂੰ ਇੱਕ ਦਿਨ ਕਹਿਤਾ ਮੈਂ ਨਾਲ ਵਿਆਹ ਕਰਾ ਲਾ ਓਏ ਹੋਏ ਇਹ ਸਾਡੇ ਇਹ ਸਾਡੇ ਚੜ੍ਹਦੇ ਪੰਜਾਬ 'ਚ ਇਹ ਕੁਝ ਹੁੰਦਾ ਜਾਂ ਸਾਡੇ ਲੋਕਾਂ 'ਚ ਇਹ ਕੁਝ ਹੁੰਦਾ ਇਹ ਹਾਲ ਇੱਥੇ ਆ ਹੁਣ ਰੀਸੈਂਟਲੀ ਤੁਸੀਂ ਗੱਲ ਸੁਣ ਲਓ ਤੁਸੀਂ ਤਾਂ ਚਲੋ ਮੈਂ ਤੁਹਾਨੂੰ ਕਾਫੀ ਚੜ੍ਹ ਤੋਂ ਜਾਣਦਾ ਕੁਛੀ ਕਾਫੀ ਬੰਦਿਆਂ ਨੂੰ ਕੰਮ ਤੇ ਲਵਾਇਆ ਬਿਨਾ ਕਿਸੇ ਲਾਲਚ ਤੋਂ ਜੀ ਜੀ ਜਿੱਦਾਂ ਅਸੀਂ ਵੀ ਕਈ ਵਾਰ ਕਰਦੇ ਹਾਂ ਜਾਂ ਫਲਾਣ ਦਾ ਕੰਮ ਆ ਚੱਲ ਜਾਏ ਅਸੀਂ ਉਹ ਦਲਾਲਵਾਜੀ ਨਹੀਂ ਕਰਨੀ ਕਿ ਹਾਂ ਮੈਨੂੰ ਵਿੱਚੋਂ 100 ਦੇ ਪਹਿਲੀ ਤਨਖਾਹ ਦੇ ਵਿੱਚੋਂ ਇਹ ਕੁਛ ਚੱਲਦਾ ਯੂਰਪ 'ਚ ਵੀ ਇਹ ਕੁਛ ਚੱਲਦਾ ਭਾਜੀ ਫਰਾਂਸ 'ਚ ਵੀ ਉਹ ਦੇਖੀ ਅੱਛਾ ਜੀ ਮੇਰੇ ਤੋਂ ਭਾਜੀ ਏਜੰਸੀ ਵਾਲੇ ਲੈ ਲੈਂਦੇ ਨੰਬਰ ਸਾਨੂੰ ਭਾਜੀ 100 ਮੁੰਡੇ ਚਾਹੀਦੇ ਮੈਂ ਪਾ ਦੇਣਾ ਹੁੰਦਾ ਪਰ ਅੱਜ ਤੱਕ ਮੈਨੂੰ ਕਹਿਣਗੇ ਭਾਜੀ ਕਮਿਸ਼ਨ ਲੈ ਲਓ ਇੱਕ ਬੰਦੇ ਦੇ 5 10 ਮੈਂ ਨਹੀਂ ਮੈਂ ਇਦਾਂ ਹੀ ਠੀਕ ਆ ਤੇ ਉਹ ਗਰੁੱਪ ਬਣਾਏ ਹੋਏ ਨੇ ਕਿ ਲੈ ਜੀ ਅਸੀਂ ਲੋਕਾਂ ਨੂੰ ਤਾਨੂੰ ਪਤਾ ਹੁਣ ਕਈਆਂ ਨੇ ਆਪਣੇ ਵਟਸਐਪ ਤੇ ਪ੍ਰਾਈਵੇਸੀ ਨਹੀਂ ਲਾਈ ਹੁੰਦੀ ਉਹਨਾਂ ਨੇ ਪ੍ਰੋਫਾਈਲ ਫੋਟੋ ਪ੍ਰੋਫਾਈਲ ਫੋਟੋ ਜਿਹੜੀ ਫਾਰ एवरीवन ਕੀਤਾ ਹੁੰਦਾ ਆ ਜੀ 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 ਤੇ ਜਦੋਂ ਆਪਾਂ ਉਹਦੇ ਤੇ ਕਿਸੇ ਦਾ ਵਟਸਐਪ ਦੇ ਗਰੁੱਪ ਚ ਨੰਬਰ ਹੁੰਦਾ ਆ ਇਹ ਕੀ ਕਰਦੇ ਆ ਜਿਹੜੇ ਇੱਥੇ ਮੁੰਡੇ ਆ ਗਲਤ ਆਨਸਰ ਕਹਿ ਸਕਦਾ ਇਹ ਉਹਨਾਂ ਕੁੜੀਆਂ ਦੀ ਜਦੋਂ ਫੋਟੋਆਂ ਦੇਖ ਕੇ ਉਹਨਾਂ ਨੂੰ ਮੈਸੇਜ ਕਰਦੇ ਫੁੱਟੇ ਦੱਸੋ ਤੁਸੀਂ ਸੇਵਾ ਵੀ ਕਿਹੜੀ ਕਰ ਲੈਣੀ ਤੁਸੀਂ ਹੱਲਪ ਵੀ ਕਿਹੜੀ ਕਰ ਆਹ ਵੇਖੋ ਮੈਂ ਹਾਲੇ ਕੱਲ ਹੀ ਪਾਇਆ 4 ਦਿਨ ਪਹਿਲਾਂ ਮੈਨਾਂ ਹੋਇਆ ਹੂੰ ਮੈਂ ਮੈਨੂੰ ਕੁੜੀ ਕਹਿੰਦੀ ਵੀ ਆਪਣੇ ਕੋਲ ਜੋਬ ਹੈਗੀ ਪਾਜੀ ਚਾਰ ਕੁੜੀਆਂ ਚਾਹੀਦੀਆਂ ਮੈਂ ਠੀਕ ਆ ਭੈਣ ਮੈਂ ਨਾ ਚਾਰ ਕੁੜੀਆਂ ਨੂੰ ਨੰਬਰ ਦੇਤਾ ਹਾਂਜੀ ਮੈਂ ਪਾਇਆ ਸਟੇਟਸ ਗਰੁੱਪ ਬਣਾਇਆ ਬ੍ਰਾਡਕਾਸਟ ਇੰਸਟਾਗ੍ਰਾਮ ਤੇ ਹਾਂਜੀ ਪਾਜੀ ਉਹ ਚਾਰੇ ਕੁੜੀਆਂ ਚੋ ਪਤਾ ਨਹੀਂ ਕਿਹੜੀ ਨੇ ਨਾ ਗਰੁੱਪ ਚ ਨੰਬਰ ਪਾਤਾ ਨੰਬਰ ਬਣਾਉਣ ਨੂੰ ਅੱਛਾ ਜੀ ਨੰਬਰ ਬਣਾਉਣ ਨੂੰ ਅੱਛਾ ਜੀ ਵੀ ਜੋਬ ਹੈ ਜੀ ਅੱਛਾ ਜੀ ਕੁੜੀਆਂ ਚਾਰ ਚਾਹੀਦੀਆਂ ਉਹਨੂੰ ਫੋਨ ਆਇਆ 4000 ਅੱਛਾ ਜੀ ਗਰੁੱਪਾਂ ਨੇ ਆਂ ਗਾਂਹ ਹੋਰ ਗਰੁੱਪਾਂ ਚ ਪਾਤਾ ਉਹ ਨੰਬਰ ਅਗਲੀ ਦੇ ਘਰ ਕਲੇਸ਼ ਪੈ ਗਿਆ ਪਾਜੀ ਬੀਤੇ ਨੂੰ ਮੁੰਡੇ ਕਿਹੜੇ ਨੇ ਫੋਨ ਆਉਂਦੇ ਆ ਕਈ दारू ਪੀ ਕੇ ਸਵਾਦ ਲੈਣ ਨੂੰ ਬਲਕਿ ਫੋਟੋ ਦੇਖ ਕੇ ਇਹ ਕੋ ਚੱਲਦਾ ਇੱਥੇ ਫਿਰ ਕੀ ਹੋਇਆ ਕੱਲ ਫਿਰ ਪਾਜੀ ਸੇਮ ਮੈਨਾਂ ਇਦਾਂ ਹੋਇਆ ਹਾਂਜੀ ਕੱਲ ਮੈਨੂੰ ਕੁੜੀ ਨੇ ਦੱਸਿਆ ਮੈਨੂੰ ਫੈਲਥਮ ਕੁੜੀਆਂ ਚਾਹੀਦੀਆਂ ਹਾਂਜੀ ਕੀ ਰਹੋਂ ਦਾ ਪਾਜੀ ਮੈਂ 4-5 ਕੁੜੀਆਂ ਨੰਬਰ ਦੇ ਦਿੱਤਾ ਹਾਂਜੀ ਉਹਨਾਂ ਨੇ ਗਾਂ ਗਰੁੱਪ 'ਚ ਫੇਪਾਤਾ ਹਾਂਜੀ ਤੁਸ ਕੋਣ ਫੇਗੋ ਹੈਲਪ ਕਰੇ ਇਹਨਾਂ ਦੀ ਆ ਹਾਲ ਦੇ ਨਾ ਸਮਾਂ ਹੈ ਨਹੀਂ ਪਾਜੀ ਹੁਣ ਉਹ ਸਮਾਂ ਹੈ ਨਹੀਂ ਸਾਡੇ ਖੁਦ ਨਵਾਂ ਸ਼ਹਿਰ ਤੋਂ ਇੱਕ ਮੁੰਡਾ ਗੁਰਸਖਾ ਆਇਆ ਬਹਿ ਤੇ ਲੰਡਨ ਰਹਿੰਦਾ ਸੀ ਅੱਛਾ ਜੀ 4500 ਪੌਂਡ ਉਹਦਾ ਤੇ ਇੱਕ ਮੁੰਡਾ ਆਪਣੇ ਇਧਰੋਂ ਮਾਲਵੇ ਦੀ ਧਰਤੀ ਤੋਂ ਪਟਿਆਲੇ ਵਾਲੇ ਪਾਸਿਓਂ ਜੀ 4500 ਉਹਦਾ ਤੇ ਇੱਕ ਮੁੰਡਾ ਗਰਦਾਸਪੁਰ ਵਾਲੇ ਪਾਸੇ ਜਿਹਨਾਂ ਨੂੰ ਮੈਂ ਜਾਣਦਾ ਸੀ ਹੁਣ 4500 4500 ਕਰਕੇ ਕਟੋੜ 13-14000 ਬਣ ਗਿਆ 13-14 ਤਾਂ ਨੇਅਰਲੀ ਬਣ ਗਿਆ ਨਾ ਤੇ ਜਦੋਂ ਉਹ ਬੰਦੇ ਜਿਹੜੇ ਬੰਦੇ ਨੇ ਪੈਸੇ ਮਾਰੇ ਆ ਜਦੋਂ ਉਹਦੀ ਮੈਂ ਟਿਕਟੋਕ ਦੇਖੀ ਜਿਹੜਾ ਉਹਨਾਂ ਦਾ ਗਾਫਾ ਸੀ ਬਿਲਡਰ ਸੀ ਬਾਜੀ ਰੇਂਜ ਰੋਵਰ ਦੀਆਂ ਵੀਡੀਓ ਚਲਾਉਂਦੇ ਦੀਆਂ ਜਿੱਦਾਂ ਕਿਸੇ ਤੋਂ ਸਾਈਡ ਤੋਂ ਬਣਾਈ ਆ ਤੇ ਗਾਣੇ ਉਹ ਲਾਏ ਜਿਹੜੇ ਹੁੰਦੇ ਨਹੀਂ ਇੱਕ ਸਮਾਜ ਨੂੰ ਸੇਧ ਦੇਣ ਵਾਲੇ ਤੇ ਮੈਨੂੰ ਹਾਸਾ ਆਇਆ ਹਨਾ ਤੇ ਕੰਮ ਕਰਾ ਲੈਂਦੇ ਆ ਪੈਸੇ ਦਿੰਦੇ ਨਹੀਂ ਤੇ ਜਾਂ ਫਿਰ ਆਪਣੇ ਫੋਕੇ ਨੰਬਰ ਬਣਾਉਣ ਨੂੰ ਪਿੰਡ ਟੂਰਨਾਮੈਂਟਾਂ ਤੇ ਚਲੋ ਦਿਖਾਵਾ ਕਰੀ ਜਾਂਦੇ ਆ ਚਲੋ ਠੀਕ ਆ ਜਿਹੜੇ ਚੰਗੇ ਆ ਉਹ ਪਿੱਛੇ ਸਮਾਜ ਸੇਵੀ ਵੀ ਆ ਧੀਆ ਭੈਣਾਂ ਦੇ ਵਿਆਹ ਕਰਦੇ ਆ ਹਨਾ ਤੇ ਕਿਸੇ ਪਰਿਵਾਰ ਦੇ ਕਹਿੰਦੇ ਸਿਰ ਤੇ ਛੱਤ ਪਾਉਂਦੇ ਆ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਪਰ ਜਿਹੜੇ ਹੁਣ ਪੈਸੇ ਮੌਰਦੇ ਆ ਹੁਣ ਸਾਡੇ ਇੱਥੇ ਕਿੰਨੇ ਆਪਣੇ ਪੰਥਕ ਚੈਨਲ ਆ ਸਾਡੇ ਪੰਥਕ ਚੈਨਲ ਗੱਲ ਕਿਉਂ ਨਹੀਂ ਕਰਦੇ ਜੇ ਚਾਹੀਏ ਸਾਡੇ ਕਿੰਨੇ ਇੱਥੇ ਪੰਥਕ ਚੈਨਲ ਇੰਗਲੈਂਡ ਦੇ ਵਿੱਚ ਅਸੀਂ ਕਿਉਂ ਨਹੀਂ ਗੱਲ ਕਰਦੇ ਜਦੋਂ ਅਸੀਂ ਦਸਵੰਦ ਲੈਣਾ ਆ ਅਸੀਂ ਉਦੋਂ ਤਾਂ ਨਹੀਂ ਕਹਿੰਦੇ ਕਿ ਹਾਂ ਭਈ ਸਾਧ ਸੰਗਤ ਜੀ ਕਿ ਸਾਨੂੰ ਅਸੀਂ ਚੈਨਲ ਆਪਣਾ ਚਲਾਇਆ ਆ ਤੇ ਸਾਧ ਸੰਗਤ ਜੀ ਸਾਨੂੰ ਸਿਰਫ ਤੇ ਸਿਰਫ ਜਿਹੜੀ ਡੋਨੇਸ਼ਨ ਆ ਉਹ ਇੱਥੇ ਦੇ ਪੱਕੇ ਹੀ ਕਰਨਾ ਉਦੋਂ ਤਾਂ ਨਹੀਂ ਆਪਾਂ ਇਦਾਂ ਕਹਿੰਦੇ ਨਾ ਨਾ ਹੈਨਾ ਮੈਂ ਖੁਦ ਇਦਾਂ ਦੇ ਭਰਾਵਾਂ ਨੂੰ ਜਾਣਦਾ 2011-12 ਦੇ ਵਿੱਚ ਜਿਹੜੇ ਇੱਥੇ ਵਿਚਾਰੇ ਕੱਚੇ ਸੀ ਖੁਦ ਆਪਣਾ ਬਿਲਡਰ ਦਾ ਕੰਮ ਕਰਦੇ ਸੀ ਕਿਸੇ ਨਾਲ ਚਲੋ ਪਾਰਟਨਰਸ਼ਿਪ ਸੀ ਭਾਜੀ ਉਹ ਇਹਨਾਂ ਪੰਥਕ ਚੈਨਲਾਂ ਨੂੰ ਐਵਰੀ ਮੰਥ ਡੋਨੇਸ਼ਨ ਦਿੰਦੇ ਸੀ 50-50 ਪਾਉਂਡ ਓਏ ਹੋ ਹੈਨਾ ਫਿਰ ਜਦੋਂ ਫੇ ਭਾਜੀ ਆਪਣੀ ਗੱਲ ਆndi ਆ ਇਹ ਥੋੜਾਗਾ ਆਪਾਂ ਭਾਜੀ ਪੱਕੇ ਬੰਦੇ ਦੀ ਹੀ ਗੱਲ ਕਰਨੀ ਆ ਜਦੋਂ ਕਿਸੇ ਕੱਚੇ ਬੰਦੇ ਨਾਲ ਵੀ ੱੱੱਕਾ ਹੁੰਦਾ ਆ ਨਾ ਚਾਹੇ ਉਹ ਇੱਥੇ ਪੜਨ ਆਇਆ ਵਾ ਚਾਹੇ ਉੱਥੇ ਉੱਦਾਂ ਵਿਚਾਰਾ ਕਿਤੇ ਡੌਂਕੀ ਲਾ ਕੇ ਆਇਆ ਵਾ ਸਾਨੂੰ ਉਹਨਾਂ ਦੇ ਨਾਲ ਵੀ ਖੜਨਾ ਚਾਹੀਦਾ ਜਦੋਂ ਉਹਨਾਂ ਦੇ ਨਾਲ ਕੋਈ ਪੈਸਾ ਮਾਰਦਾ ਅਸੀਂ ਕਿਉਂ ਨਹੀਂ ਤੁਰਦੇ ਬਾਕੀਆਂ ਕੌਮਾਂ 'ਚ ਕਿੰਨਾ ਇੱਕ ਆਇਆ ਪਾਕਿਸਤਾਨ ਵਾਲਿਆਂ 'ਚ ਕਿੰਨਾ ਇੱਕ ਆਇਆ ਸ਼੍ਰੀਲੰਕੀਆ 'ਚ ਫਰਾਂਸ 'ਚ ਤੁਸੀਂ ਦੇਖ ਲਓ ਕਿਸੇ ਫਰਾਂਸ ਵਾਲੇ ਨੂੰ ਪੁੱਛ ਲਓ ਕਿੰਨਾ ਇੱਕ ਆਇਆ ਸਾਡੇ ਬਾਕੀ ਕਮਿਊਨਿਟੀ ਨਾਲ ਖੜਦੇ ਆ ਜਦੋਂ ਕੋਈ ਧੱਕਾ ਕਰਦਾ ਸਾਡੇ ਖੁਦ ਹੀ ਕਰਦੇ ਆ ਤੇ ਖੜਨਾ ਕਿੰਨੇ ਆ ਸਾਰੇ ਤਾਂ ਕਾਣੇ ਆ ਪਤਾ ਕੀ ਕਹ ਦਿੰਦੇ ਆ ਜੇ ਤੁਸੀਂ ਜਾਓ ਵੀ ਨਾ ਤੂੰ ਕੀ ਲੈਣਾ ਯਾਰ ਤੂੰ ਤਾਂ ਇੱਥੇ ਪੱਕਾ ਆ ਤੈ ਕੀ ਲੈਣਾ ਯਾਰ ਬਾਕੀ ਨਾਲ ਤੁਰਨ ਵਾਲੇ ਵੀ ਕਹਿੰਣਗੇ ਮੇਰਾ ਗਾਫਾ ਨਹੀਂ ਛੁੱਟੀ ਦਿੰਦਾ ਹਾਂ ਮੇਰੀ ਜੌਬ ਹੈ ਜੀ ਮੇਰੇ ਬੰਦੇ ਕੰਮ ਕਰਦੇ ਸਾਨੂੰ ਆਪਣਾ ਸਮਝ ਚੇਤੇ ਆ ਜਾਂਦਾ ਜਦੋਂ ਸਾਡੇ ਨਾਲ ਗਲਤ ਹੋਇਆ ਸੀ ਜੋ ਸਾਡੇ ਨਾਲ ਮੇਰੇ ਖੁਦ ਪੈਸੇ ਇਸ ਮੁਲਕ ਦੇ ਵਿੱਚ ਮਾਰੇ ਆ ਮੇਰੇ ਵੀ ਖੁਦ ਮਾਰੇ ਆ ਲੋਕਾਂ ਦੇ ਦਮਾਉਣਾ ਉਦੋਂ ਮੇਰੇ ਖੁਦ ਮਰੇ ਹੋਏ ਆ ਹੁਣ ਉਹਨਾਂ ਦਾ ਪਿਆਰ ਆ ਇੱਕ ਸ਼ਰਮ ਆਉਂਦੀ ਆ ਮੰਗ ਭਾਜੀ ਡਰਾਉਂਦੇ ਧਮਕਾਉਂਦੇ ਹੁੰਦੇ ਸੀ ਹੁਣ ਲੈਣ ਨੂੰ ਮੈਂ ਇੱਥੇ ਨਾਂ ਲੈਦਾ ਮੈਂ ਜਲੂਸ ਕੱਢ ਸਕਦਾ ਹਾਂ ਬੰਦਿਆਂ ਦਾ ਫੋਨ ਲਾ ਕੇ ਧਮਕੀ ਗੈਂਗਸਟਰ ਬਣ ਗਏ ਪਹਿਲਾਂ ਮੇਰੀ ਸਲਾਹ ਹੋਈ ਵੀ ਮੈਂ ਤੁਹਾਨੂੰ ਐ ਕਰਾਉਣਾ ਹੈਗਾ ਸੀ ਇੱਕ ਸਾਊਥ ਹਾਲ ਦਾ ਮਤਲਬ ਕਿਸੇ ਬੰਦੇ ਕੋ ਮੈਂ ਗੱਲ ਕੀਤੀ ਮੈਨੂੰ ਬੰਦੇ ਨੇ ਪੁੱਛਿਆ ਨਾਈ ਦੀ ਦੁਕਾਨ 'ਚ ਬੈਠੇ ਕਹਿੰਦਾ ਪੈਸੇ ਦੇ ਤੇ ਮੈਂ ਨਹੀਂ ਯਾਰ ਹਾਲੇ ਰਹਿੰਦੇ ਐ ਹਾਂਜੀ ਪਰ ਮੈਨੂੰ ਤਬਕੀਆਂ ਦੇਣ ਲੱਗਾ ਗੈਂਗਸਟਰ ਬਣ ਗਿਆ ਹਾਂਜੀ ਤੇ ਮੈਂ ਜਿਨ੍ਹਾਂ ਦੇ ਨਾਲ ਬੈਠਾ ਸੀ ਉਹ ਵੀ ਇੱਥੇ ਦੇ ਹੈਗੇ ਐ ਹਾਂਜੀ ਮੈਂ ਹੁਣੀ ਚੱਲੇ ਦੇ ਘਰ ਚੱਲਦਾ ਕਿੱਡਾ ਕਹਿੰਨ ਨੂੰ ਠੋਕੇ ਆਉਂਦੇ ਆ ਹਾਂਜੀ ਮੈਂ ਕਿਹਾ ਨਹੀਂ ਯਾਰ ਅੱਜ ਮੈਂ ਜਾਊਂਗਾ ਕੱਲੂ ਆਊਗਾ ਬਿਲਕੁਲ ਬਿਲਕੁਲ ਮਤਲਬ ਉਲਝ ਜਾਣਾ ਮੈਂ ਇਹ ਕੰਮ ਕਰਨ ਨਹੀਂ ਆਇਆ ਮੈਂ ਇਹਨਾਂ ਨੂੰ ਮੈਂ ਜਵਾਬ ਦਊਂਗਾ ਕੰਮ ਕਰਕੇ ਮਿਹਨਤ ਕਰਕੇ ਇਹਨਾਂ ਨੂੰ ਦੱਸੂਗਾ ਪਰ ਇੱਕ ਚੀਜ਼ ਮੈਂ ਜ਼ਰੂਰ ਸਿੱਖੀ ਹੈ ਜੀ ਜਿਹੜੇ ਇਨਸਾਨ ਨੇ ਤੁਹਾਨੂੰ ਇੱਥੇ ਦਿਹਾੜੀ ਕਰਦਾ ਦੇਖਿਆ ਹੋਵੇ ਉਹ ਤੁਹਾਨੂੰ ਤਰੱਕੀ ਕਰਦਾ ਨਹੀਂ ਦੇਖ ਸਕਦਾ ਉਹ ਮਚੂਗਾ ਤੁਸੀਂ ਆਪਣਾ ਕੰਮ ਤੋਰੋਗੇ ਨਾ ਹਮ ਇੱਕ ਕਹਿੰਦੇ ਨਹੀਂ ਹੁੰਦੇ ਮੈਨੂੰ ਬੜੀ ਖੁਸ਼ੀ ਹੋਈ ਹੂੰ ਇਹ ਚੀਜ਼ਾਂ ਸਿਰਫ ਫਿਲਮਾਂ 'ਚ ਹੀ ਨੇ ਇੱਕ ਕਹਿੰਦੇ ਉਹਦੇ ਮੈਂ ਆਪਣੇ ਪਾਪੋ ਦਾ ਪ੍ਰਾਚਿਤ ਕਰਨਾ ਚਾਹਤਾਂ ਹੂੰ ਇਹ ਵੀ ਚੀਜ਼ਾਂ ਫਿਲਮਾਂ 'ਚ ਹੀ ਨੇ ਇੱਕ ਤੂੰ ਮੈਨੂੰ ਮੇਰੇ ਅੱਖਾਂ ਖੋਲਦੀ ਮੇਰੀ ਇਹ ਵੀ ਕਿਤਾਬਾਂ 'ਚ ਹੀ ਆ ਬਿਲਕੁਲ ਬਿਲਕੁਲ ਨਾ ਕੋਈ ਇੱਥੇ ਗਲਤੀ ਮੰਨਦਾ ਨਾ ਸਾਲਾ ਕਿਸੇ ਨੂੰ ਚਾ ਚੜਦਾ ਸਾਰੇ ਥੜਦੇ ਹੀ ਆ ਬਿਲਕੁਲ ਜੇ ਤੁਹਾਡੇ ਤੋਂ ਕਿਸੇ ਨੂੰ ਕੋਈ ਫਾਇਦਾ ਨਹੀਂ ਨਾ ਹੁੰਦਾ ਉਹ ਛੜਦਾ ਹੀ ਆ ਬਾਜੀ ਇੱਕ ਗੱਲ ਦੱਸਾ ਤੁਸੀਂ ਚੰਗੇ ਮੰਨ ਲੋ ਹਾਂਜੀ ਤਾਂ ਵੀ ਵਿਰੋਧ ਹੋਣਾ ਮਾੜਿਆ ਤਾਂ ਹੋਣਾ ਹੀ ਹੁਣ ਪਰ ਮਾੜਾ ਹੋਊਗਾ ਨਾ ਫੇਰ ਘੱਟ ਬੋਲਦੀ ਦੁਨੀਆ ਡਰਦਾ ਅਗਲਾ ਕਾ ਜੁੱਤੀ ਅੜਬ ਐ ਹਣੇ ਹੁਣ ਪਾਜੀ ਮੈਂ ਤੁਸੀਂ ਪਾਉਨੇ ਹਾਂ ਮੈਂ ਪਾਉਣਾ ਆਪਾਂ ਹੈਲਪ ਵਾਲੀਆਂ ਪਾਉਨੇ ਆ ਮਦਦ ਕਰਨ ਵਾਲੀਆਂ ਬੋਲਦੇ ਲੋਕੀ ਗਲਤ ਬੋਲਦੇ ਆ ਨਾ ਕਿ ਹੁਣ ਮੁੰਡਾ ਰੋਜ਼ਰ ਆ ਉੱਥੇ ਨਹੀਂ ਬੋਲਦੇ ਇਹ ਹੂੰ ਜਿੱਥੇ ਦਾਗ ਮੋਰੇ ਚੱਕਦਾ ਤਾਂ ਪਾਜੀ ਗਾਲ ਐਡੀ ਘੱਟ ਨਹੀਂ ਹੈ ਬਿਲਕੁਲ ਬਿਲਕੁਲ ਪਾਜੀ ਅਸੀਂ ਵੀਰਾ ਪਾਜੀ ਭੈਣ ਕਹਿਣ ਵਾਲੇ ਆ ਤੇ ਇਹਨਾਂ ਨੇ ਜਦੋਂ ਮੈਂ ਜਰਮਨ ਗਿਆ ਫਰਾਂਸ ਤੋਂ ਮੈਨੂੰ ਉੱਥੇ ਇੱਕ ਗੋਰਾ ਸਿੰਘ ਮਿਲਿਆ ਹੂੰ ਅਮਰੀਕਨ ਗੋੜਾ ਤੇ ਨਿਹੰਗ ਬਾਣਾ ਉਹਦਾ ਤੇ ਉਹਦੀ ਜਿਹੜੀ ਸਿੰਘਣੀ ਸੀ ਉਹ ਜਰਮਨ ਦੀ ਗੋਰੀ ਸੀ ਅੱਛਾ ਜੀ ਤੇ ਮੇਰੇ ਦਸਤਾਰ ਬੰਨੀ ਤੇ ਮੈਂ ਆਪਣੇ ਸ਼ਹੀਦਾ ਸਿੰਘਾਂ ਦੀ ਜਿਹੜੇ ਆਪਣੇ ਸਕੈਚ ਵਾਲੀਆਂ ਟੀ-ਸ਼ਰਟ ਹੁੰਦੀਆਂ ਉਹ ਪਾਈਆਂ ਹੂੰ ਤੇ ਮੈਨੂੰ ਕਹਿੰਦਾ ਦੇਖ ਸ਼ਹੀਦਾ ਸਿੰਘਾਂ ਦੀ ਜਿਹੜੀ ਤੂੰ ਪਾਈ ਹੈ ਪਰ ਤੂੰ ਇਹਨਾਂ ਵਰਗਾ ਹੈ ਤਾਂ ਹੈ ਨਹੀਂ ਹੂੰ ਉਹ ਮੈਨੂੰ ਬੜੀ ਗੱਲ ਚੋ ਵੀ ਉਹ ਸਮੇਂ ਮੈਂ ਕੇਸ ਰੱਖ ਲੈ ਮੇਰਾ ਇਹ ਚਲੋ ਪਰਿਵਾਰ ਵੀ ਇੱਕ ਹਿਸਾਬ ਨਾਲ ਇਹ ਕਰ ਲਾ ਕਿ ਜਰਮਨ ਚ ਕੰਮ ਨਹੀਂ ਮਿਲਦਾ ਹਾਂ ਜੇ ਤੂੰ ਸਰਦਾਰ ਬਣ ਗਿਆ ਇੱਕ ਤੋਂ ਉੱਪਰ ਰਹਿਣਾ ਐ ਸਾਇਲਮ ਵਾਲੇ ਸਿਸਟਮ 'ਚ ਤੇ ਤੈਨੂੰ ਕਿਹਨੇ ਕੰਮ ਦੇਣਾ ਇੱਥੇ ਤੇ ਜਰਮਨ ਦੇ ਵਿੱਚ ਤੁਹਾਨੂੰ ਪਤਾ ਜੋ ਉਹ ਅਮਰੀਕਾ ਦੇ ਵਿੱਚ ਅਟੈਕ ਹੋਇਆ ਸੀ ਉਹਦੇ ਬਾਅਦ 'ਚ ਥੋੜਾ ਜਿਹਾ ਹੁਣ ਥੋੜਾ ਥੋੜਾ ਲੋਕ ਜਾਗਣ ਲੱਗੇ ਕਿ ਇਹ ਸਿੱਖ ਹੈ ਹਾਂਜੀ ਹੈਨਾ ਜੀ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੌਣ ਆ ਜੀ ਜੀ ਤੇ ਜਦੋਂ ਮੈਂ ਉੱਥੇ ਕੇਸ ਰੱਖੇ ਭਾਜੀ ਅਸੀਂ ਪ੍ਰਚਾਰ ਕਰਦੇ ਹੁੰਦੇ ਸੀ ਤਾਂ ਤੁਹਾਨੂੰ ਇੱਕ ਆਪਣਾ ਇਹ ਵੀ ਦੱਸਾਂ ਮੇਰੇ ਫੋਨ ਦੇ ਵਿੱਚ ਮੇਰੇ ਸਿੱਖ ਜੀ ਜੀ ਮੇਰੇ ਸਿੱਖੀ ਸਰੂਪ ਦੀਆਂ ਨਾ ਮੈਂ ਅਮਰਤ ਨਹੀਂ ਛਕਿਆ ਸੀ ਪਰ ਹਾਂ ਮੀਟਾਂ ਡਾਂਡਾ ਮੈਂ ਸਭ ਕੁਝ ਛੱਡਿਆ ਸੀ ਬੇਰ ਬੂਰ ਜੋ ਵੀ ਮੈਂ ਦਰੂਪੀਂਦਾ ਮੈਂ ਛੱਡਿਆ ਸੀ ਸਭ ਕੁਝ ਮਹਾਰਾਜ ਨੂੰ ਜਾਣੀ ਦੇਣਾ ਲੋਕ ਤਾਂ ਭਾਜੀ ਜੱਜ ਕਰਦੇ ਰਹਿੰਦੇ ਆ ਉਹ ਬਜਦੀਪ ਨੂੰ ਵੀ ਕਰਦੇ ਸੀ ਹਨਾ ਤੇ ਜਦੋਂ ਫਿਰ ਮੈਂ ਉੱਥੇ ਭਾਜੀ ਕੇਸ ਰੱਖੇ ਆ ਉਦੋਂ ਵੀ ਵਿਰੋਧ ਇਹ ਜੀ ਫਲਾਣੀ ਏਜੰਸੀ ਦਾ ਬੰਦਾ ਹੋ ਸਕਦਾ ਅੱਛਾ ਮੈਂ ਦਿਮਾਲਾ ਸਜਾ ਲੈਣਾ ਇਹ ਤਾਂ ਟਕਸਾਲੀ ਆ ਇਹ ਤਾਂ ਦਸਮ ਗ੍ਰੰਥ ਵਾਲਾ ਆ ਇਹ ਤਾਂ ਭਿੰਡਰਾਂ ਵਾਲਾ ਹੋਣਾ ਆ ਤੇ ਜੇ ਮੈਂ ਦਸਤਾਰ ਵਾਲ ਨਹੀਂ ਇਹ ਮਿਸ਼ਨਰੀ ਆ ਤੇ ਉਹਨਾਂ ਨੇ ਫਿਰ ਇਹ ਵੀ ਕਹਿਣਾ ਅੱਛਾ ਭਾਜੀ ਦੇਖੋ ਹੁਣ ਇੱਕ ਲਰਨਰ ਹੁੰਦਾ ਲਰਨਰ ਪੂਰਾ ਐਜੂਕੇਟਿਡ ਤਾਂ ਨਹੀਂ ਹੁੰਦਾ ਉਹ ਲਰਨਰ ਹੈ ਸਿੱਖਦਾ ਹੂੰ ਸਿੱਖ ਰਿਹਾ ਨਾ ਤੇ ਤੁਸੀਂ ਇੱਕ ਬੰਦਾ ਮੋੜੇ ਜਾ ਕੇ ਉਹਨੂੰ ਪੁੱਛਣ ਲੱਪੋਵੇ ਜਦ ਜਾ ਕਹਿੰਦਾ ਗੁਰਬਾਣੀ ਦੇ ਉੱਪਰ ਕਿੰਤੂ ਪ੍ਰੰਤੂ ਕੱਲ ਆ ਪਵੇ ਕਿ ਹਾਂ ਬਈ ਪੰਜ ਬਾਣੀਆਂ ਦਾ ਪਾਠ ਨਹੀਂ ਦਾ ਤਿੰਨ ਬਾਣੀਆਂ ਦਾ ਪਾਠ ਹੁੰਦਾ ਜਾ ਅਹ ਅਰਦਾਸ ਦੇ ਵਿੱਚ ਭਗੋਤੀ ਸ਼ਬਦ ਆ ਇਹ ਇਹ ਦਸਮ ਗ੍ਰੰਥ ਦਾ ਹੈ ਇਹ ਬੋ ਮੈਂ ਇਹ ਵੀ ਚੀਜ਼ਾਂ ਨੂੰ ਹੰਢਿਆ ਹੋਇਆ ਮੈਂ ਦੇਖਿਆ ਹੋਇਆ ਇਹ ਲੋਕ ਸਾਡੇ ਕੀ ਸੱਚੇ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਨਹੀਂ ਸਕੇ ਹੋਏ ਉਹਨਾਂ ਦੀ ਬਾਣੀ ਨੂੰ ਦੱਸੀ ਜਾਂਦੇ ਆ ਬਾਹਲੀ ਬਾਣੀ ਆ ਉਹ ਸਮਝਾਉਣ ਦਾ ਤਰੀਕਾ ਹੈ ਉਹਨਾਂ ਨੇ ਹਰ ਇੱਕ ਵਿਸ਼ੇ ਤੇ ਗੱਲ ਕੀਤੀ ਹੈ ਤੇ ਹੁਣ ਇਹਨਾਂ ਨੇ ਆਪਾਂ ਨੂੰ ਕਹਣਾ ਖੋਲਨੇ ਬੋਲਨੇ ਬੈਠੇ ਆ ਇਹ ਗੱਲਾਂ ਕਰਦੇ ਕਹਿੰਦੇ ਆ ਬਾਜੀ ਹੁਣ ਕੀ ਕਰੀਏ ਹੁਣ ਮੇਰਾ ਯਾਰ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਕਰਨਾ ਚਾਹੀਦਾ ਤੇ ਜੇ ਤੇ ਕੋਈ ਸਾਡੇ ਗੁਰੂ ਘਰ ਆ ਕੇ ਪਾਠ ਕਰਦਾ ਮੁਸਲਮਾਨ ਹੂੰ ਜਾਂ ਕੋਈ ਹਿੰਦੂ ਹੂੰ ਫਿਰ ਤਾਂ ਸਾਡੇ ਵਾਲਿਆਂ ਨੂੰ ਝਾੜ ਚੜਦਾ ਹੈ ਜੇ ਕੋਈ ਸਾਡਾ ਚੱਲ ਜਾਂਦਾ ਕੋਈ ਟਰੈਵਲ ਕਰਦਾ ਕੋਈ ਸਾਊਥ ਵਲ ਚੱਲ ਜਾਂਦਾ ਫਿਰ ਕਹਾਂਗੇ ਪੰਥ ਨੂੰ ਖਤਰਾ ਹੋ ਗਿਆ ਜੀ ਇਹ ਚੀਜ਼ਾਂ ਮਾੜੀਆਂ ਨੇ ਫਿਰ ਸਾਨੂੰ ਨਿਊਟਰਲ ਰਹਿਣਾ ਚਾਹੀਦਾ ਅੱਛਾ ਇੱਕ ਕਹਿ ਦਣਗੇ ਜੀ ਕੋਈ ਗੱਲ ਕੋਈ ਬੰਦਾ ਅਧਿਆਤਮਿਕ ਦੱਸਦਾ ਨਾ ਭਾਜੀ ਇਹਨਾਂ ਨੂੰ ਵੀ ਮੈਂ ਟਰੈਵਲ ਕਰ ਲਿਆ ਟਰੈਵਲ ਹੋ ਜਾਂਦਾ ਸਰੀਰ ਨਹੀਂ ਕਰ ਸਕਦਾ ਆਤਮਾ ਸਾਡੀ ਕਰ ਸਕਦੀ ਹੈ ਜਿਹੜੇ ਮੈਡੀਟੇਸ਼ਨ ਕਰਦੇ ਭਈ ਧਿਆਨ ਸਵਾਸ ਗ੍ਰਾਸ ਨਾਲ ਜਾਂ ਜਿਹਨਾਂ ਨੂੰ ਅਨਹਦ ਨਾਦ ਹੁੰਦਾ ਮੈਂ ਵੀਡੀਓ ਦੇਖਦਾ ਸਾਡੇ ਵਾਲੇ ਮੂਰਖ ਲੱਗੇ ਹੁੰਦੇ ਆ ਕਹਿਣ ਕੁਝ ਨਹੀਂ ਹੁੰਦਾ ਜੀ ਕੁਝ ਨਹੀਂ ਹੈਗਾ ਸਾਡੇ ਕੋਈ ਭੂਤ ਪ੍ਰੇਤ ਦੀ ਗੱਲ ਕਰੂਗਾ ਉਹ ਕਹਿਣਗੇ ਨਹੀਂ ਹੁੰਦੇ ਉਹ ਭੂਤ ਪ੍ਰੇਤ ਠੀਕ ਕਰਾਉਣ ਤਾਂ ਅਗਲੇ ਹੋਰ ਧਰਮ ਚ ਜਾਂਦੇ ਆ ਤੇਜਾਂ ਦਾ ਜਿੱਥੇ ਚੱਲਦਾ ਇਹਨਾਂ ਦਾ ਪ੍ਰੋਗਰਾਮ ਸਾਡੇ ਵਾਲੇ ਕਹਿੰਦੇ ਸ਼ਹੀਦ ਸਿੰਘ ਹੁੰਦੇ ਆ ਜੀ ਬਿਨਾਂ ਸਰੀਰ ਤੋਂ ਕਹਿੰਦੇ ਆ ਸ਼ਹੀਦ ਸਿੰਘ ਹੁੰਦੇ ਆ ਜੀ ਗੁਰੂ ਸੁਬਾਨ ਹੈਗੇ ਆ ਪੀਰ ਵੀ ਹੈ ਗਿਆ ਬਿਨਾਂ ਸਰੀਰ ਤੋਂ ਫਕੀਰ ਵੀ ਹੈ ਗਿਆ ਭੂਤ ਨਹੀਂ ਹੁੰਦੇ ਫਰਕ ਕੀ ਆ ਭਾਜੀ ਉਹ ਚੰਗੀਆਂ ਰੂਹਾਂ ਨੇ ਸਾਡੇ ਅੰਗ ਸੰਗ ਨੇ ਕੁਝ ਮਾੜੀਆਂ ਹੁੰਦੀਆਂ ਨੇ ਜਾਂ ਤੇ ਕੋਹ ਦੁਨੀਆ ਤੇ ਕੁਝ ਵੀ ਨਹੀਂ ਜਾਂ ਮਨ ਨੂੰ ਸਾਰਾ ਕੁਝ ਹੂੰ ਤੇ ਭਾਜੀ ਆ ਜਾਂਦੇ ਜਾਂਦੇ ਤੁਸੀਂ ਥੋੜਾ ਜਆ ਸਾਡੇ ਜਿਹੜੇ ਨਵੇਂ ਸਟੂਡੈਂਟ ਆਉਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜ਼ਰੂਰ ਦੱਸਿਓ ਆ ਇੱਥੇ ਬਾਰੇ ਵੀ ਦੱਸਿਓ ਕੰਮ ਚ ਕਿਵੇਂ ਤਰੱਕੀ ਕਰ ਸਕਦੇ ਆ ਸੌਖਾ ਜੀ ਕਿਵੇਂ ਬਚ ਸਕਦੇ ਆ ਧੋਖੇ ਤੋਂ ਫਰਾਡ ਤੋਂ ਜੀ ਤੇ ਜਾਂ ਸੋਸ਼ਲ ਮੀਡੀਆ ਤੋਂ ਕਿਵੇਂ ਤਰੱਕੀ ਕਰ ਸਕਦੇ ਆ ਇਹੀ ਮੈਂ ਜਿੰਨੇ ਵੀ ਮੇਰੇ ਭੈਣ ਭਰਾ ਤੁਸੀਂ ਆਏ ਮੇਰੇ ਤੋਂ ਛੋਟੇ ਆ ਮੇਰੇ ਤੋਂ ਵੱਡੇ ਆ ਮੈਂ ਵੀ 18 ਸਾਲ ਦੀ ਉਮਰ ਚ ਇੱਥੇ ਆਇਆ ਸੀ ਤੇ तकरीबन मेरी ਹੁਣ 32 33 ਸਾਲ ਉਮਰ ਹੋ ਚੁੱਕੀ ਹੈ ਮੈਂ ਵੀ ਤੁਹਾਡੇ ਵਾਂਗੂ ਆਇਆ ਸੀ ਤੁਹਾਨੂੰ ਤਾਂ ਫਿਰ ਵੀ 20 ਵੀ ਘੰਟੇ ਇਜਾਇਤ ਮਿਲੀ ਜਾਂ ਕੰਮਾਂ ਦੀ ਮੇਰੀ ਵਾਰ ਨੂੰ ਤਾਂ 10 10 ਘੰਟੇ ਹੁੰਦੀ ਸੀ ਤੁਹਾਨੂੰ ਤਾਂ ਫਿਰ ਵੀ ਤਿੰਨ ਤਿੰਨ ਸਾਲ ਦੇ ਵੀਜ਼ੇ ਮਿਲੇ ਆ ਇੱਥੇ ਆ ਕਿ ਤੁਹਾਨੂੰ ਆਪਸ਼ਨਾਂ ਵੀ ਮਿਲੀਆਂ ਤੁਸੀਂ ਸਵਿਚ ਕਰ ਸਕਦੇ ਆ ਤੇ ਤੁਸੀਂ ਕਿਹਨਾਂ ਚਲੋ ਕੀਤੇ ਵੀ ਆ ਪਿਛੇ ਵਰਕ ਪਰਮਿਟ ਤੇ ਵੀ ਆਏ ਆ ਮੇਰੇ ਨੇ ਮੇਰੀ ਵਾਰੀ ਨੂੰ ਤਾਂ ਇਹ ਵੀ ਕੁਝ ਨਹੀਂ ਹੁੰਦਾ ਸੀਗਾ ਤੇ ਮੇਰੀ ਵਾਰੀ ਨੂੰ ਤਾਂ ਭਾਜੀ ਵੀਜ਼ਾ ਵੀ ਸਿਰਫ 14 ਮਹੀਨਿਆਂ ਦਾ ਮੈਨੂੰ ਮਿਲਿਆ ਸੀਗਾ ਤੇ ਬਹੁਤ ਕੁਝ ਹੋਇਆ ਜਿਵੇਂ ਆਪਾਂ ਸਾਰੀ ਇੰਟਰਵਿਊ ਚ ਦੱਸਿਆ ਹੀ ਆ ਨੀਵੀਂ ਪਾ ਕੇ ਲੱਗੇ ਰਹੋ ਮੈਨੂੰ ਪਤਾ ਗੁੱਸਾ ਹਰੇਕ ਨੂੰ ਆਉਂਦਾ ਤੁਹਾਨੂੰ ਵੀ ਆਉਂਦਾ ਨਾ ਮੈਨੂੰ ਵੀ ਆਉਂਦਾ ਸੀ ਜਦੋਂ ਮੇਰੇ ਨਾਲ ਮਾਰਾ ਹੁੰਦਾ ਸੀ ਨਾ ਮੇਰੇ ਪੈਸੇ ਮਾਰਦੇ ਸੀ ਮੇਰੇ ਇੱਥੇ ਤੱਕ ਸੋਨ ਤੱਕ ਮਾਰੇ ਹੋ ਆ ਸ਼ਰਾਬ ਪੀ ਕੇ ਮੇਰੇ ਕਿਸੇ ਸ਼ੌਪ ਵਾਲੇ ਗਾਫੇ ਨੇ ਠੀਕ ਹੈ ਨਾ ਮੇਰੇ ਪੰਜ ਤੱਕ ਕੀਤੇ ਆ ਮੈਨੂੰ ਹੰਕਾਰ ਦੇ ਵਿੱਚ ਆ ਕੇ ਵੀ ਕਿਹਾ ਆ ਕਿ ਤੂੰ ਬਾਲਾਂ ਨੂੰ ਜੈਲ ਕਿੰਨੇ ਦੀ ਲਾਉਣਾ ਤੇ ਮੈਂ ਕਹਣਾ ਪੌਂਡ ਦੀ ਤੇ ਹੰਕਾਰ ਚ ਮੈਨੂੰ ਕਹਿਣਾ ਮੈਂ ਇੰਨਾ ਗਾਲ ਅੰਗਰੇਜ਼ੀ ਚ ਕੱਢ ਕੇ ਐਫ ਵਾਲੀ ਕਿ ਮੈਂ ਇੰਨਾ ਕੁ 15 ਪਾਉਂਡ ਦਾ ਲਾਣਾ ਪਰ ਮੈਂ ਸਾਰਾ ਜਰਿਆ ਇੱਥੇ ਲੋਕ ਵੀ ਜਰੇ ਕਮਾਂਕਾਰਾਂ ਤੇ ਪੈਸੇ ਮਾਰੇ ਉਹ ਵੀ ਜਰੇ ਕਿਸੇ ਨੇ ਪਰਸਨਲੀ ਅਟੈਕ ਕੀਤਾ ਉਹ ਵੀ ਜਰੇ ਕੰਮਾਂ ਤੇ ਆਪਣੇ ਰਿਸ਼ਤੇਦਾਰ ਵੀ ਹਾਂ ਰਿਸ਼ਤੇਦਾਰ ਵੀ ਜਰੇ ਪਿੰਡ ਦੇ ਵੀ ਜਰੇ ਜਿਨ੍ਹਾਂ ਨੇ ਕੁੜੀਆਂ ਨੂੰ ਡਰਾਤਾ ਕਿ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਨਾ ਸੈੱਟ ਹੋ ਜਵੇ ਠੀਕ ਹੈ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮਹਾਰਾਜ ਨੇ ਅੱਜ ਉੱਥੇ ਲਿਆ ਤਾਂ ਜਿੱਤੇ ਹਰ ਇੱਕ ਇੱਕ ਮਾਂ ਦਤੀ ਪੁੱਤ ਚਾਹੁੰਦਾ ਆ ਕਿ ਮੈਂ ਬਾਹਰ ਜਾ ਕੇ ਪਰਦੇਸਾਂ ਚ ਹੋਵਾਂ ਪਰ ਥੋੜਾ ਜਿਹਾ ਅਵੇਅਰ ਹੋਇਆ ਕਰੋ ਅਫਵਾਹਾਂ ਚ ਨਾ ਫਸੋ ਮੈਂ ਖੁਦ ਸੋਸ਼ਲ ਮੀਡੀਆ ਚ ਲਾਉਣਾ ਭਾਜੀ ਵੀ ਮੈਂ ਉੱਥੋਂ ਕਾਫੀ ਚੰਤ ਅਸੀਂ ਜਾਣਦੇ ਆ ਚੰਗੇ ਭਰਾਵਾਂ ਵਰਗੇ ਸਬੰਧ ਜੋ ਆਹ ਲੋਕ ਖੁਦ ਸਟੱਡੀ ਵੀਜ਼ਾ ਤੇ ਆਏ ਆ ਜਾਂ ਓਵਰਸਟੇ ਹੋ ਚੁੱਕੇ ਆ ਚਾਹੇ ਕੋਈ ਮੇਰੇ ਵਰਗਾ ਵੀ ਇੱਥੇ ਪੱਕਾ ਆ ਠੀਕ ਹੈ ਨਾ ਕਿਉਂਕਿ ਇੱਥੇ ਵੀ ਜੰਪ ਲਾਣਿਆ ਕੋਈ ਇੰਨਾ ਟਾਈਮ ਨਹੀਂ ਆਗਾ ਕਿ ਤੁਹਾਨੂੰ ਵੀਜ਼ਾ ਬਾਰੇ ਦੱਸ ਦੇ ਫਿਰਨਾ ਜਦੋਂ ਤੁਹਾਨੂੰ ਇਹ ਕਹਿੰਦੇ ਆ ਨਾ ਕਿ ਹਾਂ ਤੁਹਾਡਾ ਵੀਜ਼ਾ ਲੰਘ ਗਿਆ ਸਟੂਡੈਂਟ ਵੀਜ਼ਾ ਤੇ ਤੁਸੀਂ EU ਸੈਟਲਮੈਂਟ ਲੈ ਸਕਦੇ ਆ ਹੂੰ ਇਹ ਇਹ ਮੈਂ ਖੁਦ ਇੱਕ ਦਿਨ ਦੇਖਿਆ 7-8000 ਪਾਉਂਡ ਮੰਗੀ ਜਾਂਦੇ ਆ ਹੂੰ ਪਹਿਲਾਂ ਇਹ ਦੇਖੋ EU ਸੈਟਲਮੈਂਟ ਅਪਲਾਈ ਕਿਤੇ ਹੁੰਦੀ ਆ ਜਿਹੜਾ ਯੂਰਪ ਤੋਂ ਆਇਆ ਹੋਵੇ ਠੀਕ ਆ ਨਾ ਜਾਂ ਜਿਹਦਾ ਇੱਥੇ ਸੰਭਾਲਣ ਵਾਲਾ ਹੋਵੇ ਬਿਲਕੁਲ ਹਨਾ ਉਹਨੂੰ ਮਿਲ ਜਾਂਦੀ ਆ ਹਾਂ ਤੇ ਦੂਜੀ ਗੱਲ ਤੁਸੀਂ ਫਿਰ ਉਹ ਉਹਨੇ ਬਾਇਓ ਚ ਲਿਖਿਆ ਹੋਇਆ ਪਿਆ ਕਿ ਮੈਂ ਇੰਟਰਨੈਸ਼ਨਲ ਸਟੂਡੈਂਟ ਆ ਤੁਸੀਂ ਉਹਦੇ ਕੋਲ ਜਾਣੇ ਆ ਹਾਂ ਰੀਸੈਂਟਲੀ ਇੱਥੇ ਹੋਇਆ ਆ ਇੱਕ ਮੁੰਡਾ ਹੈਗਾ ਆ ਯੂਟਿਊਬਰ ਵੀ ਆ ਇੰਸਟਾਗ੍ਰam ਤੇ ਵੀ ਆ ਤੁਸੀਂ ਸਾਰਿਆਂ ਨੇ ਨਾਂ ਉਹਦਾ ਸੁਣਿਆ ਹੋਣਾ ਕਿੰਨੇ ਜਾਣੇ ਦੇ ਪੈਸੇ ਮਾਰੇ ਹਾਂ 20 2000 ਪਾਉਂਡ ਉਹਨੇ ਮਾਰੇ ਆ ਫੇਕਡ ਆ ਫਿਰ ਬੈਰ ਪੈਂਦੀ ਆ ਠੀਕ ਆ ਨਾ ਸੋ ਇਦਾਂ ਦੇ ਲੋਕਾਂ ਤੋਂ ਜੇ ਤੁਸੀਂ ਕਦੇ ਵੀ ਐਡਵਾਈਸ ਲੈਣੀ ਆ ਮੈਂ ਨਹੀਂ ਕਹਿੰਦਾ ਤੁਸੀਂ ਹਰਜਾਪ ਕੋਲ ਜਾਓ ਜਾਂ ਕਿਸੇ ਹੋਰ ਕੋਲ ਜਾਓ ਕੋਈ ਵਧੀਆ ਸੋਲੀਸਿਟਰ ਲੱਭੋ 30 35 ਪਾਉਂਡ ਖਰਚੋ ਜੋ ਮੇਰਾ ਐਕਸਪੀਰੀਅੰਸ ਆ ਮੈਂ ਜਰਮਨ ਦੇ ਵਿੱਚ ਵੀ ਮੇਰਾ ਵਕੀਲ ਹੁੰਦਾ ਸੀ ਐਲਬਰਟ ਸਟ੍ਰੈਕ ਬਹੁਤ ਟੌਪ ਦਾ ਵਕੀਲ ਸੀ ਮੈਂ ਹਮੇਸ਼ਾ ਉਹਨੂੰ ਲਿਸ ਮੈਂ ਕਦੇ ਲਿਸਨ ਨਹੀਂ ਕੀਤਾ ਕਿ ਕੋਈ ਸਟਰੀਟ ਤੇ ਜਾਂ ਕਿਸੇ ਧਾਰਮਿਕ ਸਥਾਨ ਤੇ ਜਾਂ ਕੋਈ ਸੋਸ਼ਲ ਮੀਡੀਆ ਤੇ ਕੀ ਕਹਿੰਦਾ ਆ ਮੈਂ ਪੈਸੇ ਪਰ ਜੀ ਖਰਚੇ ਤੇ ਮੈਂ ਉਹਦੇ ਕੋਲ ਗਿਆ ਮੈਨੂੰ ਸਹੀ ਗਾਈਡੈਂਸ ਮਿਲੀ ਤੇ ਮੈਂ ਕਦੇ ਭਾਜੀ ਯਕੀਨ ਕਰੋ ਮੇਰੀ ਇੱਕ ਪੈਣੀ ਤੱਕ ਨਹੀਂ ਅਜੇ ਤੱਕ ਮਰੀ ਕਿਉਂਕਿ ਮੈਂ ਪਹਿਲੇ ਹੀ ਸਹੀ ਬੰਦੇ ਦੇ ਹੱਥ 'ਚ ਸੀ ਤੇ ਜਦੋਂ ਮੈਂ ਇੱਥੇ ਇੰਗਲੈਂਡ ਆਇਆ ਆ ਇੱਥੇ ਇੱਕ ਵਕੀਲ ਹੈਗਾ ਬਰਮੀਗਮ ਦਾ ਬਹੁਤ ਫੇਮਸ ਆ ਮੈਨੂੰ ਕਹਿੰਦਾ ਸੀ ਤੇਰਾ ਤਾਂ ਇੱਥੇ ਕੇਸ ਚੱਲਦਾ ਕਹਿੰਦਾ ਤੈਨੂੰ ਇੰਡੀਆ ਰਿਪੋਰਟ ਹੋਣਾ ਪੈਣਾ ਤੇ ਤੇਰੀ ਫਰਾਉ ਮਤਲਬ ਵਾਈਫ ਪਿੱਛੇ ਜਾਊਗੀ ਤੈਨੂੰ ਲੈ ਕੇ ਆਊਗੀ ਜਾਦ ਕੇ ਮੈਂ ਇੰਗਲੈਂਡ ਦੇ ਵਿੱਚ ਟੈਕਸ ਦਿੰਦਾ ਸੀ Amazon 'ਚ ਕੰਮ ਕਰਦਾ ਸੀ ਮੇਰੀ ਸਾਰਾ ਨੈਸ਼ਨਲ ਇੰਸ਼ੋਰੈਂਸ ਸਾਰਾ ਕੁਝ ਚੱਲ ਰਿਹਾ ਸੀ ਪਰ ਮੈਨੂੰ ਦਿਖ ਲਓ ਨੇ ਮਿਸ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹੀ ਯਕੀਨ ਸੀ ਨਾ ਮੈਨੂੰ ਖਰਜਾਬ ਤੇ ਯਕੀਨ ਸੀ ਠੀਕ ਆ ਕੌੜਾ ਆ ਕਪੱਤਾ ਆ ਪਰ ਮੈਨੂੰ ਯਕੀਨ ਸੀ ਤੇ ਭਾਜੀ ਮੈਨੂੰ ਰੋਲ ਨਹੀਂ ਦਿੱਤਾ ਤੇ ਅੱਜ ਮੇਰੇ ਕੋਲ ਨੈਸ਼ਨੈਲਿਟੀ ਵੀ ਹੈ ਸਾਰਾ ਕੁਝ ਹੈ ਠੀਕ ਹੈ ਨਾ ਬਸ ਚੜ੍ਹਦੀ ਕਲਾ ਚੜੋ ਅਫਵਾਹਾਂ 'ਚ ਨਾ ਫਸੋ ਇੱਕ ਦੂਜੇ ਦਾ ਸਾਥ ਦਿਓ ਜੇ ਦੇ ਸਕਦੇ ਆ ਪਰ ਕਿਸੇ ਦਾ ਮਾੜਾ ਨਾ ਕਰੋ ਠੀਕ ਹੈ ਨਾ ਕਿਸੇ ਨਾਲ ਠੱਗੀਆਂ ਨਾ ਮਾਰੋ ਕਿਉਂਕਿ ਇੱਥੇ ਸਾਡੇ ਹੀ ਲੋਕ ਇੰਗਲੈਂਡ ਦੇ ਵਿੱਚ ਠੱਗੀਆਂ ਮਾਰਦੇ ਆ ਅਸੀਂ ਹੀ ਆਪਣੇ ਬੰਦਿਆਂ ਨੂੰ ਲੁੱਟਦੇ ਆ ਠੀਕ ਹੈ ਨਾ ਜਿੰਨੇ ਮਰਜ਼ੀ ਅਸੀਂ ਗੁਰੂ ਘਰ ਜਾ ਕੇ ਨੱਕ ਰਗੜੀ ਜਾਈਏ ਉਹ ਕਿਸੇ ਕੰਮ ਨਹੀਂ ਜੇ ਤੁਸੀਂ ਬਾਹਰ ਕਿਸੇ ਨਾਲ ਠੱਗੀ ਮਾਰ ਕੇ ਆਏ ਆ ਤੇ ਅੰਦਰ ਮਹਾਰਾਜ ਦੇ ਘਰ ਚ ਜਾ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੋ ਉਸ ਵਾਹਿਗੁਰੂ ਨੂੰ ਪਤਾ ਆ ਅਸੀਂ ਵੀ ਮੈਂ ਕੋਈ ਦੁੱਧ ਦਾ ਤੋਤਾ ਨਹੀਂ ਹੈਗਾ ਪਰ ਹਾਂ ਜਿੰਨਾ ਹਾਂ ਜਿੱਥੇ ਕਰੀ ਦਾ ਕਰੀ ਦਵੀ ਆ ਠੀਕ ਹੈ ਨਾ ਤੇ ਬਸ ਇਹੀ ਸੁਨੇਹਾ ਆ ਤੇ ਬਾਕੀ ਜਿਹੜੇ ਬਿਲਡਰ ਪਰ ਆਇਆ ਚਾਹੇ ਦੁਕਾਨਾਂ ਵਾਲੇ ਆ ਤੁਸੀਂ ਚੰਗੇ ਵੀ ਬਹੁਤ ਆ ਤੁਸੀਂ ਮਾੜੇ ਵੀ ਬਹੁਤ ਆ ਠੀਕ ਹੈ ਨਾ ਕਿਉਂਕਿ ਮੇਰੇ ਨਾਲ ਵੀ 14-15 ਸਾਲਾਂ ਚ ਬਥੇਰਾ ਕੋਸ਼ ਹੋਇਆ ਕਿਉਂਕਿ ਇਹ 1 ਘੰਟੇ ਦੀ ਇੰਟਰਵਿਊ ਚ ਕਈ ਵਾਰ ਹੋਣਾ ਸਾਰੀਆਂ ਚੀਜ਼ਾਂ ਆਪਾਂ ਕਵਰ ਨਹੀਂ ਕਰ ਸਕਦੇ ਕਈ ਵਾਰ ਦਿਮਾਗ ਚ ਨਹੀਂ ਆਉਂਦੀ ਆ ਜੀ ਜੀ ਪਰ ਮੇਰਾ ਭਰਾ ਨਹੀਂ ਨਹੀਂ ਆਪਾਂ ਤੁਸੀਂ ਕਹਾਂਗੇ ਇੱਕ ਵਾਰ ਜੇ ਤੁਸੀਂ ਕਿਸੇ ਬੰਦੇ ਨੂੰ ਮੇਰਾ ਭਰਾ ਰੱਖਿਆ ਹੈ ਨਾ ਕਿਸੇ ਕੁੜੀ ਨੂੰ ਦੁਕਾਨ ਤੇ ਰੱਖਿਆ ਆ ਜਿਵੇਂ ਤੁਹਾਡੀ ਆਪਣੀ ਧੀ ਹੈ ਨਾ ਆਪਣਾ ਪੋਤਾ ਘਰੇ ਉਵੇਂ ਇਹਨਾਂ ਨੂੰ ਟ੍ਰੀਟ ਕਰਿਆ ਕਰੋ ਤੇ ਬਾਕੀ ਜਿਹੜੇ ਮੇਰੇ ਭਰਾ ਇੱਥੇ ਆਏ ਆ ਜਦੋਂ ਪਾ ਸਾਡੀ ਵਾਰ ਨੂੰ ਤਾਂ 에어ਪੋਰਟ ਆ ਕੁਝ ਹੁੰਦੇ ਨਹੀਂ ਸਕੇ ਮੇਰਾ ਭਰਾ ਠੀਕ ਹੈ ਨਾ ਸਾਨੂੰ ਆਪਣੇ ਗਾਫਿਆਂ ਦਾ ਡਾਰ ਹੁੰਦਾ ਸੀ ਕਿਉਂਕਿ ਅਸੀਂ 90 91 ਵਾਲੇ ਜੰਮੇ ਆ ਸਾਨੂੰ ਤਾਂ ਅੱਜ ਅੱਜ ਵੀ ਆਪਣੇ ਟੀਚਰਾਂ ਦਾ ਡਰ ਹੈ ਸਹੀ ਗੱਲ ਇਹਨਾਂ ਕੋ ਪੜ ਕੇ ਆਏ ਆ ਠੀਕ ਹੈ ਨਾ ਜਦੋਂ ਤੁਸੀਂ ਮੇਰਾ ਵੀਰ ਕੰਮ ਤੇ ਆ ਕੰਮ ਨੂੰ ਸਿੱਖੋ ਐਨ ਫੋਕਸ ਕਰਕੇ ਸਿੱਖੋ ਕਿਉਂਕਿ ਕਈ ਵਾਰ ਨਾ ਸੀ ਭਾਜੀ ਬੰਦੇ ਦੇ ਦਿੰਨੇ ਆ ਤੇ ਦੂਜੇ ਦਿਨ ਸਾਨੂੰ ਗਾਫਿਆਂ ਦਾ ਫੋਨ ਆ ਜਾਂਦਾ ਬੰਦਾ ਕੀ ਦਿੱਤਾ ਮੈਨੂੰ ਫਿਰ ਭਾਜੀ ਜਦੋਂ ਫਿਰ ਅਸੀਂ ਸੱਚੀ ਕਈ ਵਾਰ ਚੰਗਾ ਬੰਦਾ ਦੇਣਾ ਨਾ ਜੋ ਸੱਚੀ ਚੰਗਾ ਜਿਹੜਾ ਸਿੱਖਣਾ ਚਾਹੁੰਦਾ ਉਹ ਰਹਿ ਜਾਂਦਾ ਕਿਉਂਕਿ ਉਹ ਪਤਾ ਕੀ ਮੁਰ ਜਵਾਬ ਆ ਜਾਂਦਾ ਤੂੰ ਪਹਿਲਾਂ ਵੀ ਇੱਕ ਬੰਦਾ ਦਿੱਤਾ ਸੀ ਸੋ ਇਸ ਕਰਕੇ ਮਿਹਨਤ ਵੀ ਕਰੋ ਮੇਰਾ ਭਰਾ ਚੜ੍ਹਦੀ ਕਲਾ ਚ ਰਹੋ ਤੇ ਜਿਹੜੇ ਬਿਲਡਰ ਭਰਾ ਆ ਜਾਂ ਸ਼ਾਪਾਂ ਵਾਲੇ ਆ ਹੱਥ ਜੋੜ ਕੇ ਬੇਨਤੀ ਆ ਵੀਰੇ ਤੁਸੀਂ ਵੀ ਸਾਡੇ ਆਪਣੇ ਆ ਪੈਸੇ ਨਾ ਮਾਰੋ ਮਾਰਿਆ ਕਰੋ ਜੇ ਤੁਸੀਂ ਕਿਸੇ ਨੂੰ ਕੰਮ ਤੇ ਰੱਖਿਆ ਆ ਮੇਰਾ ਭਰਾ ਟਾਈਮ ਨਾਲ ਇਹਨਾਂ ਦੇ ਪੈਸੇ ਦੇ ਦਿਆ ਕਰੋ ਕਿਉਂਕਿ ਮੈਂ ਇੱਕੋ ਗੱਲ ਸੋਚਦਾ ਹੁੰਦਾ ਜੇ ਤੁਸੀਂ ਉਹਨਾਂ ਦੇ ਟਾਈਮ ਨਾਲ ਪੈਸੇ ਨਹੀਂ ਨਾ ਦਿੱਤੇ ਹਾਂ ਕੀ ਪਤਾ ਕਰ ਲੈਣੇ ਰੈਂਟ ਦੇਣਾ ਆ ਉਹ ਘਰ ਵਾਲੇ ਨੂੰ ਲਿਹਾਜ਼ ਨਹੀਂ ਉਹਦੇ ਨਾਲ ਕਰਨਾ ਹੈਨਾ ਤੇ ਉਹ ਫਿਰ ਵਿਚਾਰੇ ਸਟਰੀਟਾਂ ਤੇ ਸੌਂਦੇ ਆ ਪਿੱਛੇ ਵਿਆਜ ਵੀ ਦੇਣਾ ਉਹਨਾਂ ਨੇ ਹਾਂ ਉਹ ਸਟਰੀਟਾਂ ਤੇ ਸੌਂਦੇ ਆ ਪਿੱਛੇ ਵਾਲਾ ਤਾਂ ਫੇ ਕਹਿੰਦੇ ਆਂ ਅਪਾ ਕਰ ਲਾਂਗੇ ਪਰ ਜਿਹੜਾ ਪ੍ਰੈਜ਼ੈਂਟ ਇੱਥੇ ਆ ਨਾ ਉਹ ਬਹੁਤ ਹਾਲਾਤ ਮਾੜੇ ਬਣਦੇ ਬੰਦੇ ਦੇ ਲਈ ਤੇ ਇੱਕ ਮੈਸੇਜ ਹੋਰ ਮੈਂ ਦੇਣਾ ਚਾਹੁੰਦਾ ਖਾਸ ਕਰਕੇ ਇੰਡੀਆ ਵਾਲਿਆਂ ਨੂੰ ਕੱਲੀਆਂ ਕੁੜੀਆਂ ਦਾ ਭੇਜੋ ਇੰਗਲੈਂਡ ਵਿਆਹ ਕਰਾ ਕੇ ਭੇਜਣੀਆਂ ਜਿੱਥੇ ਮਰਜ਼ੀ ਭੇਜ ਲਓ ਕੈਨੇਡਾ ਭੇਜ ਲਓ ਵਿਆਹ ਕਰਕੇ ਇਹਨਾਂ ਨੂੰ ਭੇਜੋ ਠੀਕ ਆ ਨਾ ਤੇ ਕਈ ਗੱਲਾਂ ਨਹੀਂ ਕਰ ਹੁੰਦੀਆਂ ਫਿਰ ਲੋਕ ਕਹਿੰਦੇ ਆ ਕਿ ਜਿਆਦਾ ਹੀ ਸਿਆਣੇ ਬਣੇ ਫਰਦੇ ਆ ਬਹੁਤ ਕੁਛ ਦਾ ਸ਼ੋਸ਼ਣ ਚੱਲਦਾ ਦੱਸ ਨਹੀਂ ਸਕਦੇ ਇੱਥੇ ਦੇ ਵਪਾਰ ਵੀ ਕਾਫੀ YouTube ਤੇ ਤੁਸੀਂ ਦੇਖਿਆ ਹੋਣਾ ਅੱਜ ਤੋਂ ਬਹੁਤ ਚਿਰ ਪਹਿਲਾਂ BBC ਵਾਲਿਆਂ ਨੇ ਸਰ ਜ ਆ ਪਾਜੀ ਨੇ ਫੜਾਈ ਸੀ ਉਹ ਬਸ ਬਸ ਤੁਸੀਂ ਉਹ ਦੇਖੀ ਆ ਅ ਅਮਰਜੀਤ ਭਾਬੀ ਨਾਲ ਦੀ ਇੱਕ ਔਰਤ ਫੜ ਹੋਈ ਸੀ ਦੇਖੋ ਮੈਂ ਵੀ ਫੜਾਈ ਸੀ ਪਿੱਛੇ ਹਾਂ ਤੇ ਇਹ 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 ਕੁਝ ਹੁੰਦਾ ਆ ਤੇ ਬਸ ਇਹਨਾਂ ਚੀਜ਼ਾਂ ਦਾ ਬਸ ਖਿਆਲ ਰੱਖੋ ਤੇ ਰਲ ਮਿਲ ਕੇ ਰੋ ਮੈਂ ਇਹੀ ਕਹੂੰਗਾ ਬਾਕੀ ਕੌਮਾਂ ਜੇ ਏਕਾ ਕਰ ਸਕਦੀਆਂ ਸੀ ਕਿਉਂ ਨਹੀਂ ਕਰ ਸਕਦੇ ਅਸੀਂ ਪਿਆਰ ਨਾਲ ਕਿਉਂ ਨਹੀਂ ਰਹਿ ਸਕਦੇ ਸਾਡੀ ਪੰਜਾਬੀਅਤ ਨੂੰ ਕੀ ਹੋਇਆ ਹੈ ਵਾ ਠੀਕ ਹੈ ਨਾ ਪਹਿਲਾਂ ਹੀ ਸਾਡਾ ਪੰਜਾਬ 47 ਵੇਲੇ ਟੁੱਟ ਗਿਆ। ਜੀ ਜੀ। ਫੇਰ ਸਾਡੇ ਨਾਲ ਕੀ ਕੀ ਕੁਝ ਨਹੀਂ ਹੋਇਆ ਸਾਡੇ ਚ ਕੀ ਕੀ ਕੁਝ ਕੱਢ ਲਿਆ। ਹਿਮਾਚਲ ਹਰਿਆਣਾ ਕੱਢ ਲਿਆ। ਹੁਣ ਸਾਡੇ ਕੋ ਕੀ ਰਹਿ ਗਿਆ? ਕੁਝ ਵੀ ਨਹੀਂ ਰਹਿ ਗਿਆ। ਤੇ ਅਸੀਂ ਫੇਰ ਵੀ ਨਹੀਂ ਇੱਕ ਹੁੰਦੇ। ਚੰਗਾ ਜੀ ਸਾਨੂੰ ਦਿਓ ਇਜਾਜ਼ਤ ਤੇ ਆਪਣਾ ਤਾਜਪਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਤੇ ਤੁਹਾਨੂੰ ਦੁਬਾਰਾ ਫੇਰ ਸੱਦਾਂਗੇ। ਜਰੂਰ ਤੁਸੀਂ ਹਾਜ਼ਰੀ ਲਵਾਉਣੀ ਹੈ ਹੁਣ। ਕਿਉਂਕਿ ਹਾਲੇ ਬਹੁਤ ਅਧੂਰੀਆਂ ਰਹੀਆਂ ਜੀ। ਬਾਕੀ ਸਾਨੂੰ ਦੱਸ ਦੇਣਾ ਸਾਰਿਆਂ ਨੇ। ਜੀ। ਕਮੈਂਟਾਂ 'ਚ। ਜੀ। ਬਾਕੀ ਸਾਡੇ ਫੇਸਬੁੱਕ ਵਾਲੇ ਵਿਦਵਾਨਾਂ ਬੇਨਤੀ ਹੈ ਵੀ ਅਸੀਂ ਕੋਈ ਵੀ ਗੱਲ ਪਰਸਨਲ ਨਹੀਂ ਕਿਸੇ ਨੂੰ ਕਹੀ ਇੱਕ ਅਸੀਂ ਸਾਰਿਆਂ ਨੂੰ ਨਹੀਂ ਕਹੀ ਸਾਰੇ ਜੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਜੋ ਅਸੀਂ ਫੇਸ ਕੀਤਾ ਉਹ ਹੈ ਉਹੀ ਐਕਸਪੀਰੀਅੰਸ ਦੱਸਿਆ ਕੋਈ ਕੋਲੋਂ ਨਹੀਂ ਕੜਿਆ ਠੀਕ ਹੈ ਜੀ ਫਿਰ ਦਿਓ ਜਾਇ ਤੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ